ਸਵਾਗਤ ਜੀ ਆਪ ਸਭ ਦਾ ਤੁਸੀਂ ਦੇਖ ਰਹੇ ਹੋ ਪ੍ਰਾਈਮੇਸ਼ਰ ਟੀਵੀ ਮੈਂ ਗੁਰਪ੍ਰੀਤ ਸਿੰਘ ਸੰਧਵਾਲੀਆ ਤੁਹਾਡੇ ਨਾਲ ਤੇ ਅਸੀਂ ਆਪਣਾ ਪ੍ਰੋਗਰਾਮ ਪ੍ਰਾਈਮ ਫੋਕਸ ਲੈ ਕੇ ਆਪਣੇ ਟਾਈਮ ਨਾਲ ਅੱਪੜ ਜਾਈਦਾ ਤੇ ਗੱਲਾਂ ਉਹ ਹੀ ਜਿਹੜੀਆਂ ਹਰ ਰੋਜ਼ ਵਾਪਰਦੀਆਂ ਨੇ ਪੰਜਾਬ ਚ ਦੇਸ਼ ਚ ਦੇਸ਼ ਦੁਨੀਆ ਚ ਉਹ ਆਪ ਜੀ ਦੇ ਨਾਲ ਸਾਂਝੀਆਂ ਕਰ ਲੈਂਦੀਆਂ ਤੇ ਕੋਸ਼ਿਸ਼ ਇਹ ਹੁੰਦੀ ਹੈ ਕਿ ਵੀ ਜੋ ਵੀ ਉਹਨਾਂ ਦਾ ਸੱਜਾ ਖੱਬਾ ਪਾਸਾ ਹੋਵੇ ਉਹ ਵੀ ਇੱਕ ਰੰਥ ਹੱਲ ਕੇ ਕਿਸੇ ਨੂੰ ਰੋਪੀ ਥੋੜੀ ਸੇਕ ਕੇ ਵੇਖ ਲਓ ਵੀ ਕਿਦਰੋਂ ਕਿਤੇ ਕਿਤੇ ਜਿਆਦਾ ਸੇਕ ਤੇ ਨਹੀਂ ਲੱਗਿਆ ਉਹ ਵੀ ਆਪ ਜੀ ਦੇ ਸਾਨੂੰ ਅਕ ਰੱਖਦੀਏ ਅੱਜ ਵੀ ਗੱਲਬਾਤ ਕਰਾਂਗੇ ਇੱਕ ਤਾਂ ਮੁਹਾਲੀ ਚ ਜੋ ਕੁਝ ਘਟਨਾ ਵਾਪਰੀ ਸੀਗੀ ਉਹਦੇ ਤੇ ਹੁਣ ਗਾਂ ਕਹਿੰਦੇ ਵੀ ਜਾਂਚ ਵਧੀਆ ਉਹਦੇ ਤੋਂ ਕੀ ਕੁਝ ਨਿਕਲਿਆ ਫਿਰ ਮੁੱਖ ਮੰਤਰੀ ਸਾਹਿਬ ਨੇ ਜਿਹੜੀ ਇੱਕ ਲੰਮੀ ਚੌੜੀ ਮੀਟਿੰਗ ਕੀਤੀ ਹੈ ਕਿ ਸਿੱਖਿਆ ਤੰਤਰ ਨੂੰ ਕਿਵੇਂ ਸੁਧਾਰਨਾ ਉਹਦੀ ਗੱਲ ਕਰ ਲਵਾਂਗੇ ਫਿਰ ਉਸ ਇੱਕ ਮਸਲੇ ਜਿਹੜੇ ਨੇ ਝੋਨੇ ਨਾਲ ਰਿਲੇਟਡ ਵੀ ਹੈਗੇ ਆ ਕਿਸਾਨ ਜਿੱਥੇ ਬੰਦੀਆਂ ਮੀਟਿੰਗ ਤਾਂ ਕੀਤੀ ਸੀ ਪਰ ਉਹਦਾ ਬਣਿਆ ਕਿ ਕੁਝ ਖਬਰਾਂ ਹੋਰ ਨਹੀਂ ਨਾਲ ਆਪਣੇ ਵੀ ਪਰਮੀਰ ਬਾਠੂਰੀ ਹੋਰ ਬਾਠ ਸਾਹਿਬ ਚੜਦੀ ਕਲਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮਹਾਰਾਜ ਸੇਤਾਂ ਕਿਦਾਂ ਸੇਤਾਂ ਬਿਲਕੁਲ ਠੀਕ ਹੈ ਜਦੋਂ ਤੁਸੀਂ ਰੋਟੀ ਦੀ ਗੱਲ ਕੀਤੀ ਨਾ ਉਹਨੂੰ ਥੋੜਾ ਜਿਹਾ ਦੇਖ ਲਈਦਾ ਪਕਾ ਕੇ ਥਲ ਕੇ ਮੇਰੇ ਮਨ ਦੇ ਵਿੱਚ ਖਿਆਲ ਆਇਆ ਹੂੰ ਖਿਆਲ ਇਹ ਆਇਆ ਕਿ ਚੰਗੀ ਚੀਜ਼ ਤੇ ਸਵਾਦ ਚੀਜ਼ 'ਚ ਫਰਕ ਵੜਾ ਹੁੰਦਾ ਬਹੁਤ ਸਾਰੇ ਸੱਜਣ ਤੁਹਾਡੇ ਵਰਗੇ ਹੁੰਦੇ ਆ ਜਦੋਂ ਛੋਟੇ ਹੁੰਦੇ ਆ ਚੁੱਲ੍ਹੇ ਦੇ ਕੋਲੇ ਬੈਠ ਕੇ ਰੋਟੀ ਖਾਣੀ ਤਾਂ ਕਈ ਵਾਰੀ ਹੁੰਦਾ ਨਾ ਇਹ ਮੈਂ ਕਰਾਰੀ ਕਰੋ ਯਾਰ ਇਹਨੂੰ ਅਗਲੇ ਚੁੱਲ੍ਹੇ 'ਚ ਰੱਖ ਦੇਣੀ ਹੂੰ ਐਨ ਚੰਗੇ ਤਰੀਆਂ ਰੋਟੀ ਜਿਹੜੀ ਭਾਵੇਂ ਥੱਲੇੋਂ ਫੜ ਲਓ ਤਾਂ ਉਹਨੂੰ ਖੜੀ ਹੋ ਜਣੀ ਇੰਨੀ ਕਰਾਰੀ ਕਰਕੇ ਖਾਣ ਦੇ ਸ਼ਕੀਨ ਹੁੰਦੇ ਕਈ ਬੰਦੇ ਹਮਮ ਪਰ ਜੇ ਡਾਕਟਰਾਂ ਨੂੰ ਪੁੱਛੋ ਕਹਿੰਦੇ ਜੀ ਜ਼ਿਆਦਾ ਰਾੜ ਲਓ ਤਤ ਮਰ ਜਾਂਦੇ ਆ ਹੁਣ ਜਾਂ ਤਾਂ ਸਵਾਦ ਲੱਗਣੀ ਆ ਤਾਂ ਜਾਂ ਫਿਰ ਤਤ ਮਰਨੇ ਆ ਹਿਸਾਬ ਕਿਤਾਬ ਤੋਂ ਇੱਕ ਲਾਉਣਾ ਪਊਗਾ ਨਾ ਹੁਣ ਇੱਥੇ ਨਹੀਂ ਇਹ ਗੱਲ ਹੈਗੀ ਆ ਪਰ ਇਹ ਵੀ ਨਾ ਇੱਕ ਡਿਸਕਸ਼ਨ ਦਾ ਮੁੱਦਾ ਹੀ ਬਣ ਜਾਂਦਾ ਹਮ ਹੁਣ ਜੇ ਮੰਨ ਲਓ ਉਹ ਵੀ ਰੋਟੀ ਰਾੜਿਆਂ ਤਤ ਮਰ ਜਾਂਦੇ ਆ ਤੇ ਪਾਪੜ ਨਾਲ ਕੀ ਹੁੰਦਾ ਫਿਰ ਦੇ ਪਾਪੜ ਦਾ ਪਾਪੜ ਤੋਂ ਤੱਤਲੇ ਮਿਲਦਾ ਖਾਂਦਾ ਹੀ ਕੋਈ ਨਹੀਂ ਗੱਲ ਤੇ ਉਹੀ ਆ ਵੀ ਹਰੇਕ ਚੀਜ਼ ਦਾ ਆਪੋ ਆਪਣਾ ਹਸਤਾ ਹੈ ਗੱਲ ਤਾਂ ਠੀਕ ਹੈ ਵੇ ਕਿਸੇ ਨੂੰ ਰੜੀ ਰੋਟੀ ਪਸੰਦ ਆਉਂਦੀ ਹੈ ਕੋਈ ਕਹਿੰਦਾ ਵੀ ਹੁਣ ਬਿਲਕੁਲ ਹੀ ਰੜ ਦਿੱਤੀ ਉਹ ਜਿਹੜੇ ਕਚਰਕਚਰ ਕਰੇ ਜਰਾ ਹਾਂ ਹਾਂ ਸੋ ਠੀਕ ਆਪੋ ਆਪਣਾ ਹਸਤਾ ਹੋਇਆ ਬਾਕੀ ਇਦਾਂ WhatsApp ਵੀ ਰੋਟੀ ਮੈਂ ਨਾ ਭਾਵੇਂ ਰੜੀ ਹੋਵੇ ਭਾਵੇਂ ਵੇਹੇ ਭੁੱਲੀ ਹੋਵੇ ਮਿਲੇ ਜ਼ਰੂਰ ਹਰੇਕ ਨੂੰ ਕਿਉਂਕਿ ਅੱਜ ਕੱਲ ਤੇ ਰੌਲਾ ਇਹ ਪੈ ਗਿਆ ਕਿ ਉਹ ਕਹਿੰਦੇ ਵੀ ਮਾਰਾ ਮੰਗਾਈ ਦਾ ਵੀ ਕੋਈ ਪਤਾ ਨਹੀਂ ਲੱਗਦਾ ਕੰਮ ਕਰਦੀ ਕੋਈ ਸਮਝ ਨਹੀਂ ਲੱਗਦੀ ਦੇ ਬਾਅਦ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹਦੇ ਸਿਰ ਸੁੱਟ ਕੇ ਲੱਗੀ ਰਹੀਦਾ ਉਦੋਂ ਬਾਅਦ ਜਦੋਂ ਬੰਦਾ ਵਾਈ ਖਾਤਾ ਆ ਫੜ ਕੇ ਵੇਖਦਾ ਤੇ ਫਿਰੂ ਦੇ ਵਿੱਚ ਦੇਣਦਾਰੀਆਂ ਦੇਣਦਾਰੀਆਂ ਹੁੰਦੀਆਂ ਵੀ ਇਹਦੇ ਵੀ ਦੇਣ ਵਾਲੇ ਪੈਸੇ ਆ ਉਹਦੇ ਵੀ ਦੇਣ ਵਾਲੇ ਕਰੀਏ ਨਹੀਂ ਗੱਲ ਤੁਹਾਡੀ ਠੀਕ ਹੈ ਜੀ ਹਿਸਾਬ ਕਿਤਾਬ ਇਦਾਂ ਦਾ ਹੀ ਆ ਇਹ ਹੀ ਪਰਿਵਾਰਾਂ ਦਾ ਮਸਲਾ ਇਹ ਹੀ ਘਰਾਂ ਦਾ ਮਸਲਾ ਤੇ ਇਹ ਹੀ ਦੇਸ਼ਾਂ ਦਾ ਮਸਲਾ ਤੁਸੀਂ ਇਹ ਦੇਖੋ ਕਿ ਇਹ ਬਹੁਤ ਚੰਗੇ ਤਰੀਕੇ ਦੇ ਨਾਲ ਸਾਨੂੰ ਸੋਚਣਾ ਵਿਚਾਰਨਾ ਪਊਗਾ ਘਰ ਵੀ ਚਲਾਉਣਾ ਹੁੰਦਾ ਵਿੱਚੋਂ ਬਾਹਰ ਖਰਚੇ ਕਰਾਂਗੇ ਮਹਿੰਗੇ ਸੂਟ ਲਵਾਂਗੇ ਜਾਂ ਕਾਰੇ ਡਾ ਵੱਡਾ ਬਣਾ ਲਾਂਗੇ ਮੁੜ ਕੇ ਬਿੱਲ ਬੱਤੀਆਂ ਅਗਲੇ ਕਹਿੰਦੇ ਜੀ ਤੁਹਾਡੇ ਤਾਂ ਫਿਰ ਲੋਡ ਵੱਧਿਆ ਤੁਹਾਨੂੰ ਤਾਂ ਕੋਈ ਸਹੂਲਤ ਵੀ ਨਹੀਂ ਮਿਲਣੀ ਤੁਸੀਂ ਘਰ ਵੱਡਾ ਬਣਾਇਆ ਚਾਦਰ ਦੇਖ ਕੇ ਪੈਰ ਪਸਾਰਨੇ ਬਜ਼ੁਰਗ ਆਪਣੇ ਬਾਰ ਬਾਰ ਕਹਿੰਦੇ ਹੁੰਦੇ ਆ ਤੇ ਸਿਲੇਬਸ ਦੇ ਵਿੱਚ ਮੁਹਾਵਰਾ ਵੀ ਹੁੰਦਾ ਦੋ ਨੰਬਰ ਵੀ ਉਹਦੇ ਮਿਲਦੇ ਆ ਜਿਹੜਾ ਸਹੀ ਲਿਖ ਦਵੇ ਨਾ ਇਹ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਆ ਸੰਧਾਲੀਆ ਸਭ ਆਪਣੇ ਸਾਹਮਣੇ ਉਦਾਹਰਣ ਆ ਭਾਰਤ ਦੇ ਗੁਆੰਡੀ ਮੁਲਕ ਸ਼੍ਰੀਲੰਕਾ ਦੀ ਹੁਣ ਸ਼੍ਰੀਲੰਕਾ ਦੇ ਵਿੱਚ ਤੁਸੀਂ ਦੇਖੋ ਕਿ ਘੁਗਵਸਤਾ ਦੇਸ਼ ਚਾਰੇ ਪਾਸੇ ਸਮੁੰਦਰ ਸਾਫ ਸੁਥਰੇ ਵਿੱਚ ਨਾਰੀਅਲ ਜਿੰਨਾ ਮਰਜੀ ਐਕਸਪੋਰਟ ਕਰੋ ਖੇਤੀ ਵੀ ਸੁੱਖ ਨਾ ਹੁੰਦੀ ਹੈ ਜੰਗਲ ਦੇ ਵਿੱਚ ਛੁਕਣੇ ਚ ਪਦਾਰਥ ਬਥੇਰੇ ਮਿਲਦੇ ਆ ਦਰਖਤਾਂ ਦੇ ਵਿੱਚੋਂ ਵੀ ਬਹੁਤ ਕੁਝ ਨਿਕਲਦਾ ਟੂਰਿਸਟ ਬੜੇ ਆਉਣ ਲੱਗ ਪਏ ਜਾਨੀ ਕੋਈ ਵੇਲਾ ਇਦਾਂ ਦਾ ਆ ਗਿਆ ਸੀ ਜਦੋਂ ਲਿੱਟੇ ਵਾਲਾ ਕੰਮ ਜਾਂ ਨਿਬੜਿਆ ਸਰਕਾਰ ਕਹਿੰਦੀ ਆ ਕਿਉਂਕਿ ਤਾਮਿਲ ਤੇ ਸਨਹਾਲੀ ਦੋ ਤਰ੍ਹਾਂ ਦੇ ਲੋਕ ਨੇ ਉਹਦੇ ਤੋਂ ਬਾਅਦ ਟੂਰਿਸਟ ਇੱਕਦਮ ਵੱਧ ਗਿਆ ਕਿਉਂਕਿ ਜਿਹੜਾ ਦੇਸ਼ ਚਾਰੇ ਪਾਸੇੋਂ ਪਾਣੀ ਦੇ ਵਿੱਚ ਘਿਰਿਆ ਉੱਥੇ ਬਹੁਤੀਆਂ ਆਲਾਮਤਾਂ ਹੁੰਦੀਆਂ ਨੇ ਲੋਕਾਂ ਨੇ ਆਉਣਾ ਵੱਡੇ ਵੱਡੇ ਹੋਟਲ ਕੋਲੰਬੋ ਦੇ ਵਿੱਚ ਬਣੇ ਆਂ ਵਿੱਚ ਦੇਖਣ ਦੇਖਣਾ ਖੋਣਾ 4 ਦਿਨ ਰਹਿ ਕੇ ਮੁੜ ਜਾਣਾ ਸ਼੍ਰੀਲੰਕਾ ਦੇ ਪੈਸੇ ਅਚਾਨਕ ਉੱਥੇ ਬਿਸਪੋਰਟ ਹੋਏ ਬੰਬ ਧਮਾਕੇ ਹੋਏ ਕੋਲੰਬੋ ਦੇ ਵਿੱਚ ਬਹੁਤ ਸਾਰੇ ਟੂਰਿਸਟ ਕਿਉਂਕਿ ਉਹਨਾਂ ਦੇ ਕੋਲੇ ਹੁੰਦਾ ਕਿੱਥੇ ਚਲੀਏ ਵੀ ਸਿੰਗਾਪੁਰ ਚਲੀਏ ਸ਼੍ਰੀਲੰਕਾ ਚਲੀਏ ਮਾਲਦੀਵ ਚਲੀਏ ਜਾਂ ਕਿੱਥੇ ਚਲੀਏ ਅਗਲੇ ਦਿਨ ਨਹੀਂ ਯਾਰ ਉੱਥੇ ਤਾਂ ਬਿਸਪੋਰਟ ਹੋਈ ਸੀ ਉੱਥੇ ਤਾਂ ਬਲਾਸਟ ਹੋਈ ਸੀ ਉੱਥੇ ਨਹੀਂ ਜਾਣਾ ਸੁਰੱਖਿਅਤ ਨਹੀਂ ਹੂੰ ਬਹੁਤ ਸਾਰੇ ਟੂਰਿਸਟਾਂ ਨੇ ਸ਼੍ਰੀਲੰਕਾ ਤੋਂ ਮੂੰਹ ਮੋੜ ਲਿਆ ਵਿਦੇਸ਼ੀ ਕਰੰਸੀ ਆਉਣੋਂ हट ਕੇ ਆਮਦਨ ਟੈਕਸੀ ਵਾਲਿਆਂ ਦੀ ਵੀ ਘਟ ਗਈ ਹੋਟਲ ਵਾਲਿਆਂ ਦੀ ਵੀ ਘਟ ਗਈ ਰੈਸਟੋਰੈਂਟ ਵਾਲਿਆਂ ਦੀ ਵੀ ਘਟ ਗਈ ਜਿਹੜੇ ਵਿਚ ਦੇ ਨੇੜੇ ਸਮਾਨ ਵੇਚਦੇ ਸੀ ਉਹਨਾਂ ਦੀ ਵੀ ਘਟ ਗਈ ਜਿਹੜੇ ਗਾਈਡ ਸੀ ਰੁਪਈਆ ਬਟਨੋਂ ਹਟ ਗਏ ਦੇਸ਼ ਤੇ ਤਾਂ ਪੈਸੇ ਘਟਣੇ ਸੀ ਫਿਰ ਕੋ ਵੜਾ ਗਿਆ ਹੂੰ ਆਉਣ ਜਾਣ ਦੀ ਉੱਤੇ ਪੰਦੀਆਂ ਲੱਗੀਆਂ ਜਿਹੜੇ ਚਾਰ ਬੰਦੇ ਆਉਂਦੇ ਸੀ ਉਹ ਵੀ ਨਾ ਆਏ ਉਹਦੇ ਤੋਂ ਵੀ ਵੱਡੀ ਗੱਲ ਕਿ ਜਦੋਂ ਘਰ ਦਾ ਮੁਖੀ ਹੋਵੇ ਭਾਵੇਂ ਸੂਬੇ ਦਾ ਹੋਵੇ ਤੇ ਭਾਵੇਂ ਦੇਸ਼ ਦਾ ਹੋਵੇ ਜੇ ਉਹ ਬਹੁਤ ਚੰਗੇ ਤਰੀਕੇ ਲੋਕਾਂ ਦੇ ਪੱਖ ਤੋਂ ਸੋਚ ਕੇ ਪਾਲਿਸੀ ਨਹੀਂ ਬਣਾਉਂਦਾ ਫਿਰ ਕਿਤੇ ਨਾ ਕਿਤੇ ਨੁਕਸਾਨ ਹੋਣ ਦੀ ਸੰਭਾਵਨਾ ਬੜੀ ਹੁੰਦੀ ਹੈ ਰਾਜਪੱਖੀ ਪਰਿਵਾਰ ਆ ਗਿਆ ਪ੍ਰਧਾਨ ਮੰਤਰੀ ਵੀ ਉਹਨਾਂ ਦਾ ਰਾਸ਼ਟਰਪਤੀ ਵੀ ਉਹਨਾਂ ਦਾ ਸ਼੍ਰੀਲੰਕਾ ਦੇ ਵਿੱਚ ਇੱਕ ਦੋ ਮਿਨਿਸਟਰੀਆਂ ਵੀ ਉਹਨਾਂ ਦੇ ਕੋਲ ਪਹਿਲਾਂ ਤਾਂ ਉਹਨਾਂ ਨੇ ਚੀਨ ਤੋਂ ਕਰਜ਼ਾ ਹੀ ਇੰਨਾ ਲੈ ਲਿਆ ਪਤਾ ਨਹੀਂ ਕੀ ਉਹ ਸੋਨੇ ਦੀਆਂ ਮੋਹਰਾਂ ਦਿੰਦੇ ਰਿਹਾ ਉਹਨਾਂ ਨੂੰ ਕਿ ਕਰਜ਼ਾ ਇੰਨਾ ਲੈ ਲਿਆ ਕਿਸ਼ਤਾਂ ਦਿੱਤੀਆਂ ਨਹੀਂ ਗਈਆਂ ਹੰਬਨਟੋਟਾ ਜਿਹੜੀ ਬੰਦਰਗਾਹ ਆ ਉਹ ਚੀਨ ਨੂੰ ਦੇਣੀ ਪਈ ਕਿ ਪਾਈ ਆ ਤੁਸੀਂ ਰੱਖ ਲਓ ਸਾਡਾ ਖੜਾ ਛੱਡੋ ਉਦੋਂ ਹੀ ਪਤਾ ਲੱਗਿਆ ਸੀ ਕਿ ਪਾਈ ਹੁਣ ਪੱਲੇ ਠੀਕ ਕਰੀਆਂ ਉਹਦੇ ਤੋਂ ਬਾਅਦ ਸੰਧਾ ਵਾਲੀ ਆ ਸਭ ਤੁਸੀਂ ਦੇਖੋ ਕਿ ਹਾਲਾਤ ਇੰਨੇ ਖਰਾਬ ਹੋ ਗਏ ਇੱਕਦਮ ਐਲਾਨ ਕਰ ਦਿੱਤਾ ਖਾਦ ਨਹੀਂ ਪਾਉਗੀ ਦਵਾਈਆਂ ਨਹੀਂ ਪੈਣਗੀਆਂ ਦੇਸੀ ਖੇਤੀ ਕਰਨੀ ਆ ਤੁਸੀਂ ਪਹਿਲਾਂ ਦੇਖੋ ਕਿ ਸ਼੍ਰੀਲੰਕਾ 'ਚ ਲੋਕ ਕਿੰਨੇ ਨੇ ਫਿਰ ਤੁਸੀਂ ਦੇਖੋ ਕਿ ਉੱਥੇ ਕਣਕ ਚੌਲ ਜਾਂ ਜਿਹੜਾ ਵੀ ਅਨਾਜ ਉੱਥੇ ਹੁੰਦਾ ਉਹ ਕਿੰਨਾ ਕੁ ਹੁੰਦਾ ਜੇ ਇੱਕਦਮ ਸਾਰਾ ਕੰਮ ਥੱਲੇ ਲਿਆਵਾਂਗੇ ਤਾਂ ਕੀ ਸਾਡੇ ਕੋਲੇ ਦੇਸ਼ ਦੇ ਲੋਕਾਂ ਨੂੰ ਰੋਟੀ ਖਵਾਉਣ ਜੋਗੇ ਪੈਸੇ ਹੋਣਗੇ ਸਿਆਸਤਦਾਨ ਸੀ ਸੋਚਿਆ ਹੀ ਕੁਛ ਨਾ ਇੱਕਦਮ ਸਾਰਾ ਕੁਝ ਬੰਦ ਕਰ ਦਿੱਤਾ ਪ੍ਰੋਡਕਸ਼ਨ ਹੀ ਡੰਡਕ ਪਈ ਟੂਰਿਸਟ ਆਏ ਨਾ ਫੋਰਨ ਕਰੰਸੀ ਨਾਲ ਕੋਲ ਰਹੀ ਅਨਾਜ ਘਟ ਗਿਆ ਬਾਹਰੋਂ ਮੰਗਵਾਉਣਾ ਪਿਆ ਤੇ ਅਗਲੇ ਨੇ ਮੁਫਤ ਤਾ ਦੇਣਾ ਨਹੀਂ ਪੈਸੇ ਲੈਣੇ ਆ ਪੈਸੇ ਕੋਲ ਕੋਈ ਨਾ ਦੁੱਧ 400 ਨੂੰ ਲੀਟਰ ਜੀ ਚੌਲ 300 ਨੂੰ ਲੀਟਰ ਜੀ 2 2 2.5 2.5 ਹਜ਼ਾਰ ਨੂੰ ਚੀਜ਼ਾਂ ਜਿਹੜੀਆਂ ਹੁਣ ਲੱਗ ਪਈਆਂ ਜਿਹੜੀਆਂ ਪਹਿਲਾਂ 250 300 ਨੂੰ ਮਿਲਦੀਆਂ ਸੀ ਲੋਕ ਤੰਗ ਹੋ ਗਏ ਸਰਕਾਰ ਦੇ ਵਿਰੁੱਧ ਸੜਕਾਂ ਤੇ ਆਉਣ ਲੱਗ ਪਏ ਮਹੀਨੇ ਚ ਦੋ ਵਾਰੀ ਐਮਰਜੈਂਸੀ ਲਾਤੀ ਆਖਰਕਾਰ ਥੋੜੇ ਘੰਟੇ ਪਹਿਲਾਂ ਪ੍ਰਧਾਨ ਮੰਤਰੀ ਅਸਤੀਫਾ ਦੇ ਗਿਆ ਤੁਸੀਂ ਦੇਖੋ ਸੰਧਾਲੀਆ ਸਭ ਹਾਲਾਤ ਕੀ ਨੇ 12 13 ਮੈਂਬਰ ਪਾਰਲੀਮੈਂਟਾਂ ਦੇ ਲੋਕਾਂ ਨੇ ਘਰ ਛਾੜਤੇ ਹਮ ਇੱਕ ਲੀਡਰ ਕਲੰਬੋ ਚ ਬਹੁਤ ਸਾਰੇ ਲੀਡਰ ਭੱਜਣ ਲੱਗ ਪਏ ਕਿ ਭਾਈ ਲੋਕ ਕਿਤੇ ਸਾਡੇ ਘਰਾਂ ਨੂੰ ਘੇਰਾ ਨਾ ਪਾ ਲੈਣ ਕਿਉਂਕਿ ਲੋਕ ਜਦੋਂ ਭੁੱਖੇ ਹੁੰਦੇ ਆ ਲੋਕਾਂ ਨੂੰ ਜਦੋਂ ਖਾਣ ਨੂੰ ਨਹੀਂ ਲ ਤੇਲ ਨਹੀਂ ਲੱਭਦਾ ਪਾਣੀ ਲੱਭਦਾ ਲੋਕੀ ਕਰਨ ਕੀ ਵੈਸੇ ਅਸੀਂ ਕਹਿੰਦੇ ਆ ਕਿ ਹਿੰਸਾ ਬਿਲਕੁਲ ਨਾ ਹੋਵੇ ਪਰ ਜਦੋਂ ਰਾਜਨੀਤਿਕ ਲੀਡਰ ਅਤਕਰਾ ਦਿੰਦੇ ਆ ਤਾਂ ਫਿਰ ਲੋਕਾਂ ਦੇ ਕੋਲੇ ਕੋਈ ਹੋਰ ਸਾਧਨ ਸ਼ਾਇਦ ਬਚਦਾ ਨਹੀਂ ਇੱਕ ਲੀਡਰ ਦੇਖੋ ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਚ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ ਭੀੜ ਨੇ ਘੇਰ ਲਿਆ ਸਣੇ ਕਾਰਨਹਿਤਤਾ ਦੇਤਾ ਕਾਰਨ ਨਹੀਂ ਬਾਹਰ ਨਹੀਂ ਨਿਕਲਣ ਦਿੱਤਾ ਜਣੀ ਇੱਥੇ ਤੱਕ ਗੱਲ ਦੁਨੀਆ ਦੇ ਕਿਸੇ ਵੀ ਦੇਸ਼ ਕਿਸੇ ਵੀ ਖਿੱਤੇ ਚ ਪਹੁੰਚੇ ਨਾ ਕਿਉਂਕਿ ਠੀਕ ਹੈ ਗਲਤ ਪਾਲਿਸੀਆਂ ਬੜਾਈ ਚਾਹੋਗੇ ਲੋਕਾਂ ਦਾ ਹੱਥ ਤੰਗ ਹੋਈ ਜਾਊਗਾ ਫਿਰ ਲੋਕਾਂ ਦੇ ਕੋਲੇ ਚਾਰਾ ਕੀ ਹੈ ਦੇਖਦੇ ਆਂ ਗੋਲੀ ਮਾਰਨ ਦਾ ਹੁਕਮ ਜਿਹੜਾ ਰਾਸ਼ਟਰਪਤੀ ਸਾਹਿਬ ਨੇ ਸ਼੍ਰੀਲੰਕਾ ਚ ਐਸਵੇ ਦਿੱਤਾ ਹੋਇਆ ਤੇ ਲੋਕ 2-2 ਲੱਖ ਸ਼੍ਰੀਲੰਕਾ ਦਾ ਰੁਪਈਆ ਦੇ ਕੇ ਭਾਰਤ ਆਉਣ ਨੂੰ ਤਿਆਰ ਨੇ ਗੈਰਕਾਨੂੰਨੀ ਸਫ਼ਰ ਕਰ ਰਹੇ ਕਿਸ਼ਤੀਆਂ ਦੇ ਵਿੱਚ ਇਹੋ ਕਾਰਨ ਹੈ ਵੀ ਜਦੋਂ ਦੇਸ਼ ਦੇ ਵਿੱਚ ਸਾਰਾ ਕੁਝ ਵਿਗੜਿਆ ਉਦੋਂ ਵਿੱਚ ਸਭ ਤੋਂ ਵੱਧ ਕੋਈ ਬੰਦਾ ਤੰਗ ਹੈ ਤੇ ਆਮ ਬੰਦਾ ਜੀ ਹੁਣ ਜੇ ਉੱਥੇ ਗੋਲੀ ਮਾਰਨ ਦਾ ਹੁਕਮ ਆਵੇ ਤਾਂ ਵੀ ਬੰਦਾ ਕਹਿੰਦਾ ਵੀ ਜੋ ਕੁਝ ਵੇਚ-ਵਟ ਕੇ ਜੇ ਮੈਂ ਕਿਸੇ ਪਾਸੇ ਨਿਕਲਣਾ ਤੇ ਤਾਂ ਵੀ ਤੰਗ ਹੋ ਕੇ ਨਿਕਲ ਰਿਹਾ ਆ ਮੁੰਡਾ ਹੁਣ ਗੇਵੇਂ ਆ ਵੀ ਆ ਜਿੰਨੀਆਂ ਗੱਲਾਂ ਤੁਸੀਂ ਦੱਸੀਆਂ ਸਮਝਾਈਆਂ ਨਾ ਜੇ ਇਹਨਾਂ ਦੀ ਜੜ ਲੱਭਣ ਤੁਰੀਏ ਜੀ ਪਤਾ ਨਹੀਂ ਰਵਾਜ ਹੀ ਪੈ ਗਿਆ ਜਾਂ ਕਹਿ ਲਓ ਕਿ 올 ওভার ਦਾ ਵਰਲਡ ਹੀ ਇਹ ਕੰਮ ਚੱਲਣ ਲੱਗ ਪਿਆ ਕਿ ਵੀ ਲੀਡਰ ਸਾਹਿਬਾਨ ਅਗਲਾ ਕਹਿੰਦਾ ਵੀ ਹੁਣ ਕੁਰਸੀ ਆ ਗਈ ਹੁਣ ਜਾਂ ਤਾਂ ਇਹ ਹੋ ਗਿਆ ਕਿ ਜਦੋਂ ਆਪਾਂ ਇਹ ਜ਼ਿਕਰ ਕਰਦੇ ਨੇ ਵੀ ਨੈਕਸਸ ਪਹਿਲਾਂ ਛੋਟੇ ਥਾਂ ਤੋਂ ਸ਼ੁਰੂ ਹੁੰਦਾ ਫਿਰ ਹੌਲੀ-ਹੌਲੀ ਸ਼ਹਿਰ ਨੂੰ ਘੇਰਾ ਪਾਉਂਦਾ ਫਿਰ ਸੂਬਾ ਫਿਰ ਦੇਸ਼ ਹੋਣ ਹੋਇਆ ਤਾਂ ਉੱਥੇ ਵੀ ਲਗਭਗ ਇਦਾਂ ਹੀ ਹੈ ਕਿ ਵੀ ਜਦੋਂ ਬੰਦੇ ਕੋਲੇ ਕੁਰਸੀ ਆ ਜਾਂਦੀ ਹੈ ਤੇ ਇੱਕ ਪਹਿਲਾ ਤਰੀਕਾ ਤੇ ਹੁੰਦਾ ਵੀ ਕੁਰਸੀ ਆ ਕੁਰਸੀ ਤੇ ਬੈਠ ਕੇ ਤੁਸੀਂ ਲੋਕਾਂ ਦੇ ਲਈ ਕੰਮ ਕਰਨਾ। ਨਾ ਤੁਸੀਂ ਸਵੇਰੇ ਸੌਣਾ ਨਾ ਤੁਸੀਂ ਰਾਤੀ ਸੌਣਾ। ਤੁਸੀਂ 24 ਘੰਟਿਆਂ 'ਚ ਜੋ ਜਿੰਨਾ ਵਾਦ ਤੋਂ ਆ ਟਾਈਮ ਉਹ ਕਰੋ ਕੰਮ ਜਿਹਦੇ ਨਾਲ ਆਮ ਲੋਕਾਂ ਦਾ ਆਮ ਪਰਜਾ ਦਾ ਫਾਇਦਾ ਹੋਵੇ ਤੁਹਾਡਾ ਸੂਬਾ ਹੈ ਦੇਸ਼ ਆ ਤਰੱਕੀ ਕਰੇ। ਹੁੰਦਾ ਕੀ ਆ। ਅਗਲਾ ਕਹਿੰਦਾ ਵੀ ਵੀਰ ਕੀ ਲੋਡ ਪਈ ਆ 10 11 12 ਵਜੇ ਤੱਕ ਪਾਰਟੀ ਚੱਲੇ। ਸਵੇਰੇ 9 10 11 ਵਜੇ ਕਿਤੇ ਉਠਾਂਗੇ। ਉਦੋਂ ਬਾਅਦ ਜੇ ਕਿਤੇ ਕੋਈ ਟਾਈਮ ਲੱਗ ਗਿਆ ਤੇ ਠੀਕ ਆ ਨਹੀਂ ਤੇ ਫਿਰ ਰੋਟੀ ਪਾਣੀ ਖਾ ਕੇ ਉੱਥੇ ਬੈਠਿਆਂ ਤਾਂ ਕੋਈ ਸੱਦ ਲਵਾਂਗੇ ਕਿਹੜੇ ਕਿਹੜੇ ਬੰਦੇ ਆਏ ਆ ਅਗਲੇ ਬੰਦੇ ਕਹਿਣਗੇ ਜੀ ਪਾਲਿਸੀ ਬਣਾ ਲਈ ਆ ਸਾਰਾ ਕੰਮ ਸੈਟ ਆ ਕਰਨਾ ਕੀ ਆ ਉਹ ਕਹਿੰਦੇ ਸਰ ਤੁਸੀਂ ਦਸਤਖਤ ਕਰਨੇ ਆ ਇੰਨਾ ਕ ਕਸ਼ਟ ਕਰੇ ਇੰਨਾ ਕਸ਼ਟ ਕਰਦੇ ਉਹ ਕਹਿੰਦੇ ਦਸਤਖਤ ਤੇ ਮੈਂ ਕਰ ਦਿੰਦਾ ਪਰ ਮੈਂ ਉਹ ਕਹਿੰਦਾ ਸਰ ਤੁਸੀਂ ਚਿੰਤਾ ਨਹੀਂ ਕਰਨੀ ਆ ਸਾਹਮਣੇ ਅਟੈਚੀਆਂ ਦੀ ਲੱਗੀਆਂ ਲਾਈਨ 2-4 ਹੋਰ ਕੋਪ ਆ ਵਧਾ ਦੇਗੇ ਨਹੀਂ ਤੇ ਇਸੇ ਹਿਸਾਬ ਨਾਲ ਆਉਣ ਲੱਗ ਪਣਗੇ ਪਰ ਹੈ ਤਾਂ ਤਕਲੀਫ ਹੀ ਨੋਟ ਚੱਕ ਲਓ ਮੜੇ ਜੀ ਹਾ ਹੈ ਨਾ ਮਤਲਬ ਅਗਲੇ ਕਹਿਣਾ ਵੀ ਮਸ਼ ਕਹਿਣ ਤੋਂ ਪਾਵੇ ਹੋ ਗਿਆ ਵੀ ਜਦੋਂ ਅਗਲਿਆਂ ਨੂੰ ਦਸਤਖਤ ਵੇਚ ਕੇ ਪੈਸੇ ਆਉਣ ਲੱਗ ਪਏ ਉਹ ਪਾਲਿਸੀ ਤੇ ਸਭ ਤੋਂ ਵਧੀਆ ਐ ਹੌਲੀ ਹੌਲੀ ਇਹ ਕਿਹੜਾ ਬੰਦਾ ਨਹੀਂ ਚਾਹੁੰਦਾ ਵੀ ਮੈਨੂੰ ਕਰਨਾ ਕੱਖ ਨਾ ਪਵੇ ਮੈਂ ਬੈਠਾ ਹਾਂ ਮੈਂ ਘੁੱਗੀ ਮਾਰਾਂ ਮਾਇਆ ਅੰਦਰ ਆਵੇ ਦਬਕਾ ਮੇਰਾ ਚੱਲਦਾ ਹੋਵੇ ਜਿੰਨੂੰ ਮਰਜ਼ੀ ਲਾ ਦੇ ਆ ਜਿੰਨੂੰ ਮਰਜ਼ੀ ਲਾ ਦੇ ਆ ਉਹ ਠੀਕ ਐ ਚੱਲਦਾ ਰਿਹਾ ਪਰ ਉਹ ਹੌਲੀ ਹੌਲੀ ਜਿਹੜੇ ਬੰਦਿਆਂ ਨੂੰ ਤੁਸੀਂ ਸਾਰਾ ਕੁਝ ਦੇ ਦਿੱਤਾ ਉਹ ਤੇ ਆਪਣੇ ਹਿਸਾਬ ਨਾਲ ਚਲਾਉਣਗੇ ਨਾ ਤੇ ਜਦੋਂ ਫਿਰ ਪਤੀਲੇ ਮੁੱਦੇ ਮੁੱਦੇ ਵੱਜ ਜਾਂਦੇ ਆ ਉਦੋਂ ਇਹੋ ਕੁਝ ਹੁੰਦਾ ਵੀ ਇਹ ਲੋਕ ਫਿਰ ਨਹਿਰਾਂ 'ਚ ਧੱਕਾ ਦਿੰਦੇ ਆ ਸੰਧਾਲੀਆ ਸਭ ਹੋ ਸਕਦਾ ਕਿ ਪ੍ਰਾਈਮੇਰੀ ਸ਼ਾ ਟੀਵੀ ਦੇ ਪਰਿਵਾਰ ਦੇ ਕੁਝ ਮੈਂਬਰਾਂ ਲਗੇ ਯਾਰ ਸ਼੍ਰੀਲੰਕਾ ਤੋਂ ਅਸੀਂ ਕੀ ਲੈਣਾ ਦੇਖੋ ਜਦੋਂ ਭਾਰਤ ਦਾ ਨਕਸ਼ਾ ਦੇਖਦੇ ਆਂ ਜੇ ਇਕੱਲੇ ਭਾਰਤ ਦਾ ਨਕਸ਼ਾ ਵੀ ਸਰਚ ਕਰੋ ਤਾਂ ਨਾਲ ਇੱਕ ਭਾਰਤ ਦੇ ਥੱਲੇ ਨਹੀਂਗਾ ਜਾਂ ਥਾਂ ਹੁੰਦੀ ਆ ਉਹ ਸ਼੍ਰੀਲੰਕਾ ਉਹ ਨਾਲ ਹੀ ਹੈ ਮਤਲਬ ਉਹ ਇਦਾਂ ਵੀ ਲੱਲੇ ਦੇ ਪੈਰ 'ਚ ਬਿੰਦੀ ਨਹੀਂ ਪਾਈ ਜੀ ਬਸ ਇੰਨਾ ਕੀ ਆ ਕੰਮ ਹੈ ਬਿੰਦੀ ਗੋਲ ਘਟਿਆ ਬਸ ਇੰਨਾ ਕੁ ਫਰਕ ਹੈ ਨਾ ਹੁਣ ਸੰਧਾਲੀਆ ਸਭ ਤੁਸੀਂ ਦੇਖੋ ਕਿ ਉਹ ਦੇਸ਼ ਬਹੁਤ ਛੋਟਾ ਉਹਦੀ ਧਰਤੀ ਆਸਟ੍ਰੇਲੀਆ ਵਾਂਗੂ ਕਿਸੇ ਦੂਸਰੇ ਮੁਲਕ ਨਾਲ ਲੱਗਦੀ ਨਹੀਂ ਭਾਰਤ ਤੋਂ ਦੇ ਸਭ ਤੋਂ ਨੇੜੇ ਆ। ਯਾਨੀ ਜੇ ਬਹੁਤ ਨੇੜੇ ਕਰਕੇ ਤੁਸੀਂ ਉਹਦਾ ਨਕਸ਼ਾ ਦੇਖੋ ਤਾਂ ਭਾਰਤ ਦੇ ਤਾਮਿਲਨਾਡੂ ਸੂਬਾ ਜਿਹੜਾ ਹੈ ਉਹਦੇ ਨਾਲ ਤੇ ਸ਼੍ਰੀਲੰਕਾ ਦੀ ਧਰਤੀ ਦੇ ਵਿਚਾਲੇ ਇੱਕ ਥਾਂ ਤੇ ਇਦਾਂ ਦੀ ਜਿੱਥੇ 35-40 ਕਿਲੋਮੀਟਰ ਦਾ ਫਰਕ ਆ। ਹੂੰ। ਯਾਨੀ ਇਧਰੋਂ ਸ਼੍ਰੀਲੰਕਾ ਦੀ ਧਰਤੀ ਤੋਂ 35-40 ਕਿਲੋਮੀਟਰ ਸਮੁੰਦਰ ਵਿਚਾਲੇ ਰਹਿ ਜਾਂਦਾ। ਤੇ ਉੱਥੋਂ ਫਾਈਬਰ ਦੀਆਂ ਕਿਸ਼ਤੀਆਂ ਚੱਲਦੀਆਂ ਜਿਹੜੇ ਮੱਛੀਆਂ ਫੜਨ ਵਾਲੇ ਮਛਿਆਰੇ ਨੇ ਉਹਨਾਂ ਨੂੰ ਆਗਿਆ ਹੈਗੀ ਐ ਪਰ ਸ਼੍ਰੀਲੰਕਾ ਦੀ ਹੁਣ ਫੌਜ ਉੱਥੇ ਲੱਗ ਗਈ ਕਹਿੰਦੇ ਕਿ ਨਹੀਂ ਭਾਈ ਸਾਨੂੰ ਪਤਾ ਲੱਗਾ ਕਿ ਗੈਰਕਾਨੂੰਨੀ ਪ੍ਰਵਾਸ ਕਰਾਉਂਦੇ ਆ ਭਾਰਤ ਅੱਗੇ 25000 శ్రీలంక ਦੇ ਰੁਪਈਏ ਲੈਂਦੇ ਸੀ ਬੰਦਾ ਇੱਕ ਦੋ ਬਿਠਾੜ ਕੇ ਲੈ ਜਾਣਾ ਹੈ ਉਧਰ ਨੂੰ ਮੱਛੀਆਂ ਫੜਨ ਦੇ ਬਾਅਦ ਨੇ ਉਧਰ ਲਾਇਆ ਹੁਣਾ ਫਿਰ 50000 ਹੋ ਗਿਆ ਜਦੋਂ శ్రీలంక ਦੇ ਵਿੱਚ ਮਹਿੰਗਾਈ ਵਧ ਗਈ ਅਫਰਾ ਤਫਰੀ ਫੈਲ ਗਈ ਲੱਖ ਹੋ ਗਿਆ ਡੂਡ ਲੱਖ ਹੋ ਗਿਆ ਹੁਣ 2-2 ਲੱਖ ਰੁਪਈਆ ਵੀ ਇੱਥੋਂ ਤੱਕ ਇਹਨਾਂ ਨੇ ਕਹਿਤਾ ਕਿ ਜੇ ਮੱਛੀਆਂ ਫੜਨ ਵੀ ਕਿਸੇ ਨੇ ਜਾਣਾ ਹੈ ਪਹਿਲਾਂ ਸਾਡੇ ਤੋਂ ਅੱਗੇ ਲੈਣੀ ਪਊਗੀ ਤੇ ਇਧਰ ਭਾਰਤ ਸਰਕਾਰ ਨੇ ਕੈਂਪ ਲਾਤੇ ਆ ਪ੍ਰਬੰਧ ਕਰਤਾ ਲੰਗਰ ਪਾਣੀ ਦਾ ਪ੍ਰਬੰਧ ਵੀ ਕਰ ਰਹੀ ਹੈ ਚੰਗੀ ਗੱਲ ਹੈ ਜਿਹੜੇ ਲੋਕ ਉੱਥੇ ਫਸੇ ਹੋਏ ਨੇ ਔਖੇ ਨੇ ਉਹਨਾਂ ਦੀ ਮਦਦ ਐਸ ਮੌਕੇ ਦੇ ਉੱਤੇ ਕਰਨੀ ਚ ਕਿੱਡੀ ਵੱਡੀ ਤਰਸਤੀ ਆ ਕਿ ਭਾਰਤ ਦੇ ਵਿੱਚੋਂ ਲੋਕ ਗੈਰ ਕਾਨੂੰਨੀ ਤਰੀਕੇ ਸੜਦਾ ਟੱਪ ਕੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂਰਪ ਪਹੁੰਚਣਾ ਚਾਹੁੰਦੇ ਆ ਆਪਕਨੂੰ ਇੱਕ ਵਾਰੀ ਪਹੁੰਚ ਜਾ ਕੰਮ ਠੀਕ ਹੈ ਉਹ ਸ਼੍ਰੀਲੰਕਾ ਵਾਲੇ ਭਾਰਤ ਆਉਣਾ ਚਾਹੁੰਦੇ ਆ ਦੋ ਨੰਬਰ ਦੇ ਵਿੱਚ ਜਾਨ ਜੋਖਮ ਚ ਪਾ ਕੇ ਉਹ ਕਿਸ਼ਤੀਆਂ ਭਾਰ ਸਹਿਣ ਜੋਗੀਆਂ ਹੁੰਦੀਆਂ ਨਹੀਂ ਫੌਜ ਵਾਲੇ ਵੀ ਕਹਿੰਦੇ ਕਿ ਅਸੀਂ ਗੋਲੀ ਮਾਰ ਦੇਣੀ ਜੇ ਕੋਈ ਦੋ ਨੰਬਰ ਦੇ ਵਿੱਚ ਭੱਜਿਆ ਤਾਂ ਉਹ ਬੰਦੇ ਭਾਰਤ ਦੇ ਵਿੱਚ ਆ ਕੇ ਕਿਹੜਾ ਡਾਲਰ ਚੱਲਦਾ ਉੱਥੇ ਕਿਹੜਾ ਕੰਮ ਕਰ ਬਹੁਤ ਹੀ ਖੁੱਲੇ ਨੇ ਕਿ ਭਾਈ ਤੁਹਾਨੂੰ ਆਉਂਦਿਆਂ ਨੂੰ ਕੰਮ ਮਿਲ ਜਣਾ ਤੇ ਉੱਥੇ ਸ ਤੁਸੀਂ ਦੇਖੋ ਕਿ ਉਹਨਾਂ ਲੋਕਾਂ ਦੇ ਹਾਲਾਤ ਕਿੰਨੇ ਬਾੜੇ ਹੋਣਗੇ ਜਿਹੜੇ ਕਿ 2-2 ਲੱਖ শ্রীলੰਕਾ ਦੇ ਰੁਪਈਆ ਦੇ ਕੇ ਭਾਰਤ ਉਹਦੇ ਵਿੱਚ ਫਨਾ ਲੈਣ ਨੂੰ ਫਿਰਦੇ ਆ ਹਨ ਇਹ ਇਹ ਗੱਲ ਤੇ ਸੋਚਣ ਵਾਲੀ ਹੈ ਨਾ ਪਰ ਇਹ ਸਾਰੇ ਕੁਝ ਹੈ ਤੇ WhatsApp ਗੱਲ ਉੱਥੇ ਆ ਕੇ ਮੋਕਦੀ ਹੈ ਵੀ ਜਿਹੜਾ ਬੰਦਾ ਜਿੱਥੇ ਰਹਿੰਦਾ ਹੁੰਦਾ ਹੌਲੀ-ਹੌਲੀ ਜਦੋਂ ਉਹ ਸਿਸਟਮ ਦੇ ਵਿੱਚ ਵੇਖਦਾ ਤੇ ਉਹਨੂੰ ਲੱਗਦਾ ਵੀ ਯਾਰ ਉਹ ਕੋਠੇ ਵਾਲਾ ਕੰਮ ਵੀ ਯਾਰ ਉਹ ਆਹ ਇੱਕ ਥੋੜੀ ਜਿਹੀ ਤੜਕ ਗਈ ਉਹ ਬਰਸਾਤਾਂ ਦੇ ਇੱਥੋਂ ਵੀ ਚੋਣ ਲੱਗ ਪਈ ਉਹ ਯਾਰ ਆਹ ਤੇ ਬੂਏ ਦਾ ਕਬਜ਼ਾ ਵੀ ਢਿੱਲਾ ਅਛਾਏ ਕੁੰਡਾ ਦੇ ਵਜਣੋਂ ਹੀ ਹਟ ਗਿਆ ਫਿਰ ਹੌਲੀ ਹੌਲੀ ਸੋਚਦਾ ਬੰਦਾ ਵੀ ਜਾ ਮੈਂ ਕੋਠਾ ਛੱਡ ਦਿਆਂ ਮੈਂ ਇਹਦੇ ਥੱਲੇ ਆ ਜੈਣਾ ਤੇ ਜਾ ਮੈਂ ਇਹਦਾ ਕੋਈ ਨਾ ਕੋਈ ਹੱਲ ਕਰ ਲਾਂ ਜੇ ਤੇ ਉਹਦੇ ਪੱਲੇ ਕੁਝ ਹੋਵੇ ਫਿਰ ਬੰਦਾ ਉਹਨੂੰ ਟੀਪ ਟੂਪ ਕਰ ਲੀਂਦਾ ਪਲਸਟਰ ਪਲਸਟਰ ਕਰਕੇ ਦੋ ਬਾਲੇ ਬਦਲਨੇ ਤੇ ਫਿਰ ਚਲੋ ਕੰਮ ਚੱਲਦਾ ਹੋ ਜਾਂਦਾ ਤੇ ਜੇ ਉਹਨੂੰ ਜਾਪੇ ਵੀ ਮੇਰੇ ਪੱਲੇ ਕੁਝ ਨਹੀਂ ਫਿਰ ਉਹਨੂੰ ਛੱਡਦਾ ਵੀ ਯਾਰ ਮੈਂ ਮਰਨਾ ਜਾਵਾਂ ਇਹੋ ਹੀ ਕੰਮ ਸ਼੍ਰੀਲੰਕਾ ਵਾਲਿਆਂ ਨਾਲ ਹੋਂਦਿਆ ਉੱਥੇ ਤੇ ਇਹੋ ਹੀ ਕੰਮ ਜਦੋਂ ਆਪਾਂ ਇੱਥੇ ਦੇਖਦੇ ਆਂ ਜਦੋਂ ਅਗਲੇ ਪੰਜਾਬ ਦਾ ਵੀ ਯਾਰ ਮੈਂ ਪੜ ਵੀ ਲਿਆ ਮੇਰੇ ਕੋਲ ਡਿਗਰੀਆਂ ਤੇ ਜਦੋਂ ਮੈਂ ਬਾਹਰ ਨਿਕਲਦਾ ਤੇ ਫਿਰ ਪੰਜਾਬ ਦਾ ਵੀਰ ਭੁੱਖਿਆ ਨਹੀਂ ਜੀ ਫਿਰ ਬੰਦਾ ਸੋਚਦਾ ਜਿਹਦੇ ਬਾਰੇ ਅੱਜ ਕੱਲ ਦੀ ਡੇਟ ਚ ਕਿਹਾ ਜਾਂਦਾ ਵੀ ਡਿਗਰੀ ਬਣਾ ਲਈ ਹੁਣ ਅਗਲੇ ਨੂੰ ਲੱਗਦਾ ਵੀ ਯਾਰ ਸਾਡੇ ਲਈ ਤੇ ਉਹ ਡਿਗਰੀ ਆ ਜਿਹੜੀ ਸਾਨੂੰ ਚੋਕ ਕੇ ਕਿਤੇ ਨਾ ਕਿਤੇ ਰੋਟੀ ਤੇ ਪਾ ਦੇਵੇ ਜੀ ਉਹ ਸਾਰਾ ਕੁਝ ਲੈ ਕੇ ਤੇ ਹਰੇਕ ਬੰਦਾ ਪ੍ਰਵਾਸ ਦੇ ਰਾਹ ਪੈ ਜਾਂਦਾ ਪਰ ਗੱਲ ਉੱਥੇ ਘੁੰਮ ਫਿਰ ਕੇ ਆਉਂਦੀ ਆ ਵੀ ਅਸਲ ਦੇ ਵਿੱਚ ਤੇ ਨੀਤੀਆਂ ਨਾ ਵੀ ਜੇ ਉਹ ਨੀਤੀਆਂ ਲਾਗੂ ਕਰਨ ਵਾਲੇ ਬੰਦੇ ਕਿਤੇ ਪਹਿਲੇ ਲਾਗੂ ਕਰ ਦਿੰਦੇ ਤੇ ਸ਼ਾਇਦ ਨਾ শ্রীলੰਕਾ ਚ ਨੌਬਤਾਂ ਦੀ ਨਾ ਇੰਡੀਆ ਚ ਆਉਂਦੀਆਂ ਤੇ ਜੇ ਉਹ ਕੰਮ ਉਹੀ ਹੋਣਾ ਭੀ ਦਸਤਖਤ ਵੇਚ ਕੇ ਕੰਮ ਚੱਲਦਾ ਤੇ ਫਿਰ ਤੇ ਟੈਨਸ਼ਨ ਹੀ ਕੋਈ ਨਹੀਂ ਹਾਂ ਨਹੀਂ ਗੱਲ ਸੰਧਾਲੀਆ ਸਭ ਥੋੜੀ ਠੀਕ ਐ ਮੈਨੂੰ ਨਾ ਥੋੜੀ ਜੀ ਚਿੰਤਾ ਇਸ ਕਰਕੇ ਹੁੰਦੀ ਕਿਉਂਕਿ ਸਾਡਾ ਉਹ ਮੁਲਕ ਗਵਾਂਡੀ ਗ੍ਰਹਿਜੋਤ ਵਰਗੇ ਹਾਲਾਤ ਨੇ ਇੱਕ ਬੰਦਰਗਾ ਪਹਿਲੇ ਹੀ ਚੀਨ ਨੂੰ ਦੇ ਦਿੱਤੀ ਐ ਜੇ ਅਫਰਾ ਤਫਰੀ ਫੈਲੀ ਰੀ ਡਵੈਲਪਮੈਂਟ ਤਾਂ ਕੀ ਹੁਣ ਇਹ ਦੇਸ਼ ਕਿਸੇ ਦੇ ਹੱਥ ਆ ਜਾਣਾ ਚਾਹੀਏ ਸਿੱਧਾ ਆ ਜਾਵੇ ਚਾਹੀਏ ਸਿੱਧਾ ਤੇ ਜਦੋਂ ਤੁਹਾਡਾ ਗਵਾਂਡੀ ਮੁਲਕ ਕਿਸੇ ਦੇ ਹੱਥ ਆ ਜਾਵੇ ਉਹ ਫਿਰ ਉਸ ਧਰਤੀ ਨੂੰ ਤੁਹਾਡੇ ਹੱਕ ਚ ਵਰਤਦੇ ਆ ਕਿ ਵਿਰੋਧ ਦੇ ਵਿੱਚ ਵਰਤਦੇ ਆ ਸਾਨੂੰ ਸੇਕ ਲੱਗ ਸਕਦਾ ਅਸੀਂ ਤਾਂ ਇੰਨੇ ਕਸੂਤੇ ਫਸੇ ਆ ਉੱਪਰਲੇ ਪਾਸੇ ਚੀਨ ਹੈ ਹੇਠਲੇ ਪਾਸੇ ਸ਼੍ਰੀਲੰਕਾ ਦੇ ਆ ਹਾਲਾਤ ਨੇ ਤੇ ਗੁਆਂਢ ਦੇ ਵਿੱਚ ਸਾਡਾ ਮੁਲਕ ਜਿਹੜਾ ਪਾਕਿਸਤਾਨ ਹੈ ਉਹ ਪਾਕਿਸਤਾਨ ਦੇ ਵਿੱਚ ਵੀ ਤੁਸੀਂ ਦੇਖੋ ਕਿ ਇੱਕ ਤਾਂ ਪ੍ਰਧਾਨ ਮੰਤਰੀ ਬਦਲਿਆ ਰਾਜਨੀਤਿਕ ਸਥਿਰਤਾ ਉੱਥੇ ਇੱਕ ਸਿਖਰ ਦੀ ਹੈ ਪੈਸੇ ਦੇ ਲੈ ਪੱਖੋਂ ਉਹਨਾਂ ਦੇ ਬੁਰੇ ਹਾਲ ਆਪਾਂ ਨੂੰ ਪਤਾ ਆ ਪਿੱਛੇ ਜਦੋਂ ਪੰਜਾਬ ਦੇ ਵਿੱਚ ਰੌਲਾ ਪਿਆ ਸੀ ਕਿ ਭਾਈ ਉੱਥੇ ਜਿਹੜੀ ਗਰਮ ਹਵਾ ਚੱਲੀ ਹੈ ਜਾਂ ਗਰਮੀ ਛੇਤੀ ਆ ਗਈ ਦਾਣੇ ਕਣਕ ਦੇ ਸੁੰਗੜ ਗਏ ਉਹ ਕਿਹੜਾ ਬਾਗਾ ਬਾਰਡਰ ਦੇ ਲਾਗੇ ਜਾ ਕੇ ਹਵਾ ਮੋੜੇ ਆਉਂਦੀ ਸੀ ਗੰਡੇ ਵਾਲੀ ਤਾਰ ਚ ਲਾ ਕੇ ਹਵਾ ਤਾਂ ਉਧਰਲੇ ਪਾਸੇ ਨੂੰ ਵੀ ਜਾਂਦੀ ਸੀ ਜਾਂ ਉਧਰੋਂ ਸਾਡੇ ਆਉਂਦੀ ਸੀ ਪਾਕਿਸਤਾਨ ਦੇ ਵਿੱਚ ਵੀ 30 ਲੱਖ ਟਨ ਕਣਕ ਜਿਹੜੀ ਹੈ ਉਹ ਘਟ ਗਈ ਪ੍ਰੋਡਕਸ਼ਨ ਉੱਥੇ ਵੀ ਘਟ ਹੋਈ ਹੈ ਤੇ ਸਾਡੇ ਕੋਲੇ ਤਾਂ ਚਲੋ ਇੱਥੇ ਪਿਆ ਹੁੰਦੇ ਭੰਡਾਰ ਗੋਡਾਣ ਚ ਪਈ ਹੁੰਦੀ ਹੈ ਜੇ ਸਾਡੇ ਘੱਟ ਵੀ ਪ੍ਰੋਡਕਸ਼ਨ ਹੋਈ ਤਾਂ ਲੋਕਾਂ ਨੂੰ ਰੋਟੀ ਖਾਣ ਦੇ ਲਈ ਕਣਕ ਦੇਸ਼ ਤੋਂ ਬਾਹਰੋਂ ਨਹੀਂ ਆਉਣੀ ਆਣੀ ਇੰਨਾਕ ਭਾਰਤ ਸੌਖਾ ਉਹਨਾਂ ਨੂੰ ਬਾਹਰੋਂ ਮੰਗਵਾਉਣੀ ਪੈਣੀ ਹੈ ਦੇਖੋ ਪੈਸੇ ਉਹਨਾਂ ਦੇ ਕੋਲੇ ਪਹਿਲੇ ਨਹੀਂ ਸ਼ਾਬਾਸ਼ ਸ੍ਰੀ ਪ੍ਰਧਾਨ ਮੰਤਰੀ ਬਣਿਆ ਮੀਟਿੰਗ ਇਹਸ ਮੁੱਦੇ ਤੇ ਲੈਣੀ ਪਈ ਹੈ ਤੇ ਜੇ ਹੁਣ ਉਹਨਾਂ ਨੂੰ ਕਣਕ ਵੀ ਬਾਹਰੋਂ ਖਰੀਦਣੀ ਪਈ ਹੈ ਤਾਂ ਰੁਪਈਏ ਚਾਹੀਦੇ ਆ ਜਾਂ ਡਾਲਰ ਚਾਹੀਦੇ ਆ ਡਾਲਰ ਉਹਨਾਂ ਕੋਲ ਹੈ ਨਹੀਂ ਕਿਸੇ ਕੋਲ ਉਧਾਰ ਫੜਨਗੇ ਉਧਾਰ ਫੜਨਗੇ ਤਾਂ ਭਲਕ ਨੂੰ ਜਿਹਦਾ ਹੰਬਨ ਟੋਟਾ ਵਾਲੀ ਬੰਦਰਗਾਹ ਸ਼੍ਰੀਲੰਕਾ ਨੇ ਕਿਸੇ ਨੂੰ ਦਿੱਤੀ ਹੈ ਭਲਕ ਨੂੰ ਇਹ ਵੀ ਮਜਬੂਰ ਹੋਣਗੇ ਸਾਨੂੰ ਤਾਂ ਚਾਰੇ ਪਾਸੇ ਉਸੇਕਾ ਇਸ ਕਰਕੇ ਸਾਡੀ ਲੀਡਰਸ਼ਿਪ ਬਹੁਤ ਧਿਆਨ ਨਾਲ ਚੱਲੇ ਗੱਲ ਤਾਂ ਬਣਦੀ ਹੈ ਬਣਦੀ ਆ ਦੇਖੋ ਹੁਣ ਕਾਰਨ ਇਹ ਆ ਵੀ ਜੋ ਜੰਮੂ ਕਸ਼ਮੀਰ ਚ ਪਹਿਲਾਂ ਹੋਇਆ ਵਾਪਰਿਆ ਉਹਦੇ ਬਾਰੇ ਵੀ ਸਰਕਾਰ ਕਹਿੰਦੀ ਸੀ ਵੀ ਕਿਤੇ ਤਾਰ ਜੁੜਦੀ ਜੀ ਤਾਰ ਕਾ ਦੀ ਅਗਲੇ ਕਹਿੰਦੇ ਕੀ ਬਲੀ ਪਾਈ ਹੈ ਕਿ ਤਾਰ ਤਾਂ ਮਾਮੂਲੀ ਗੱਲ ਹੈ ਹੌਟਲਾਈਨ ਹੌਟਲਾਈਨ ਪਈ ਹੈ ਹੁਣ ਜਿਹੜੀ ਆ ਚਰਚਾ ਮੁਹਾਲੀ ਵਾਲੀ ਚੱਲੀ ਜੋ ਕੁਝ ਵੀ ਉਥੇ ਘਟਿਆ ਵਾਪਰ ਆ ਬਹੁਤਾ ਨਹੀਂ ਤੇ ਥੋੜਾ ਥੋੜਾ ਨਹੀਂ ਤੇ ਕਹਿ ਲੋ ਕਿ ਵੀ ਅਧ ਬਚਦਾ ਜਾ ਪੁਲਿਸ ਕਹਿ ਲੋ ਪ੍ਰਸ਼ਾਸਨ ਕਹਿ ਲੋ ਏਜੰਸੀਆਂ ਕਹਿ ਲੋ ਪੋਲੀਟੀਸ਼ਨ ਕਹਿ ਲੋ ਤਾਰ ਵਿਰੋਧਰੀ ਜੋੜਦੇ ਆ ਉਹ ਹੁਣ ਸਵਾਲ ਇਹ ਆ ਵੀ ਜੇ ਆਪਾਂ ਇੱਥੇ ਆਨੇ ਆ ਵੀ ਰੋਟੀ ਖਾਣੇ ਆ ਯਾਰ ਚਲੋ ਠੀਕ ਆ ਆਪਣੀ ਮਿਹਨਤ ਕਰਦੇ ਆ ਆਪਾਂ ਕਿਸ ਨੂੰ ਆਂਦੇ ਕੁਝ ਨਹੀਂ ਹੈ ਨਾ ਆਮ ਬੰਦੇ ਦੀ ਇਹੀ ਗੱਲ ਕਰਦਾ ਪਰ ਕਾਰਨ ਇਹ ਆ ਵੀ ਜਿਹੜੇ ਬੰਦਿਆਂ ਨੇ ਉੱਪਰਲੇ ਪਾਸੇ ਜਿਹੜੀ ਵੀ ਤਾਰ ਜੋੜਨੀ ਆ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਵੀ ਕਿਹੜੀ ਤਾਰ ਤੋਂ ਕਿਹੜਾ ਗਰੰਟ ਕਿੰਨੂੰ ਪੈਣਾ। ਅਗਲੇ ਨੇ ਆਪਣਾ ਕੰਮ ਕਰਨਾ ਤੇ ਉਸ ਤੋਂ ਬਾਅਦ ਨਿਕਲ ਜਾਣਾ। ਜੀ। ਹੁਣ ਫਿਕਰ ਦੀ ਗੱਲ ਦੇਖੋ ਆਪਾਂ ਸ਼੍ਰੀਲੰਕਾ ਤੋਂ ਤੁਰੇ ਤੇ ਆਹ ਚਾਈਨਾ ਦੀ ਗੱਲ ਕਰਕੇ ਤੇ ਪਾਕਿਸਤਾਨ ਦੇ ਘੇਰੇ ਘੇਰੇ ਆ ਗਏ ਤੇ ਆਪਣੇ ਪਰਿਵਾਰ ਵਾਲੇ ਮੈਂਬਰ ਇਹ ਨਾ ਕਰਨ ਵੀ ਉਹਨੇ ਇੰਡੀਆ ਦੀ ਪ੍ਰਕਰਮਾ ਹੀ ਕਰੀ ਜਾਣੀ ਵੀ ਕੋਈ ਹੋਰ ਗੱਲ ਵੀ ਕਰ ਲਓ। ਦੇਖੋ ਗੱਲ ਆਪਾਂ ਪੰਜਾਬ ਦੀ ਕਰ ਲਈਏ। ਜੀ। ਵੀ ਜੋ ਮੋਹਾਲੀ ਚ ਵਾਪਰਿਆ। ਉਹਦੇ ਬਾਰੇ ਹਰੇਕ ਪੋਲੀਟੀਸ਼ੀਅਨ ਨੇ ਕਿਹਾ ਹਰੇਕ ਵਿਰੋਧੀ ਧਿਰਾਂ ਨੇ ਕਿਹਾ ਵੀ ਮਹਾਰਾਜ ਪੰਜਾਬ ਸੰਭਾਲਣ ਦੀ ਲੋੜ ਆ ਖਾਸ ਕਰਕੇ ਜਿਹੜੇ ਪੁਰਾਣੇ ਪੋਲੀਟੀਸ਼ੀਅਨ ਨੇ ਜਿਨ੍ਹਾਂ ਨੇ ਪਹਿਲਾਂ ਵੇਖਿਆ ਪ੍ਰਤਾਪ ਸਿੰਘ ਬਾਜਵਾ ਸਾਹਿਬ ਦਾ ਬਿਆਨ ਆ ਉਹ ਕਹਿੰਦੇ ਵੀ ਅਸੀਂ 80 ਦੇ ਦਹਾਕੇ ਤੋਂ ਵੇਖਦੇ ਆ ਵੀ ਬਿਲਕੁਲ ਇਸੇ ਤਰ੍ਹਾਂ ਸਾਰਾ ਕੁਝ ਹੁੰਦਾ ਰਿਹਾ ਜੀ ਤੇ ਆਪਾਂ ਹੁਣ ਉਹ ਕੰਮ ਨਾ ਕਰ ਲਈਏ ਕਿਤੇ ਉਸ ਵਾਰ ਬੀਜਪੀ ਦਾ ਬਿਆਨ ਆਇਆ ਅਕਾਲੀ ਦਲ ਦਾ ਬਿਆਨ ਵੀ ਸੇਮ ਆਇਆ ਕਿ ਮਹਾਰਾਜ ਇਸ ਮੌਕੇ ਦੇ ਉੱਪਰ ਹਰੇਕ ਨੂੰ ਸਿਰ ਜੋੜ ਕੇ ਬਹਿਣ ਦੀ ਲੋੜ ਆ ਹੁਣ ਸਿਰ ਜੋੜ ਕੇ ਬੈਠਣ ਤੋਂ ਬਾਅਦ ਕਹਿੰਦੇ ਆ ਵੀ ਹੁਣ ਫਾਈਨਲੀ ਆਪਣੇ ਵੱਲੋਂ ਪੰਜਾਬ ਪੁਲ ਤੇ ਬੰਦੇ ਕੁਝ ਕਿ ਅਜੇ ਉਹਨਾਂ ਨੇ ਕਲੀਅਰ ਨਹੀਂ ਕੀਤਾ ਕਿਉਂਕਿ ਅਫੀਸ਼ੀਅਲ ਪ੍ਰੈਸ ਕਾਨਫਰੰਸ ਅੱਜ ਕਰਨੀ ਆ ਬੰਦੇ ਉਹ ਕਹਿੰਦੇ ਵੀ ਸਾਡੇ ਕੋਲੇ ਹੈਗੇ ਆ ਕੁਝ ਅਸੀਂ ਕਾਬੂ ਕਰ ਲੇ ਕੋਸ਼ਿਸ਼ ਅਸੀਂ ਕਰ ਲੈਣੇ ਆ ਤੇ ਜਿਹੜਾ ਉਹ ਰਾਕਟ ਲਾਂਚਰ ਆ ਜਿਹਦੇ ਨਾਲ ਉਹ ਸੁੱਟਣ ਵਾਲੀ ਮਸ਼ੀਨ ਸੁੱਟਣ ਵਾਲੀ ਮਸ਼ੀਨ ਜਿਹਦੇ ਨਾਲ ਉਹ ਸੁੱਟਿਆ ਗਿਆ ਉਹ ਉਹ ਚੀਜ਼ ਕਾਬੂ ਕਰ ਲਈ ਗਈ ਹੁਣ ਜੇ ਉਹ ਚੀਜ਼ ਕਾਬੂ ਕਰ ਲਈ ਗਈ ਇਹ ਤੇ ਗੱਲ ਕਲੀਅਰ ਹੈ ਵੀ ਜਿੰਨਾਂ ਕੋਲੋਂ ਕਾਬੂ ਹੋ ਗਿਆ ਅਗਲੇ ਬੰਦੇ ਕਿਹੜੀ ਲੈ ਕੇ ਲੈਣੇ ਸਮਝਾ ਲਈਏ ਸਭ ਦੇਖੋ ਵਿਦੇਸ਼ੀ ਤਾਕਤ ਦਾ ਹੱਥ ਹੈ ਕਿ ਦੇਸੀ ਤਾਕਤ ਦਾ ਹੱਥ ਹੈ ਉਹ ਉਸ ਆਫਿਸ ਨੂੰ ਉਡਾਉਣ ਦੀ ਕੋਸ਼ਿਸ਼ ਕੀਤੀ ਗਈ ਉਹ ਗੈਂਗਸਟਰਾਂ ਦਾ ਮਸਲਾ ਕਿ ਅੱਤਵਾਦੀਆਂ ਦਾ ਮਸਲਾ ਇਹ ਜਦੋਂ ਪ੍ਰੈਸ ਕਾਨਫਰੈਂਸ ਹੋਊਗੀ ਸਬੂਤ ਸਪਰੂਫ ਸਾਰਾ ਕੁਝ ਸਾਹਮਣੇ ਆਊ ਫੇ ਪਤਾ ਲੱਗਣਾ ਪਰ ਘਟਨਾ ਮਾੜੀ ਹੋਈ ਹੈ ਹੂੰ ਲੋਕ ਪਰੇਸ਼ਾਨ ਨੇ ਕਿ ਭਾਈ ਇੱਕ ਤਾਂ ਹੁੰਦਾ ਨਾ ਕਿ ਕਿਸੇ ਉਹ ਬੀਆਬਾਨ ਦੇ ਥਾਂ ਦੇ ਉੱਤੇ ਕੋਈ ਆਮੰਦ ਦਾ ਘੇਰ ਲਿਆ ਉਹਦੇ ਚਾਰ ਥਾਪੜ ਮਾਰਦੇ ਇੱਕ ਹੁੰਦਾ ਕਿ ਕਿਸੇ ਦੇ ਉੱਤੇ ਪਰਸਨਲੀ ਹਮਲਾ ਕਰ ਦਿੱਤਾ ਇਹ ਤਾਂ ਸਿੱਧੇ ਹੀ ਪੁਲਿਸ ਡਿਪਾਰਟਮੈਂਟ ਦੇ ਦਫ਼ਤਰ ਤੇ ਉਹ ਵੀ ਮਹਾਲੇ ਜਾ ਕੇ ਹਮਲਾ ਇਸ ਕਰਕੇ ਲੋਕ ਇਹਨੂੰ ਵੱਧ ਸੰਜੀਦਗੀ ਨਾਲ ਲੈ ਰਹੇ ਆ ਹੂੰ ਹੂੰ ਭਗਵਾਨ ਮਹਾਰਾਜ ਨੇ ਵੀ ਕਿਹਾ ਕਿ ਸਜ਼ਾਉ ਦੇਆਂ ਕਿ ਮੁੱਖ ਮੰਤਰੀ ਸਾਹਿਬ ਨੇ ਕਿ ਸੱਤ ਪੁਸ਼ਤਾਂ ਜਾਂ ਚਾਰ ਪੁਸ਼ਤਾਂ ਯਾਦ ਰੱਖਣਗੀਆਂ ਕਿ ਭਾਈ ਆ ਦੇਖੋ ਸੀ ਖਤਰਨਾਕ ਕੰਮ ਕੀਤਾ ਸੀ ਤੇ ਸਾਨੂੰ ਐਡੀ ਖਤਰਨਾਕ ਜਿਹੜੀ ਉਹ ਸਜ਼ਾ ਮਿਲੀ ਹੈ ਪਹਿਲੀ ਗੱਲ ਸੰਧਾਲੀਆ ਸਾਹਿਬ ਕੇ ਆਮ ਜਿਹੜਾ ਪੋਲੀਟੀਸ਼ੀਅਨ ਹਨਾ ਰਾਜਨੀਤਿਕ ਲੀਡਰ ਹੈ ਪੰਜਾਬ ਦਾ ਉਹਨੂੰ ਇੱਕ ਲੀਕ ਖਿੱਚਣੀ ਪਊਗੀ ਐ ਕਰਕੇ ਹੁਣ ਤੁਸੀਂ ਦੇਖੋ ਕਿ ਕਈ ਵਾਰੀ ਆਪਾਂ ਅਨਸਰ ਸ਼ੀਟ ਉੱਤਰ ਕਾਪੀ ਜਿਹੜੀ ਹੈ ਉਹਦੇ ਵਿੱਚ ਲਾਭਹਾਨੀਆਂ ਲਿਖਦੇ ਹੁੰਦੇ ਸੀ ਕਿ ਕੂਕਰ ਦੀਆਂ ਪ੍ਰੈਸ਼ਰ ਕੂਕਰ ਦੀਆਂ ਮੰਨ ਲਓ ਲਾਭਹਾਨੀਆਂ ਲਿਖ ਪਾ ਵਿਚਾਲੇ ਲਾਈਨ ਮਾਰ ਲੀਦੀ ਸੀ ਇਧਰਲੇ ਪਾਸੇ ਇੱਕ ਆ লাভ ਹੈ ਜੀ ਦੂਜੇ ਪਾਸੇ ਹਾਨੀ ਲਾਈਨ ਦੇ ਇਧਰ ਪਾਸੇ ਆ লাভ ਹੈ ਜੀ ਇਧਰ ਹਾਨੀ 10 ਹੋ ਗਿਆ ਗਿਣ ਲੈਣ 1 2 3 4 5 6 7 8 9 10 ਤਾਂ ਆ ਨੰਬਰ ਦਾ ਪੂਰੇ ਠੀਕ ਹੈ ਜੀ ਹੂੰ ਇਦਾਂ ਲਕੀਰ ਖਿੱਚਣੀ ਪਊਗੀ ਸਾਡੇ ਸਿਆਸਤਦਾਨਾਂ ਨੂੰ ਕਿ ਜਦੋਂ ਇਲੈਕਸ਼ਨ ਆਉਂਦੀ ਹੈ ਅਸੀਂ ਰਾਜਨੀਤੀ ਕਰਨੀ ਹੈ ਜਦੋਂ ਚੋਣਾ ਆਉਂਦੀਆਂ ਰਾਜਨੀਤੀ ਕਰੀਏ ਰੈਲਿੰਗਾਂ ਕਰੀਏ ਰੋਡ ਸ਼ੋਅ ਕਰੀਏ ਪੋਸਟਰ ਲਾਈਏ ਦੋਸ਼ ਵੀ ਲਾਉਣਿਆਂ ਤਾਂ ਲਾ ਲਓ ਪਰ ਕਈ ਮੁੱਦੇ ਪੰਜਾਬ ਦੇ ਐਸੇ ਨੇ ਜਿਹੜੇ ਸੂਬੇ ਦੇ ਵਿੱਚ ਤੁਸੀਂ ਰਾਜਨੀਤੀ ਕਰਨੀ ਹੈ ਉੱਥੇ ਉਹ ਲਕੀਰ ਖਿੱਚ ਲੋ ਕਿ ਆਹ ਰਾਜਨੀਤੀ ਦਾ ਅਖਾੜਾ ਨਹੀਂ ਪਿਛਲੇ ਕੁਝ ਦਿਨਾਂ ਦੇ ਵਿੱਚ ਉਹ ਨਸ਼ੇ ਦੀ ਓਵਰਡੋਸ ਦੇ ਕਰਕੇ ਮੁੰਡੇ ਮਰੇ ਹਮ ਨਸ਼ੇ ਦੀ ਓਵਰਡੋਸ ਦੇ ਕਰਕੇ ਮੁੰਡੇ ਮਰੇ ਤਾਂ ਜ਼ਾਹਿਰ ਹੈ ਕਿ ਪਾਈ ਜਿਹੜੀ ਮੌਜੂਦਾ ਸਰਕਾਰ ਹੈ ਉੱਤੇ ਦੋਸ਼ ਲੱਗਣਗੇ ਕਿ ਤੁਸੀਂ ਸਖਤੀ ਕਿਉਂ ਨਹੀਂ ਕਰਦੇ ਬੰਦ ਕਿਉਂ ਨਹੀਂ ਕਰਦੇ ਕਈ ਪਿੰਡਾਂ ਦੇ ਵਿੱਚ ਲੋਕ ਜਿਹੜੇ ਨੇ ਉਹਨਾਂ ਨੇ ਕਮੇਟੀਆਂ ਬਣਾਈਆਂ ਤੇ ਵਿਰੋਧੀ ਧਿਰਾਂ ਦੇ ਵਿੱਚੋਂ ਵੀ ਆਵਾਜ਼ਾਂ ਆਈਆਂ ਦੇਖੋ ਜੀ ਲੋਕਾਂ ਨੂੰ ਆਪ ਇਕੱਠੇ ਹੋਣ ਪਿਆ ਬਿਲਕੁਲ ਠੀਕ ਗੱਲ ਹੈ ਜੇ ਸਰਕਾਰ ਸਖਤੀ ਕਰੇ ਤਾਂ ਇਦਾਂ ਨਾ ਹੋਵੇ ਪਰ ਦੂਸਰੇ ਪਾਸੇ ਇਹ ਵੀ ਹੈ ਕਿ ਇੱਕ ਦਿਨ ਦੇ ਵਿੱਚ ਤਾਂ ਕੰਮ ਸ਼ੁਰੂ ਹੋਇਆ ਨਹੀਂ ਜਿਹੜਾ ਓਵਰਡੋਜ਼ ਦੇ ਕਰਕੇ ਮਰ ਗਿਆ ਤੇ ਪਰਿਵਾਰ ਕਹਿੰਦਾ ਜੀ 4-5 ਸਾਲ ਹੋ ਗਿਆ ਜਾਂ 8 ਸਾਲ ਹੋ ਗਿਆ ਜਾਂ 11 ਸਾਲ ਹੋ ਗਿਆ ਇਹਦਾ ਮਤਲਬ ਵਿੱਚ ਲਪੇਟ ਕਈ ਹੋਏ ਜਾਂਦੇ ਆ ਹੁਣ ਦੇਖੋ ਜਿਹੜਾ ਬੰਦਾ ਨਸ਼ਾ ਕਰਦਾ ਹੈ ਜਿਹੜਾ ਬੰਦਾ ਘਰੋਂ ਦਾਣੇ ਵੇਚ ਸਕਦਾ ਜਿਹੜਾ ਬੰਦਾ ਆਪਣੇ ਮਾਂ ਪਿਓ ਨੂੰ ਕੁੱਟ ਸਕਦਾ ਕਈ ਵਾਰ ਤਾਂ ਪਰਿਵਾਰ ਦੇ ਮੈਂਬਰ ਕਤਲ ਕਰ ਤੇ ਨਸ਼ੇ 'ਚ ਅਨੇ ਹੀ ਨੇ ਹੋ ਜਾਂਦੇ ਆ ਸੰਧਾਲੀਆਂ ਸਭ ਉਹਨਾਂ ਨੂੰ ਉਂਗਲੀ ਲਾ ਕੇ ਕੋਈ ਵੀ ਉਹਨਾਂ ਤੋਂ ਮਾੜਾ ਕੰਮ ਕਰਾਉਣਾ ਸਖਾਲਾ ਹੀ ਬੜਾ ਕਿ ਤੈਨੂੰ ਭਾਈ ਤੇਰਾ ਖਾਣ ਪੀਣ ਦਾ ਸੌਦਾ ਮਿਲੂਗਾ ਤੈਨੂੰ 4 ਪੈਸੇ ਅਸੀਂ ਦੇਾਂਗੇ ਤੂੰ ਬਸ ਆ ਚੀਜ਼ ਖਾ ਕੇ ਅੰਨਾ ਜਾਂ ਹੋ ਗਿਆ ਕੰਮ ਕਰਿਆਉਣਾ ਇੱਕ ਕਾਮ ਬੰਦਾ ਹੋਊਗਾ 20 ਚੀਜ਼ਾਂ ਸੋਚੂਗਾ ਉਹ ਯਾਰ ਮੈਂ ਇਹ ਉਕਰੀ ਕਰਦਾ ਮੇਰੇ ਨਿੱਕੇ ਨਿਆਣੇ ਮੇਰਾ ਟੱਬਰ ਮੈਂ ਘਰ ਬਣਾਇਆ ਮੈਂ ਉੱਥੇ ਘੁੰਮਣ ਜਾਣਾ ਮੇਰੇ ਆ ਪਲੈਨ ਨੇ ਉਹ ਕਦੇ ਹੱਥ ਨਹੀਂ ਆਊਗਾ ਪਰ ਜਿਹੜੇ ਬੰਦੇ ਦੇ ਕੋਲ ਕੰਮ ਨਹੀਂ ਜਿਹੜਾ ਬੰਦਾ ਨਸ਼ੇ 'ਚ ਡੱਕਿਆ ਪਿਆ ਜਿਹੜੇ ਬੰਦੇ ਨੂੰ ਕੋ ਲਾਲਚ ਦੇ ਕੇ ਉਂਗਲੀ ਦੇ ਕੇ ਅਗਲੇ ਪਾਸੇ ਇਹਨੂੰ ਲਾ ਲਿਆ ਉਹ ਤਾਂ ਛੱਟ ਤਿਆਰ ਹੋ ਜਾਊਗਾ ਕਿਉਂਕਿ ਉਹਦੇ ਕੋਲ ਚਾਰਾ ਕੋਈ ਜਿਹੜਾ ਨਲਕੇ ਦੇ ਹੈਂਡਲ ਵੇਚ ਛੱਡੇ ਜਿਨ੍ਹਾਂ ਨੇ ਤਾਰਾਂ ਲਾ ਕੇ ਵੇਚ ਛੱਡੀਆਂ ਜ ਉਹ ਬੰਦੇ ਇਹਨਾਂ ਦੇ ਹੱਥੇ ਚੜ ਸਕਦੇ ਜਿਹੜੇ ਗੈਰ ਸਮਾਜੀ ਅੰਸਰ ਨੇ ਸ਼ਰਾਰਤੀ ਬੰਦੇ ਆ ਇਸ ਕਰਕੇ ਅਸੀਂ ਰਾਜਨੀਤਿਕ ਲੀਡਰਾਂ ਨੂੰ ਇੱਕ ਬੇਨਤੀ ਕਰਦੇ ਆ ਕਿ ਆਪਾਂ ਹੁਣ ਇੱਕ ਦੂਜੇ ਦੇ ਸਿਰ ਸੌ ਪਾਉਣੀ ਛੱਡੀਏ ਕਿ ਤੂੰ ਨਹੀਂ ਕੀਤਾ ਜਾਂ ਤੂੰ ਨਹੀਂ ਕਰਦਾ ਜਾਂ ਤੂੰ ਪਹਿਲਾਂ ਗਲਤ ਸੀ ਜਾਂ ਤੂੰ ਹੁਣ ਗਲਤ ਆ ਇਸ ਮੁੱਦੇ ਤੇ ਇਕੱਠੇ ਹੋ ਜੋ ਆ ਨਸ਼ੇ ਵਾਲਾ ਕੰਮ ਬੰਦ ਕਰਾਉਣ ਦੀ ਵੀ ਕੋਸ਼ਿਸ਼ ਕਰੋ ਆ ਜਿਹੜੇ ਨੌਕਰੀਆਂ ਨੌਕਰੀਆਂ ਨਿਆਣਿਆਂ ਨੂੰ ਚਾਹੀਦੀਆਂ ਉਹਨਾਂ ਨੂੰ ਵੀ ਦਈਏ ਉਹਨੂੰ ਇਹ ਲੱਗੇ ਕਿ ਨਹੀਂ ਯਾਰ ਸਾਡਾ ਜੀਵਨ ਸੁਖੀ ਹੈਹੀਂ ਕੀ ਲੈਣਾ ਉਹਨੂੰ ਤਾਂ ਦੇਸ਼ ਨਾਲ ਪਿਆਰ ਬਧੇ ਸੂਬੇ ਨਾਲ ਪਿਆਰ ਉਹਦੀ ਗੱਲ ਫੇਰ ਬਣਦੀ ਹੈ ਹੂੰ ਇਹੋ ਜ਼ਰੂਰੀ ਹੈ ਗੱਲ ਦੇਖੋ ਇਹ ਤੇ ਗੱਲ ਪੱਕੀ ਆ ਵੀ ਜਦੋਂ ਵੀ ਇਹੋ ਜਿਹਾ ਕੁਛ ਨਾ ਕੁਛ ਵਾਪਰਦਾ ਰਾਜਨੀਤੀ ਕਰਨ ਵਾਲੇ ਲੋਕਾਂ ਨੇ ਰਾਜਨੀਤੀ ਕਰਨੀ ਕਿਉਂਕਿ ਅਗਲੇ ਨੂੰ ਚਾਹੀਦਾ ਮੌਕਾ ਵੀ ਲੈ ਵੀ ਹੁਣ ਇਹ ਦਾਅ ਆਈ ਤੇ ਹੁਣ ਇਹ ਤੇ ਚਾਰ ਬਿਆਨ ਦਾਗ ਦਿਉ ਹੁਣ ਗੱਲ ਇਹ ਆ ਵੀ ਬਿਆਨ ਦਾਗੇ ਜਾਣ ਦਾ ਕੰਮ ਇਹ ਹੁੰਦਾ ਵੀ ਅੱਜ ਇੱਕ ਮਸਲਾ ਹੈ ਉਹ ਬਿਆਨ ਤੁਸੀਂ ਦੋ ਦਿਨ ਦਾਗੇ ਇਧਰ ਉਧਰ ਰੌਲਾ ਪੈ ਗਿਆ ਹਫਤੇ ਬਾਅਦ ਕੋਈ ਨਵੀਂ ਕਹਾਣੀ ਆ ਗਈ ਕੋਈ ਫਰਕ ਨਹੀਂ ਪੈਂਦਾ ਉਹ ਨਾਲ ਆਮ ਬੰਦੇ ਦੇ ਜੀਵਨ 'ਚ ਕੋਈ ਫਰਕ ਨਹੀਂ ਪੈਂਦਾ ਉਹਨੂੰ ਬਾਸ ਸੋਨੇ ਵਜੇ ਮਿਲ ਜਾਣੀ ਆ ਉਹਨੇ ਆਪਣੇ ਕੰਮ ਤੇ ਚਲੇ ਜਾਣਾ ਉਹਨੇ ਸ਼ਾਮ ਨੂੰ ਆ ਜਾਣਾ ਕੋਈ ਆਟਾ ਦਾਲ ਘਰੇ ਲੈ ਆਉਣੀ ਉਹਨੇ ਖਾਂਦੇ ਪੀਂਦੇ ਰਹਿਣਾ ਉੱਤੇ ਲੜਾਈ ਆ ਨਾ ਜਸਟ ਬਿਆਨਾਂ ਦੀ ਚੱਲੀ ਜਾਵੇ ਪਰ ਇਹ ਉਹ ਮਸਲਾ ਜਿਹੜਾ ਉਹਦੇ ਨਾਲ ਸਿੱਧਾ ਜੁੜਿਆ ਜੀ ਤੇ ਜੇ ਇਹੋ ਜੇ ਮਸਲੇ ਦੇ ਉੱਪਰ ਆਪਾਂ ਰਾਜਨੀਤੀ ਕਰਦੇ ਆਂ ਤੇ ਉਸ ਤੋਂ ਬਾਅਦ ਉਸ ਚੀਜ਼ ਦਾ ਹੋਰ ਖਲਾਰਾ ਪੈਂਦਾ ਜਾਂ ਆਪਾਂ ਨੂੰ ਲੱਗਦਾ ਵੀ ਯਾਰ ਸੰਜੀਦਗੀ ਛੱਡੋ ਤੇ ਹੋਰ ਦੇਖੋ ਵੀ ਜੇ ਇੱਕ ਅੱਧੀ ਕੋਈ ਟਾਣੀ ਮਰੋੜ ਕੇ ਹੋਰ ਰੱਖੀ ਜਾਂਦੀ ਵੇਖ ਕੇ ਕਿਤੇ ਬੋਝ ਨਾ ਜਾਵੇ ਉਹ ਗੱਲ ਮਾੜੀ ਕਿਉਂਕਿ ਕਾਰਨ ਐ ਵੀ ਠ ਗਾਉ ਹੋ ਸਕਦਾ ਕੋ ਹੋ ਰਾਜਵੇ ਪਰ ਪੰਜਾਬ ਤੇ ਹੋ ਰਹਿਣਾ ਪੰਜਾਬ ਦੇ ਵੋਟਰ ਵੀ ਹੋ ਰਹਿਣੇ ਬੰਦੇ ਵੀ ਹੋ ਰਹਿਣੇ ਤੇ ਜੇ ਪੰਜਾਬ ਹੀ ਨਾ ਰਿਹਾ ਬੰਦੇ ਹੀ ਨਾ ਰਹੇ ਉੱਥੇ ਆਪਾਂ ਖਲਾਰਾ ਹੀ ਪਾ ਲਿਆ ਤੇ ਵੀ ਕੁਰਸੀ ਡਾਵਾਂਗੇ ਕਿੱਥੇ ਜਿੱਤੇ ਆਪਾਂ ਬਹਿਣ ਦਸਤਾਂ ਲਈ ਨੇ ਹਾਂ ਇੰਨੀ ਗੱਲ ਬਸ ਸਮਝਣਾ ਇੰਨੀ ਗੱਲ ਸਮਝ ਗਿਆ ਤੁਸੀਂ ਰਾਜਨੀਤੀ ਕਰੋ ਤੁਸੀਂ ਕੁਰਸੀਆਂ ਡਾਓ ਤੁਸੀਂ ਤਨਖਾਹਾਂ ਲਓ ਤੁਸੀਂ ਸਰਕਾਰੀ ਘਰ ਲਓ ਪਰ ਵੇਲੇ ਸਿਰ ਖਾਲੀ ਕਰੋ ਜਦੋਂ ਰਾਜ ਨਹੀਂ ਕਿ ਨਾ ਇਦਨ ਜ਼ਰੂਰ ਮੰਨਦੇ ਹੋ ਗੱਲ ਮੈਂ ਨਹੀਂ ਪ੍ਰੋਗਰਾਮ ਕਰਨ ਲੱਗਿਆ ਤਾਨੂੰ ਕੁਰਸੀ ਮਿਲੀ ਆ ਪ੍ਰੋਗਰਾਮ ਹੋ ਗਿਆ ਤੂੰ ਕੁਰਸੀ ਧੁਲੇ ਲੈਣਾ ਤੂੰ ਇਸੇ ਲਾ ਕੇ ਮਾਈਕ ਆਓ ਸ਼ੂਟ ਵੱਟਦਾ ਭਰਾ ਮੇਰਾ ਕਿ ਦੱਸੋ ਆਪਣੇ ਬੰਦੇ ਨੂੰ ਇਹ ਗੱਲਾਂ ਨਹੀਂ ਨਹੀਂ ਮੈਂ ਤੇ ਮੈਂ ਤੇ ਤਾਂ ਕਿ ਨਾ ਵੀ ਗਾਂ ਅਗਲੇ ਬੰਦੇ ਨੇ ਆਣ ਕੇ ਬਹਿਣਾ ਹਾਂ ਕੁਰਸੀ ਦੇਖੋ ਕੁਰਸੀ ਖਾਲੀ ਕਰਾਂਗੇ ਤੇ ਅਗਲਾ ਬੰਦਾ ਬਹੂਗਾ ਨਹੀਂ ਤਾਂ ਆਪਣੀ ਲੈ ਆਓ ਆਲ ਲੈ ਜਾ ਦੇਖੋ ਹੁਣ ਇਹ ਤੇ ਗਲਤਾਰ ਸਿੰਘ ਸੰਧਵਾ ਸਾਹਿਬ ਕਿਉਂਕਿ ਸਪੀਕਰ ਨੇ ਉਹ ਵਿਧਾਨ ਸਭਾ ਦੇ ਉਹਨਾਂ ਨੇ ਵੀ ਤਰਾਜ ਪ੍ਰਗਟ ਕੀਤਾ ਉਹ ਕਹਿੰਦੇ ਵੀ ਮਾੜੀ ਗੱਲ ਹੈ ਵੀ ਇਹ ਇਦਾਂ ਚਾਹੀਦਾ ਨਹੀਂ ਕਰਨਾ ਕਿਉਂਕਿ ਦੇਖੋ ਜਦੋਂ ਆਪਾਂ ਚੁਣੇ ਹੋਏ ਨੁਮਾਇੰਦੇ ਆ ਉਦੋਂ ਆਪਾਂ ਨੂੰ ਇੱਕ ਸਹੂਲਤ ਮਿਲਦੀ ਆ ਵੀ ਆ ਤੁਹਾਡੀ ਕੋਠੀ ਆ ਤੁਹਾਡਾ ਫਲੈਟ ਜੀ ਤੁਸੀਂ ਇੱਥੇ ਰਹੋ ਜੀ ਉਹ ਕਹਿੰਦੇ ਵੀ ਜਦੋਂ ਆਪਾਂ ਉਹ ਕੁਰਸੀ ਬਜੀ ਨਹੀਂ ਆਪਣੇ ਕੋਲੇ ਵੀ ਆਪਾਂ ਹੁਣ ਅਧਿਕਾਰਤ ਹੈ ਨਹੀਂ ਉਹਦੇ ਚ ਰਹਿਣ ਦੇ ਤੇ ਇੰਨਾ ਸਮਾਂ ਲੰਘ ਗਿਆ ਜਦੋਂ ਆਪਾਂ ਨੂੰ ਨੋਟਿਸ ਵੀ ਆ ਗਿਆ ਵੀ ਸ਼੍ਰੀਮਾਨ ਜੀ ਬੇਨਤੀ ਕੀਤੀ ਜਾਂਦੀ ਆ ਵੀ ਹੁਣ ਤੁਸੀਂ ਛੱਡ ਦਿਓ ਕਿਉਂਕਿ ਆ ਅਸੀਂ ਅੱਗੇ ਹੁਣ ਇਹਨੂੰ ਧੋ ਬਣਾ ਕੇ ਦੇ ਅਗਲੇ ਬੰਦੇ ਨੂੰ ਚਾਬੀਆਂ ਦੇਣੀਆਂ ਉਹ ਕਹਿੰਦੇ ਚਾਬੀਆਂ ਨਹੀਂ ਮੋੜਨ ਦੇ ਬੰਦੇ ਹੁਣ ਕਾਫੀ ਸਾਰੇ ਫਲੈਟ ਨੇ ਕਾਫੀ ਸਾਰੀਆਂ ਕੋਠੀਆਂ ਨੇ ਤੇ ਜਿਹੜੀ ਕੋਠੀ ਕਹਿੰਦੇ ਖਾਲੀ ਹੋ ਗਈ ਤੇ ਪਤਾ ਲੱਗਦਾ ਇਧਰ ਉਧਰ ਬੰਦੇ ਦੱਸ ਹੀ ਦਿੰਦੇ ਜਨਾਬ ਉਹਦੇ ਠੀਕ ਹੈ ਜੀ ਉਹ ਮੈਂ ਵੇਖਿਆ ਵਰਸ਼ ਵੀ ਚੰਗਾ ਲਿਸ਼ਕਦਾ ਉਹਦੇ ਬਾਰੇ ਗੱਲ ਕਰਕੇ ਦੇਖੋ ਤੁਸੀਂ ਵੀ ਜਾਪੋ ਨੂੰ ਮਿਲ ਜਾਈਏ ਕਿਤੇ ਉਹਦੇ ਬਾਰੇ ਚਿੱਠੀਆਂ ਵੀ ਜਾਣ ਲੱਗ ਪੀਆਂ ਪਰ ਸਵਾਲ ਇਹ ਆ ਵੀ ਹੁਣ ਮੇਰੇ ਖਿਆਲ 2 ਮਹੀਨੇ ਤੇ ਹੋ ਗਏ ਜੀ ਤੇ ਜੇ 2 ਮਹੀਨੇ ਹੋ ਗਿਆ ਅਜੇ ਤੱਕ ਕੋਠੀਆਂ ਹੀ ਨਹੀਂ ਖਾਲੀ ਹੋਣ ਡੀਆਂ ਤੇ ਹੋਰ ਤੇ ਪੰਜਾਬ ਦੇ ਵਿੱਚੋਂ ਆਪਾਂ ਕੀ ਕਰ ਲੈਣਾ ਦੇਖੋ ਸੰਧਾਲੀਆ ਸਾਹਿਬ ਪਹਿਲੀ ਗੱਲ ਇਹ ਆ ਕਿ ਕਹਿੰਦੇ ਆ ਕਿ ਇੱਕ ਦੋ ਮੰਤਰੀ ਜਿਹੜੇ ਹੁਣ ਸਾਬਕਾ ਹੋ ਗਏ ਦਰਜਨ ਡੂੜ ਦਰਜਨ ਐਮਐਲਏ ਜਿਹੜੇ ਹੁਣ ਸਾਬਕਾ ਹੋ ਗਿਆ ਜਾਨੀ ਕਿ ਉਹਨਾਂ ਨੂੰ ਲੋਕਾਂ ਨੇ ਨਹੀਂ ਚੁਣਿਆ ਜਦੋਂ ਨਹੀਂ ਚੁਣਿਆ ਐਮਐਲਏ ਨਹੀਂ ਰਹਿ ਸਰਕਾਰੀ ਘਰ ਦੇ ਉੱਤੇ ਹੱਕ ਕੋਈ ਨਹੀਂ ਬਣਦਾ ਅਸੀਂ ਮਾਮਲੇ ਨੂੰ ਬਹੁਤਾ ਵਧਾਉਣਾ ਨਹੀਂ ਚਾਹੁੰਦੇ ਪਰ ਇੱਕ ਗੱਲ ਬੜੀ ਕਲੀਅਰ ਹੈ ਕਿ ਜੇ 10 ਤਰੀਕ ਨੂੰ ਰਿਜ਼ਲਟ ਆ ਗਿਆ ਸੀ ਮਾਰਚ ਨੂੰ 10 ਅਪ੍ਰੈਲ ਤੇ ਮੁੜ ਕੇ 10 ਮਈ ਜਾਨੀ ਸਰਕਾਰੀ ਘਰ ਆ ਸਰਕਾਰੀ ਪਰਦੇ ਆ ਸਰਕਾਰੀ ਸੋਫਾ ਸਰਕਾਰੀ ਟੀਵੀ ਆ ਸਰਕਾਰੀ ਮੰਜੇ ਆ ਸਰਕਾਰੀ ਜਾਦਰਾ ਸਰਕਾਰੀ ਟੂਟੀ ਐ ਸਰਕਾਰ ਬਿਲ ਦਿੰਦੀ ਐ ਸਾਰਾ ਕੁਝ ਉਥੇ ਮਾਲੀ ਦਾ ਖਰਚ ਵੀ ਸਰਕਾਰ ਦਿੰਦੀ ਐ ਕੋਈ ਬੂਟਾ ਪਟਕੇ ਨਹੀਂ ਤੁਸੀਂ ਲਿਆਉਣਾ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਜੇ ਆ ਸਾਰਾ ਖੋਸ਼ੀ ਸਰਕਾਰ ਦਿੰਦੀ ਐ ਇੱਕ ਐਮਐਲਏ ਨੂੰ ਜਦੋਂ ਉਹ ਸਾਬਕਾ ਹੋ ਜਾਂਦੇ ਤਾਂ ਉਥੋਂ ਚੱਕਣ ਵਾਲਾ ਕੀ ਆ ਜਿਹੜਾ ਸਮਾਨ 60 ਦਿਨਾਂ ਚ ਵੀ ਨਹੀਂ ਇਕੱਠਾ ਹੋਇਆ ਯਾਨੀ ਐਸਾ ਆਮ ਲੋਕਾਂ ਨੂੰ ਤਾਂ ਇੰਨਾ ਕੀ ਚਾਹੀਦਾ ਹੁੰਦਾ ਇਹ ਤਾਂ ਲੋਕਾਂ ਦੇ ਸੇਵਾਦਾਰ ਨੇ ਸਾਦੇ ਰਹਿੰਦੇ ਆ ਇਦੋਂ ਸਗੋ ਜੇ ਮਾਲਕ ਕੋਈ ਤੁਸੀਂ ਕੋ ਮੱਗ ਕੋਈ ਭਾਂਡਾ ਕੋ ਬਾਲਟੀ ਕੋ ਗਲਾਸ ਲਿਆਈਆਂ ਜਾਂ ਤਾਂ ਲੈ ਜਾਓ ਜਾਂ ਅਗਲੇ ਦੇ ਜਾਓ ਕਿਉਂਕਿ ਜਿੱਧਾ ਦੇ ਤੁਸੀਂ ਉਹ ਉਦਾਂ ਦੇ ਸ਼ੌਕ ਅਗਲੇ ਦੇ ਹੋਣੇ ਆ ਇਸ ਕਰਕੇ ਤੁਸੀਂ ਛੱਡ ਜਾਓਗੇ ਭਲਕ ਨੂੰ ਤੁਸੀਂ ਐਫਐਮਐਲ ਬਣ ਜਾਓ ਤੁਹਾਨੂੰ ਵੀ ਉਹ ਗਲਾਸੀਆਂ ਗਲੂਸੀਆਂ ਗਲਾਸ ਥਾਲ ਪਲੇਟ ਕੌਲੀ ਚਮਚਾ ਉਹ ਸਾਰਾ ਕੁਝ ਉਹਦੇ ਤੋਂ ਮਿਲ ਜੂਗਾ ਯਾਨੀ ਮੈਨੂੰ ਨਹੀਂ ਪਤਾ ਲੱਗਾ ਕਿ 60 ਦਿਨਾਂ ਦਾ ਇਹ ਪ੍ਰੋਸੀਜਰ ਕਿਹੜਾ ਜੇ ਇਸ ਪ੍ਰੋਸੀਜਰ ਦੇ ਵਿੱਚ ਉਹ ਅਜਿਹਾ ਕਹਿੰਦੇ ਜੀ ਇੱਕ ਸੱਜਣ ਮੈਂ ਨਾਂ ਨਹੀਂ ਲੈਣਾ ਤੁਸੀਂ ਗੁੱਸਾ ਕਰਨਾ ਮੈਂ ਨਾ ਇਸ ਮੈਂ ਨਾ ਇਸ ਕਰਕੇ ਨਹੀਂ ਲੈਣਾ ਕਿ ਕਈ ਕਹਿੰਦੇ ਯਾਰ ਇੱਕੋ ਬੰਦੇ ਨੂੰ ਟਾਰਗੇਟ ਕੀਤਾ ਉਹ ਕਹਿੰਦੇ ਜੀ ਕਰ ਰਹੇ ਆ ਖਾਲੀ ਨੋਟਸ ਹੀ ਨਹੀਂ ਮਿਲਿਆ ਕਮਾਲ ਹੋ ਗਈ ਹੈ ਨੋਟਸ 10 ਤਰੀਕ ਨੂੰ ਮਿਲ ਗਿਆ ਸੀਗਾ ਮੈਂ ਕਹਿਣਾ ਕਿ ਬਹੁਤ ਇਹਨੂੰ 10 ਤੋਂ ਪਹਿਲਾਂ ਹੀ ਮਿਲ ਗਏ ਜਦੋਂ ਨੂੰ ਪਤਾ ਲੱਗਦਾ ਸਾਡੇ ਪੱਲੇ ਐ ਕਿ ਕੁਝ ਨਹੀਂ ਹੈਗਾ ਯਾਰ 10 ਤਰੀਕ ਦੇ ਤੁਸੀਂ ਹਾਰੇ ਹੋ ਕਿਸੇ ਹੋਰ ਬੰਦੇ ਨੂੰ ਸਰਟੀਫਿਕੇਟ ਮਿਲ ਗਿਆ ਚੁੱਪ ਕਰਕੇ ਘਰੇ ਜਾਓ ਤੇ ਘਰ ਵੀ ਉਸ ਜਾਓ ਜਿਹੜਾ ਤੁਹਾਡੇ ਹਲਕੇ 'ਚ ਆ ਜੇ ਅਗਲੇ ਦੀ ਚੋਣ ਲੈਣੀ ਹੈ ਹਲਕੇ ਦੇ ਲੋਕਾਂ 'ਚ ਵਿੱਚ ਰੋ ਯਾਰ ਇੱਕ ਗੱਲ ਪਤਾ ਕੀ ਵਾਟਸਐਪ ਇਹਦੇ ਤੋਂ ਇੱਕ ਗੱਲ ਤੇ ਕਲੀਅਰ ਆ ਆਪਾਂ ਅੱਗੇ ਵੀ ਜ਼ਿਕਰ ਕਰਦੇ ਹੁੰਦੇ ਆ ਮੈਂ ਬੜੀ ਬਾਰੇ ਜ਼ਿਕਰ ਕੀਤਾ ਵੀ ਜਦੋਂ ਬੰਦੇ ਕਹਿੰਦੇ ਨੇ ਵੀ ਯਾਰ ਕੰਮ ਕਿਉਂ ਨਹੀਂ ਹੋ ਰਿਹਾ ਤੇ ਮੈਂ ਤੈਨੂੰ ਗਿਣ ਕੇ ਦਿਖਾਉਣਾ ਹੋਣਾ ਵੀ ਯਾਰ ਵੀ 8 ਵਜੇ ਉੱਠਣਾ 8 ਵਜੇ ਤਿਆਰ ਤੀਰੂਣਾ ਫਿਰ ਰੋਟੀ ਖਾਣਿਆ ਫਿਰ ਬੈੰਨੇ ਆ ਫਿਰ ਕਰਦੇ ਆ ਫਿਰ ਉਹ ਦੋ ਬੰਦੇ ਮਿਲਣ ਆਲੇ ਆ ਗਏ ਉਹਨਾਂ ਨਾਲ ਕੋਈ ਕੇਵਲ ਕੋਈ ਫਰੈਂਡ ਹੀ ਮਿਲਣ ਆ ਜਾਂਦਾ ਹੈ ਨਾ ਫਰੈਂਡ ਦੋ ਤਿੰਨ ਘੰਟੇ ਬੈਠਾ ਰਿਆ ਉਹਨਾਂ ਨੂੰ ਸ਼ਾਮਾਂ ਪੈ ਗਈਆਂ ਫਿਰ ਚਾਹ ਦਾ ਪ੍ਰੋਗਰਾਮ ਹੋ ਗਿਆ ਫਿਰ ਚਾਹ ਚੂਹ ਦਾ ਵੀ ਪ੍ਰੋਗਰਾਮ ਹੁੰਦਾ ਕਿਸੇ ਵੇਲੇ ਹਾਂਜੀ ਚਾ ਚੂ ਦਾ ਪ੍ਰੋਗਰਾਮ ਹੈ ਨਾ ਹੁੰਦਿਆ ਹੁੰਦਾ ਕਿ ਚੱਲ ਕੋਈ ਨਿੱਕਾ ਲ ਕਰਦੇ ਹੈ ਨਾ ਹੁਣ ਇੱਕੋ ਆਦਤ ਬਣ ਜਾਂਦੀ ਹੈ ਹੁਣ ਕਾਰਨ ਹੈ ਵੀ ਜਦੋਂ ਤੇ ਤੰਤਰ ਚਲਾਉਣਾ ਹੋਵੇ ਉਦੋਂ ਬੰਦੇ ਡੀਕਦੇ ਵੀ ਯਾਰ ਆਪਾਂ ਚੁਣ ਕੇ ਬੰਦੇ ਭੇਜਦੇ ਇਹਨਾਂ ਨੇ ਕੁਝ ਕਰਦੇ ਨਹੀਂ ਸਾਡੇ ਲਈ ਤੇ ਇਹੋ ਜੀ ਗੱਲ ਤੋਂ ਜਦੋਂ ਆਈਡੀਆ ਲੱਗਦਾ ਵੀ ਯਾਰ ਇੰਨਾ ਵੀ ਸਮਾਂ ਨਹੀਂ ਲੱਗਦਾ ਵੀ ਇੱਕ ਆਪਾਂ ਚਾਬੀ ਮੋੜ ਜਰੂਰੀ ਥੋੜਾ ਹੁੰਦਾ ਵੀ ਆ ਵੀ ਜਾਣਾ ਕਿਹਨੂੰ ਗਣਾ ਯਾਰ ਉੱਥੋਂ ਚੱਕ ਲਿਓ ਮੋੜਿਓ ਤੇ ਨਵੇਂੜੋ ਕੰਮ ਨੂੰ ਕਿਹਾ ਵੀ ਆ ਲਓ ਜੀ ਸਾਡੇ ਲੋ ਖਾਲੀ ਆ ਕੁਗੀ ਜਿੱਥੇ ਮੇਰੀ ਕੁਮਰਾਂ ਨੇ ਮਰਵਾ ਲਓ ਗੱਲ ਤੇ ਇੰਨੀ ਹੀ ਹੁੰਦੀ ਹੈ ਪਰ ਉਧਰ ਧਿਆਨ ਹੀ ਨਹੀਂ ਜਾ ਪਉਂਦਾ ਕਿਉਂਕਿ ਕਾਰਨ ਤੇ ਹੋਈ ਐ ਨਾ ਵੀ ਕੰਮ ਉਹ ਸਰਕਾਰੀ ਹੀ ਵੀਰ ਜੀ ਤੇ ਜੇ ਸਰਕਾਰੀ ਕੰਮ ਇਥੋਂ ਤੱਕ ਆ ਤੇ ਫਿਰ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਬੰਦਾ ਜਿਹੜਾ ਸੋਚਦਾ ਵੀ ਮੈਂ ਵੋਟ ਪਾਈ ਏ ਤੁਸੀਂ ਕਹਿੰਦੇ ਕਿਵਲੇ ਬੂੜ ਦੇ ਥੱਲੇ ਜਿੱਦਾਂ ਹੁਣ ਗਰਮੀ ਆ ਤੇ ਬਾਪੂ ਨਾ ਹਾਵੇ ਤੂੰ ਬਾਪੂ ਕੱਲੀ ਫਤੂਹੀ ਪਾਲਾ ਹੁਣ ਤੂੰ ਝੱਗਾ ਲਾ ਕੇ ਪਾਸੇ ਰੱਖ ਦੇ ਉਹਨੇ ਪਰਨਾ ਨਿਗਾਹ ਆ ਬੰਨਿਆ ਮੋٹے ਛਿਛਲੀਆਂ ਐਨਾਂ ਕਾ ਹੱਥ ਚ ਖੁੰਡਾ ਉਹ ਜਿਹੜਾ ਆ ਡੀਕਦਾ ਹੁੰਦਾ ਵੀ ਮੈਂ ਨਿੱਕਾ ਵੋਟ ਪਾਈ ਏ ਪਤਾ ਨਹੀਂ ਕੀ ਹੋ ਜਿਵੇ ਹੁਣ ਪਤਾ ਨਹੀਂ ਕਿਉਂ ਪਾਈ ਏ ਹਾਂ ਪਤਾ ਨਹੀਂ ਹੁਣ ਕੁਛ ਕਰ ਦੇਣੇ ਹੈ ਕੁਛ ਤੇ ਬਦਲ ਦੇਣ ਉਹ ਵਿਚਾਰਾ ਵੋਟ ਪਾ ਕੇ 5 ਸਾਲ ਡੀਕਦਾ ਰਹਿੰਦਾ ਅਗਲੇ 5 ਸਾਲ ਜੇ ਕੱਢ ਗਏ ਤੇ ਫੇਰ ਡੀਕਦੇ ਰਹਿੰਦਾ ਉਹ ਤੋਂ ਬਾਅਦ ਤੇ ਫੇਰ ਕਹਿੰਦੇ ਨਹੀਂ ਬਾਪੂ ਹੁਣ ਪੂਰਾ ਹੋ ਗਿਆ ਵੱਡਾ ਕਰਨਾ ਉਹਦੇ ਚਿਹਰੇ ਦੇ ਜਲੇਬ ਨਿਕਲ ਜਾਂਦੇ ਇਹਨਾਂ ਦਾ ਕੰਮ ਉੱਥੇ ਤੋਂ ਉੱਥੇ ਨਹੀਂ ਇਹ ਗੱਲ ਤਾਂ ਤੁਹਾਡੀ ਠੀਕ ਹੈ ਸੰਧਾਲੀਆ ਸਾਹਿਬ ਮੇਰੇ ਕੋਲ ਇੱਕ ਫਾਰਮੂਲਾ ਪੰਜਾਬ ਵਿਧਾਨ ਸਭਾ ਦੇ ਵਿੱਚ ਲਿਆਉਣ ਇੱਕ ਮਤਾ ਕਿ ਭਾਈ ਜਿਹੜਾ ਬੰਦਾ ਹਾਰ ਜਾਂਦਾ ਐਮਐਲਏ ਉਹਨੂੰ ਉਹਦੇ ਘਰ ਦੇ ਵਿੱਚੋਂ ਨਾ ਕੱਢਿਆ ਜਾਵੇ ਇੱਕ ਕਮਰਾ ਉਹਨੂੰ ਦੇ ਦਿੱਤਾ ਜਾਵੇ ਬਾਕੀ ਘਰ ਦੂਜੇ ਜਿਹੜਾ ਨਵਾਂ ਬਣਿਆ ਉਹਨੂੰ ਦੇ ਦੇਵੇ ਕਿਉਂਕਿ ਉਹਨੂੰ ਨਿਕਲਣ ਲਈ ਤਾਂ ਟਾਈਮ ਲੱਗਦਾ ਆ ਉਹ ਅਸਲ 'ਚ ਘਰ ਚੋਂ ਦਾ ਬੰਦਾ ਨਹੀਂ ਬੰਦੇ ਜੋ ਘਰ ਨਹੀਂ ਕਹਿੰਦੇ ਸਾਬਕਾ ਐਮਐਲਏ ਚੋਂ ਨਿਕਲਦਾ ਮੁੜ ਕੇ ਉਹਨੂੰ ਇੱਕ ਕਮਰਾ ਦੇ ਦਿਓ ਕਿ ਭਾਈ ਠੀਕ ਹੈ ਜੇ ਤੂੰ ਆਉਣਾ ਜਾਣਾ ਹੁੰਦਾ ਇੱਥੇ ਪੈ ਜਾ ਘਰ ਲੰਗਰ ਪਾਣੀ ਦਾ ਕਿ ਜਿੱਥੇ ਮੈਂ ਛਕਣਾ ਉੱਥੇ ਛਕ ਲਿਆ ਨਾਲੇ ਉਹ ਨਵੇਂ ਐਮਐਲਏ ਸਾਹ ਲਈ ਬਹੁਤ ਜ਼ਰੂਰੀ ਹੈ ਕਿ ਸਾਰੀਆਂ ਗੱਲਾਂ ਉਹਨਾਂ ਤੋਂ ਪੁੱਛੋ ਕਿ ਤੂੰ ਪਿਛਲੇ 5 ਸਾਲਾਂ 'ਚ ਭਰਾ ਵੱਡੇ ਆ ਕੀ ਕੀਤਾ ਹੈ ਜਿਹੜਾ ਤੂੰ ਜਿੱਤਿਆ ਨਹੀਂ ਮੈਂ ਉਹ ਕੁਝ ਨਹੀਂ ਕਰਨਾ। ਵੈਸੇ ਗੱਲ ਹੀ ਆ। ਆ ਨਹੀਂ ਦੇਖੋ ਕਰਨਿਆ। ਹੁਣ ਇੱਕ ਗੱਲ ਇਹ ਵੀ ਆ ਵੀ। ਇਹ ਵੀ ਕਹਿੰਦੇ ਆ ਵੀ ਯਾਰ ਸਾਡੇ ਕੋਲੇ ਤਜਰਬਾ ਤੇ ਤਜਰਬਾ ਲੋ। ਇੱਕ ਗੱਲ ਚਲੋ ਵਧੀਆ ਜੇ ਸੈਂਗਲ ਦੇ ਬਾਈਬਾ ਸਾਹਿਬ ਨੇ ਡਿਮਾਂਡ ਕੀਤੀ ਉਹ ਗੱਲ ਸਹੀ ਵੀ ਆ। ਉਹ ਕਹਿੰਦੇ ਯਾਰ ਇਹ ਬੰਦੇ ਸਾਰੇ ਨਵੇਂ ਚੁਣੇ ਇਹਨਾਂ ਨੂੰ ਪਤਾ ਕਿਸੇ ਚੀਜ਼ ਦਾ ਹੈ ਨਹੀਂ। ਮੈਂ ਇਹਨਾਂ ਨੂੰ ਇਹ ਬੇਨਤੀ ਕਰਦਾ ਵੀ ਸਰਪਾਰਟੀ ਮੀਟਿੰਗ ਸੱਦ ਲੋ ਤਾਂ ਜੋ ਜਿਹੜੇ ਪੰਜਾਬ ਦੇ ਉਹ ਮਸਲੇ ਨੇ ਜਿਹੜੇ ਮਸਲੇ ਬੜੇ ਸੈਂਸਿਟਿਵ ਨੇ, ਸੰਜੀਦਾ ਨੇ ਜਿਹੜੇ ਬੰਦਿਆਂ ਨੇ ਹੰਡਾਏ ਆ ਰਾਜਾ ਵੜਿੰਗ ਸਾਹਿਬ ਨੇ ਉਹ ਗੱਲ ਕਹੀ। ਪੀ ਯਾਰ ਉਹਨਾਂ ਦੇ ਤਜਰਬੇ ਤੋਂ ਸਿੱਖ ਲਓ ਚਾਰ ਗੱਲਾਂ ਤੇ ਤੁਹਾਡੇ ਕੰਮ ਆਉਣਗੀਆਂ ਵੀ ਜਿਵੇਂ ਜਿਵੇਂ ਆਪਾਂ ਐਸ ਐਸ ਗੱਲ ਦਾ ਖਿਆਲ ਰੱਖਿਓ ਐਸ ਐਸ ਚੀਜ਼ ਤੋਂ ਬਚਿਓ ਤੁਸੀਂ ਉਦਾਂ ਕਰੀ ਜਾਓ ਤੁਹਾਡਾ ਟਾਈਮ ਸਰਜੂ ਤੇ ਜੇ ਤੁਸੀਂ ਹੁਣ ਅਜੇ ਜਾ ਸਿੱਖਣ ਦੇ ਚੱਕਰ ਚ ਪੈ ਗਏ ਤੇ ਇਹ ਨਾ ਹੋਵੇ ਕੰਮ ਨਿਬੜ ਜੇ ਹੈਨਾ ਹੁਣ ਗੱਲ ਆ ਵੀ ਇਹ ਤੇ ਚਲੋ ਚੰਗੀ ਗੱਲ ਹੈ ਤੇ ਇੱਥੇ ਮੀਟਿੰਗ ਕਰ ਲੈਣੀ ਚਾਹੀਦੀ ਹੈ ਇਹ ਨਾ ਹੋਵੇ ਮੀਟਿੰਗ ਕਰਦਿਆਂ ਕਰਦਿਆਂ ਕਦੇ ਅਗਲਾ ਬੰਦਾ ਆ ਗਿਆ ਯਾਰ ਤੂੰ ਨੇ ਕਿਹਾ ਚੰਗਾ ਬੰਦਾ ਆ ਯਾਰ ਤੂੰ ਜਦਨ ਹਾਰ ਗਿਆ ਕਹਿੰਦੇ ਉਦੋਂ ਹੀ ਚਾਬੀ ਦੇ ਆ ਇਦਾਂ ਥੋੜਾ ਕਰੀ ਦੇ ਹੋਰ ਦੂਜਾ ਤਜਰਬਾ ਦੇ ਉਹ 2-4 ਮਹੀਨੇ ਕੱਢੀ ਦੇ ਹੁੰਦੇ ਆ ਹਾਂ ਇਦਾਂ ਕਹੇ ਪੰਜ ਚਾਰ ਨੋਟਿਸ ਆਉਣ ਪਤਾ ਲੱਗੇ ਉਹਦੇ ਅਗਲੇ ਨੇ ਕਹਿਣਾ ਉਹ ਜੀ ਉਹ ਪੈਸੇ ਪੈ ਜਾਂਦੇ ਆ ਪੈ ਜਾਂਦੇ ਹੁਣੇ ਆ ਮਾਫ ਵੀ ਹੋ ਜਾਂਦੇ ਤੁਹਾਨੂੰ ਪਤਾ ਦਾ ਅਸੀਂ ਅਸੀਂ ਲੱਖ ਮਾਫ ਹੁੰਦਾ ਰਿਹਾ ਇੱਥੇ ਹਾਂ ਨਾਲੇ ਤੂੰ ਭੱਲਿਓ ਦੇਣੇ ਪੈਸੇ ਐਵੇਂ ਉਹ ਗੱਲ ਹਾਂ ਨਹੀਂ ਨਹੀਂ ਇਹ ਤਾਂ ਗੱਲਾਂ ਕਿਹੜੇ ਹਲਗੇ ਦਾ ਐਮਐਲਏ ਤੋਂ ਕੋਈ ਕਹਿੰਦਾ ਨਹੀਂ ਆਉਂਦਾ ਜਾਂਦਾ ਰਿਹਾ ਕਰਨ ਕਿਹਾ ਕੋਈ ਗੱਲ ਹੀ ਨਹੀਂ ਹੈਗੀ ਬਾਕੀ ਸੰਧਾਲੀਆ ਸਭ ਦੇਖੋ ਕੰਮ ਕਰਨਾ ਚਾਹੀਦਾ ਚੰਗੇ ਤਰੀਕੇ ਦੇ ਨਾਲ ਹੁਣ ਪਤਾ ਕੀ ਲੱਗਿਆ ਕਿ ਸੰਗਰੂਰ ਦੇ ਵਿੱਚ ਪੁਲਿਸ ਵਾਲਿਆਂ ਦੇ ਉੱਤੇ ਪਰਚਾ ਹੋਇਆ ਆ ਹਿਸ਼ਾਰਪੁਰ ਵਾਲਿਆਂ ਦੇ ਰਾਜਸਥਾਨ ਵਾਲੇ ਕੋਟਾ ਦਾ 800 ਕਿਲੋਮੀਟਰ ਦਾ ਫਰਕ ਹੈ ਮੁੰਡਾ ਚੱਕਿਆ ਕਿਤੋਂ ਦਿਖਾਇਆ ਕਿਤੋਂ ਉਹ ਵੀ ਰੌਲਾ ਜਿਹਾ ਪਈ ਜਾਂਦਾ ਹੁਣ ਹੋਇਆ ਕੀ ਹੈ ਕਿ ਕੋਈ ਪਤਾ ਨਹੀਂ ਹੁੰਦਾ ਨਾ ਸਮਾਂ ਕੀ ਹੋਣਾ ਦੋ ਪਾਰਟੀਆਂ ਦੀ ਆਪਸ ਵਿੱਚ ਕੋਈ ਗੱਲ ਸੀ ਐਸਪੀ ਸਾਹਿਬ ਰੀਡਰ ਸਾਹਿਬ ਦਾ ਚਰਚਾ ਚੱਲਿਆ ਉਹਨਾਂ ਨੂੰ ਕਿਤੇ ਕਿਹਾ ਹੋਊਗਾ ਸਾਢੇ 1 3 ਕਹਿੰਦੇ ਮੰਗਿਆ ਲੱਖ ਤੇ ਤਿੰਨ 'ਚ ਗੱਲ ਬਣ ਗਈ ਅਗਲੇ ਤਿੰਨ ਦੇਤਾ ਅਗਲੇ ਵਿੱਚ ਵਿਰੋਧੀ ਧਿਰ ਸੰਤੋਖ ਨੇ ਹੋ ਗਈ ਉੱਪਰ ਚਲੇ ਗਿਆ ਉੱਪਰ ਚਲੇ ਗਿਆ ਜਾਂਚ ਦੁਬਾਰਾ ਹੋਈ ਐਸਆਈਟੀ ਬਣਾਤੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਤੇ ਜਦੋਂ ਐਸਆਈਟੀ ਬਣਤੀ ਜਿਹੜੀ ਧਿਰਨੇ 3 ਲੱਖ ਦਿੱਤਾ ਸੀ ਉਹਨਾਂ ਨੇ ਪੇਸ਼ ਹੋ ਕੇ ਬਿਆੰਦੇ ਜੀ ਅਸੀਂ ਤਾਂ ਫਿਰ 3 ਲੱਖ ਦੇ ਕੇ ਕੰਮ ਕਰਾਇਆ ਸੀ ਹੁਣ ਜਾਂਚ ਪੜਤਾਲ ਹੋ ਗਈ ਆ ਕਹਿੰਦੇ ਆ ਕਿ ਭਾਈ ਸਾਰਾ ਹੀ ਹੁਣ ਕਾਗਜ਼ ਪੱਤਰ ਜਿਆ ਕੰਮ ਹੋਣ ਲੱਗ ਪਿਆ ਤੇ ਕਾਰਵਾਈਆਂ ਹੋ ਜਾਣੀਆਂ ਇਹ ਵਾਵਾਏ ਚੱਕਰ ਜਿਹਾ ਆ ਗਿਆ ਨਾ ਮਤਲਬ ਇਹ ਹੌਲੀ ਹੌਲੀ ਪਹਿਲਾਂ ਕੋਈ ਪੁੱਛਦਾ ਨਹੀਂ ਸੀ ਇਹ ਦੂਗਣ ਗੱਲ ਨੂੰ ਇਹ ਕੰਮ ਆਨ ਸਰਕਾਰ ਨਾਲ ਮਾੜਾ ਕਰ ਰਹੀ ਉਹ ਕਹਿੰਦੇ ਵੀ ਯਾਰ ਚਲੋ ਠੀਕ ਐ ਇਹ ਸਾਬ ਨਾ ਬਣੀਆਂ ਹੁੰਦੀ ਹੈ ਚੀਜ਼ ਬੜਾ ਵਧੀਆ ਅਗਲਾ ਕਹਿੰਦਾ ਵੀ ਕੰਮ ਕਰਾਉਣਾ ਉਹ ਦੇ ਕਰਾਉਣਾ ਦੇ ਕਰ ਦਿੰਨੇ ਇਹਦੇ ਚ ਕਿਹੜੀ ਗੱਲ ਹੈ ਜੀ ਉਹ ਕਹਿੰਦੇ ਵੀ ਆਹ ਕੀ ਗੱਲ ਟੇਬਲ ਦੇ ਅਗਲੇ ਪਨੇ ਪਲਾਈ ਕਿਉਂ ਲਾਈ ਹੈ ਕਹਿੰਦੇ ਫੇ ਹੱਥ ਵਾਵਾ ਸੌਖਾ ਪੈ ਹੈ ਹਨਾ ਹੋਰੇ ਇਹ ਲਾਉਣ ਲੱਗ ਪਏ ਟੇਬਲ ਦੇ ਅੱਗੇ ਵੀ ਪਲਾਈ ਪਿੱਛੇ ਵੀ ਪਲਾਈ ਉੱਤੇ ਸ਼ੀਸ਼ਾ ਨਾਲੇ ਕੈਮਰਾ ਤੇ ਨਾਲੇ ਕਹਿੰਦੇ ਵੀ ਜੇ ਕੋਈ ਦੱਸੇਗਾ ਅਸੀਂ ਤੇ ਉਹਨੂੰ ਭਾਈ ਇਹ ਨਾਲ ਹੀ ਤੂੰ ਦੱਸ ਦੇਣਾ ਵੀ ਆਹ ਨੰਬਰ ਹੈਗਾ ਆਪਣੇ ਕੋਲੇ ਚਲੋ ਇੱਕ ਮੇਰੇ ਖਾ ਕੋ ਨੈਤ ਤਹਿਸੀਲਦਾਰ ਸਾਹਿਬ ਦੀ ਚਰਚਾ ਚੱਲਦੀ ਦੇਖੋ ਨੈਬ ਤਹਿਸੀਲਦਾਰ ਸਾਹਿਬ ਦਾ ਤਾਂ ਕੰਮ ਬੜਾ ਸ ਮੈਂ ਹੈਰਾਨ ਆ ਕਿ ਉਥੇ ਇੱਕੋ ਹੀ ਬੰਦਾ ਜੀ ਕਾਬੂ ਆਇਆ ਤੇ ਇੱਕੋ ਹੀ ਆਇਆ ਕਿਉਂਕਿ ਚੰਡੀਗੜ੍ਹ ਦੇ ਆਲੇ ਦੁਆਲੇ ਚਾਹੇ ਉਹ ਮੁਹੱਲੀ ਐ ਡੇਰਾ ਬੱਸੀ ਐ ਜ਼ੀਰਕਪੁਰ ਐ ਕਿਉਂਕਿ ਉਥੇ ਬੜੀਆਂ ਬਿਲਡਿੰਗਾਂ ਬਣੀਆਂ ਬੱਸ ਦੇ ਵਿੱਚ ਬੈਠ ਕੇ ਤੁਸੀਂ ਜਾਓ ਮਾਫ ਕਰਨਾ ਬੱਸ ਕਹਿਤਾ ਮੈਂ ਆਪਣੇ ਹਿਸਾਬ ਨਾਲ ਤੇ ਆਲੇ ਦੁਆਲੇ ਜਿੱਧਰਲੇ ਪਾਸੇ ਮਰਜੀ ਦੇਖੋ ਕਲੋਨੀਆਂ ਨਵੀਆਂ ਐ ਰੰਗ ਕਰਕੇ ਆਇਆ ਕਰਕੇ ਪਲਾਟ ਹੀ ਪਲਾਟ ਕੋਠੀਆਂ ਹੀ ਕੋਠੀਆਂ ਇੱਥੇ ਨਵੇਂ ਪਲਾਟ ਖਰੀਦਣ ਲਈ ਮਿਲੋ ਤੇ ਕਈਆਂ ਤੇ ਲਿਖਿਆ ਹੁੰਦਾ ਕੋਈ ਅਪਰੂਵਡ ਕਈਆਂ ਤੇ ਨਹੀਂ ਲਿਖਿਆ ਹੁੰਦਾ ਹੁਣ ਸਰਕਾਰ ਦੀ ਪਾਲਿਸੀ ਬੜੀ ਸਿੱਧੀ ਹੈ ਹਾਲਾਂਕਿ ਬਹੁਤ ਸਾਰੇ ਸੱਜਣ ਕਹਿਣਗੇ ਨਹੀਂ ਜੀ ਬਿਨਾ ਐਨਓਸੀ ਤੋਂ ਰਜਿਸਟਰੀਆਂ ਹੋਈ ਜਾਂਦੀਆਂ ਜਾਂ ਬਹੁਤ ਸਾਰੇ ਲੋਕਾਂ ਨੇ ਪਲਾਟ ਲੈ ਲੈ ਕੋਠੀਆਂ ਪਾ ਲਈਆਂ ਘਰ ਬਣਾ ਲੈ ساری ਉਮਰ ਦੀ ਪੂੰਜੀ ਪੈਸੇ ਕਮਾਈ ਆਮਦਨ ਉੱਤੇ ਲਾਤੀ ਹੁਣ ਉਹ ਕਹਿਣਗੇ ਜੀ ਤੁਸੀਂ ਹੁਣ ਇਦਾਂ ਕਹਿੰਨੇ ਆ ਸਾਨੂੰ ਇੱਥੋਂ ਕੱਢਣਾ ਹੁਣ ਨੈਪ ਤਹਿਸੀਲਦਾਰ ਸਾਹਿਬ ਦੇ ਉੱਤੇ ਦੋਸ਼ ਇਹ ਲੱਗਾ ਕਿ ਜਿਨ੍ਹਾਂ ਪਲਾਟਾਂ ਦੀ ਐਨਓਸੀ ਵੀ ਜਾਰੀ ਨਹੀਂ ਹੋਈ ਨੋ ਆਬਜੈਕਸ਼ਨ ਸਰਟੀਫਿਕੇਟ ਕੇ ਹਾਂ ਪਾਈਏ ਦੀ ਰਜਿਸਟਰੀ ਕੀਤੀ ਜਾ ਸਕਦੀ ਹੈ ਕੋਈ ਆਬਜੈਕਸ਼ਨ ਨਹੀਂ ਉਹਨਾਂ ਦੀਆਂ ਵੀ ਕਹਿੰਦੇ ਚੱਕ ਚੱਕ ਕੇ ਕਲੋਨੀ ਦੀਆਂ ਰਜਿਸਟਰੀਆਂ ਕਰਤੀਆਂ ਕਾਨੂੰਨ ਦੇ ਉਲਟ ਜਾ ਕੇ ਕਈ ਥਾਈਂ ਤਾਂ ਜਾਲੀ ਰਜਿਸਟਰੀਆਂ ਸ਼ਬਦ ਵੀ ਵਰਤੇ ਜਾ ਰਹੇ ਹਨ ਪਰ ਕਾਨੂੰਨ ਦੇ ਉਲਟ ਜਾ ਕੇ ਕੀਤੀਆਂ ਕਿਸ ਨੇ ਸ਼ਿਕਾਇਤ ਕੀਤੀ ਜਾਂਚ ਪੜਤਾਲ ਕੀਤੀ ਲੱਗਾ ਕਿ ਭਾਈ ਦੋਸ਼ ਆਉਂਦੇ ਆ ਤੇ ਹੁਣ ਉਸੇ ਵੇਲੇ ਸਸਪੈਂਡ ਕਰ ਦਿੱਤੇ ਗਏ ਕਿ ਭਾਈ ਅਗਲੇ ਫੈਸਲੇ ਤੱਕ ਤੁਸੀਂ ਹੁਣ ਉੱਥੇ ਇੱਕ ਲਾਈਨ ਹਾਜ਼ਰ ਜਿਹੜਾ ਰਹੋਗੇ ਸੰਧਾਲੀਆ ਸਭ ਵੈਸੇ ਜੇ ਚਾਰ ਪੈਸੇ ਕਮਾਉਣੇ ਅਸੀਂ ਇਹ ਨਹੀਂ ਕਹਿੰਨੇ ਕਿ ਆਮ ਲੋਕਾਂ ਨੂੰ ਤੰਗ ਕਰਨਾ ਹੈ ਆਫਰੋਜ਼ਪੁਰ ਵਾਲੇ ਪਾਸੇ ਤੋਂ ਲੈ ਕੇ ਇਧਰ ਗੁਰਦਾਸਪੁਰ ਅੰਮ੍ਰਿਤਸਰ ਪਠਾਨਕੋਟ ਵਾਲੇ ਪਾਸੇ ਤੱਕ ਜੇ ਇੱਕ ਦੇ ਇਨਕੁਆਰੀ ਹੋ ਜਾਏ। ਆੜੇ ਬੰਦੇ ਨੂੰ ਛੱਡ ਦਿਓ ਕਿਉਂਕਿ ਇੱਕ ਕਲੋਨੀ ਕਿਸੇ ਨੇ ਕੱਟ ਲਈ। ਉਹਨੇ ਕਿਸੇ ਮੰਨ ਲਓ ਕਿਸਾਨ ਤੋਂ ਜ਼ਮੀਨ ਲੈ ਲਈ 20 ਏਕੜ। ਉਹ ਕਲੋਨੀ ਕੱਟ ਲਈ 플ੌਟ ਮੁੜ ਕੇ ਸਿੱਧੇ ਵੇਚ ਦਿੱਤੇ। ਆਪ ਬੰਦੇ ਨੇ ਆਪਣਾ ਨਾਮ ਵੀ ਨਹੀਂ ਕਿਤੇ ਪਵਾਇਆ ਤੇ ਬਿਆਨੇ ਦੇ ਵਿੱਚ ਵਿੱਚ ਹੀ ਵੇਚ ਦਿੱਤੇ। ਆਪ ਪੈਸੇ ਲੈ ਕੇ ਗਾਹ ਗਿਆ ਤੇ ਹੁਣ ਫਸਿਆ ਕੌਣ ਫਿਰਦਾ ਜਿਹਨੇ ਛੋਟੇ-ਛੋਟੇ 플ੌਟ ਲਏ ਆ। ਉਹ ਸਾਰੇ ਬੰਦਿਆਂ ਦੀ ਜਾਂਚ ਹੋਣੀ ਚਾਹੀਦੀ ਹੈ ਜਿਹੜੇ ਉਸ ਵੇਲੇ ਅਧਿਕਾਰੀ ਸਨ ਜਿਹੜੇ ਉਸ ਵੇਲੇ ਸ ਉਹਨੂੰ ਕਿਹਾ ਉਹਨਾਂ ਦੱਸਿਆ ਤੁਹਾਨੂੰ ਦਿਸਣਾ ਚਾਹੀਦਾ ਸੀ ਜਾਂ ਤਾਂ ਤੁਸੀਂ ਆਪਣੀ ਡਿਊਟੀ ਠੀਕ ਤਰੀਕੇ ਨਾਲ ਕੀਤੀ ਤੇ ਜਾਂ ਫਿਰ ਥੋੜਾ ਮੂੰਹ ਤੇ ਥੋਡੀਆਂ ਅੱਖਾਂ ਉਹਨਾਂ ਨੇ ਨੋਟਾ ਨਾ ਬੰਦ ਕਰ ਦਿੱਤੀਆਂ ਸੀ ਮਸਲਾ ਵੱਡਾ ਹੈ ਇੱਕ ਨਾਇਬ ਤਹਿਸੀਲਦਾਰ ਦੇ ਉੱਤੇ ਕਾਰਵਾਈ ਹੋਈ ਹੈ ਕਈ ਹੋਰ ੜਕੇ ਆ ਸਕਦੇ ਆ ਹਾਂ ਤੇ ਇਹ ਤੇ ਗੱਲ ਦੇਖੋ ਸਮਾਂ ਨਾ ਜੀ ਸਮਾਂ ਬਦਲ ਜਾਂਦਾ ਹਾਂ ਤੇ ਸਮਾਂ ਕਹਿੰਦੇ ਹੁਣ ਮਾਨ ਸਾਹਿਬ ਬਦਲਣਾ ਕਿਉਂਕਿ ਵਿਚਾਲੇ ਜੇ ਪੰਜਾਬ ਦੇ ਉਹਨਾਂ ਨੇ ਵੱਡੀ ਸਾਰੀ ਇੱਕ ਮੀਟਿੰਗ ਕੀਤੀ ਜਿੱਥੇ ਸਿੱਖਿਆ ਨਾਲ ਸੰਬੰਧਿਤ ਵੱਡੇ ਅਫਸਰ ਸਹਿਬਾਨ ਪ੍ਰਿੰਸੀਪਲ ਸਹਿਬਾਨ ਮੁਖ ਅਧਿਆਪਕ ਸਹਿਬਾਨ ਸਾਰੇ ਨੂੰ ਸੱਦਿਆ ਉਗੈ ਦੇਖੋ ਕਾਰਨ ਆ ਵੀ ਦਿੱਲੀ ਤੇ ਆਪਾਂ ਬਦਲਤਾ ਸਾਰਾ ਕੁਝ ਤੇ ਮਿੱਤਰੋ ਆਪਾਂ ਹੁਣ ਇੱਥੇ ਵੀ ਚੇਂਜ ਕਰਨਾ ਜਿਹੜੀਆਂ ਲੰਮੀਆਂ ਚੌੜੇ ਬਿਆਨ ਦੇ ਵਿੱਚ ਕਿਉਂਕਿ ਮਾਨ ਸਾਹਿਬ ਪਹਿਲਾਂ ਕਲਾਕਾਰ ਰਹੇ ਆ ਤੇ ਉਹ ਆਪਣੇ ਵੀ ਆ ਕੇ ਨਾ ਕਹਿੰਦਾ ਵੀ ਯਾਰ ਉਹਦੇ ਫੇਰ ਗੱਲਾਂ ਦਾ ਘਟਾ ਹੀ ਹੁੰਦਾ ਨਾ ਹੁਣ ਉਹਨਾਂ ਨੂੰ ਲੋੜ ਨਹੀਂ ਪੈਂਦੀ ਵੀ ਕਾਗਜ਼ ਤੋਂ ਪੜ੍ਹ ਕੇ ਬੋਲਣਾ ਫਿਰ ਉਹ ਇੱਕ ਤੋਂ ਬਾਅਦ ਇੱਕ ਦੂਜੀ ਤੋਂ ਬਾਅਦ ਤੇ ਜੀਤ ਜੀਤ ਤੋਂ ਬਾਅਦ ਚੌਥੀ ਉਦਾਹਰਨ ਦਿੰਦੇ ਜਾਂਦੇ ਆ ਹੁਣ ਜਿੱਦਾਂ ਦੇ ਉਦਾਹਰਨਾਂ ਉੱਥੇ ਉਹਨਾਂ ਨੇ ਦਿੱਤੀਆਂ ਵੀ ਜਾਹਜ ਦਾ ਬੈਗੀਰ ਨਹੀਂ ਹੁੰਦਾ ਹੂੰ ਹੂੰ ਅਰ ਜਾਇਦੇ ਇੰਜਣਾ ਚ ਜਾਨ ਬੜੀ ਹੁੰਦੀ ਐ ਬਸ ਇੱਕ ਉਹਨੇ ਕਾ ਜਾ ਟਰੈਕਟਰ ਉਹਨਾਂ ਨੂੰ ਮੋੜ ਕੇ ਸਿੱਧਾ ਕਰਨ ਲੱਗਾ ਵੀ ਇੱਧਰ ਨੂੰ ਜਾਂਦਾ ਹੀ ਰਨਵੇ ਉਹ ਕਹਿੰਦੇ ਬਸ ਟਰੈਕਟਰ ਬਣ ਜਾਓ ਤੁਸੀਂ ਇੱਕ ਰਾ ਜਵਾਕਾਂ ਨੂੰ ਸਿੱਧਿਆ ਕਰ ਦਿਓ ਬਾਕੀ ਉਹਨਾਂ ਦੇ ਖਾਂਬਾਂ 'ਚ ਬਥੇਰੀ ਜਾਨ ਉਹਨਾਂ ਨੇ ਉਡਾਰੀ ਮਾਰ ਜਾਣੀ ਹੋਰ ਵੀ ਉਦਾਹਰਣਾਂ ਦਿਤੀਆਂ ਵੀ ਆਪਾਂ ਹੁਣ ਯਾਰ ਸਿੱਖਿਆ ਉਹ ਬਣਾਈਏ ਵੀ ਐਵੇਂ ਉਹ cos θ tan θ ਕਹਿੰਦੇ ਕਦੀ ਭਿੰਡੀਆਂ ਲੈਣ ਦੇ ਕੰਮ ਤੇ ਆਇਆ ਨਹੀਂ ਵੀ ਆਪਾਂ ਉਹ ਵਾਲੀ ਸਿੱਖਿਆ ਜਵਾਕਾਂ ਨੂੰ ਦਈਏ ਜਿਹੜੀ ਉਹਦੇ ਕੰਮ ਆਵੇ ਉਹ ਨੌਕਰੀਆਂ ਉੱਥੇ ਜਾ ਕੇ ਲੱਭਦਾ ਨਾ ਫਿਰ ਉਹ ਸਭ ਆਪਣਾ ਕੋ ਕੰਮ ਕਾਰੋਬਾਰ ਚਲਾ ਸਕੇ ਜਿੰਦਾ ਕਰਕੇ ਉਹ ਕੋਈ ਤੇ ਲੋਕ ਸਗੋਂ ਉਹਦੇ ਤੋਂ ਨੌਕਰੀ ਲੈਣ ਆਉਣ ਨਾ ਕਿ ਉਹ ਨੌਕਰੀ ਲੱਭਦਾ ਫਿਰੇ ਜੀ ਹੋਰ ਵੀ ਕਈ ਉਦਾਹਰਣਾਂ ਦਿੱਤੀਆਂ ਹੁਣ ਕਹਿੰਦੇ ਆ ਕਿ ਵੀ ਉਹ ਸਾਰੇ ਪ੍ਰੋਗਰਾਮ ਤੋਂ ਬਾਅਦ ਕਾਫੀ ਜ਼ਿਆਦਾ ਮਤਲਬ ਇਹ ਕਹਿੰਨੇ ਵੀ ਮਤਲਬ ਜੋਸ਼ ਦੇ ਨਾਲ ਭਰੇ ਨੇ ਉਹ ਸਾਰੇ ਬੰਦੇ ਉਹ ਕਹਿੰਦੇ ਵੀ ਆਪਾਂ ਕੁਝ ਕਰ ਦੇਣਾ ਯਾਰ ਮੁੱਖ ਮੰਤਰੀ ਸਾਹਿਬ ਕਹਿੰਦੇ ਮੈਨੂੰ ਦੱਸੋ ਕਰਨਾ ਕੀ ਆ ਸਰਕਾਰ ਤੁਹਾਡੇ ਨਾਲ ਆ ਸੰਧਾਲੀਆ ਸਭ ਦਾਅਵੇ ਅੱਜ ਤੱਕ ਪੰਜਾਬ ਦੇ ਵਿੱਚ ਬਹੁਤ ਸਾਰੇ ਸਿਆਸੀ ਲੀਡਰਾਂ ਨੇ ਕੀਤੇ ਆ ਤੇ ਭਗਵੰਤ ਸਿੰਘ ਸਿਆਸੀ ਲੀਡਰ ਨੇ ਉਹ ਵਾਦੇ ਤੇ ਉਹ ਦਾਅਵੇ ਪੂਰੇ ਨਹੀਂ ਹੁੰਦੇ ਰਹੇ ਮਾਨ ਸਾਹਿਬ ਕਰ ਜਾਣ ਬੱਲੇ ਬੱਲੇ ਪੂਰੀ ਚੜ੍ਹਾਈ ਇੱਕ ਗੱਲ ਦਸੰਧਾਲੀਆ ਸਾਹਿਬ ਸਾਨੂੰ ਮੰਨਣੀ ਪਊਗੀ ਪੰਜਾਬ ਦੇ ਆਮ ਲੋਕਾਂ ਨੂੰ ਕਿ ਅਸੀਂ ਸਕੂਲ ਦੀ ਡਿਮਾਂਡ ਸਕੂਲ ਦੇ ਵਿੱਚ ਅਧਿਆਪਕਾਂ ਦੀ ਡਿਮਾਂਡ ਕਮਰੇ ਦੀ ਡਿਮਾਂਡ ਲੈਬਾਰਟਰੀ ਤੇ ਲਾਇਬ੍ਰੇਰੀ ਦੀ ਡਿਮਾਂਡ ਬਹੁਤ ਬਾਅਦ ਚ ਰੱਖਦੇ ਆ ਆਪਣੀ ਬੀ.ਏ ਦੇ ਮੂਰੇ ਖੜੰਜਾ ਪਹਿਲਾਂ ਲਾਉਣਾ ਚਾਹੁੰਦੇ ਆ ਸ਼ਮਸ਼ਾਨ ਘਾਟ ਨੂੰ ਜਾਂਦੀ ਸੜਕ ਬਣਾਉਣਾ ਚਾਹੁੰਦੇ ਆ ਜਦ ਕਿ ਤਰਜੀਹ ਸਾਡੀ ਸਕੂਲ ਚਾਹੀਦਾ ਬਹੁਤ ਸਾਰੇ ਲੋਕ ਕਹਿਣਗੇ ਜੀ ਇਹ ਫੈਸਲਾ ਠੀਕ ਨਹੀਂ ਬੜੇ ਕਮੈਂਟ ਆ ਗਏ ਵਿਦੇਸ਼ ਤੋਂ ਹੀ ਕਿਉਂ ਟ੍ਰੇਨਿੰਗ ਦਿਵਾਉਣੀ ਐ ਟੀਚਰਾਂ ਨੂੰ ਗੱਲ ਵਾਜੂਬ ਐ ਕੇਰਲਾ ਤੋਂ ਬੰਗਾਲ ਤੋਂ ਦਿੱਲੀ ਤੋਂ ਜਿੱਥੋਂ ਮਰਜੀ ਜਿੱਥੋਂ ਤੁਹਾਡਾ ਜੀ ਕਰਦਾ ਕਿ ਵਿਦੇਸ਼ ਤੋਂ ਹੀ ਕਿਉਂ ਕਈ ਸੱਜਣ ਕਹਿੰਦੇ ਜੀ ਪੈਸੇ ਖਾਣ ਦਾ ਢੰਗ ਤਰੀਕਾ ਹੋਣਾ ਹੋ ਸਕਦਾ ਪਰ ਇੱਕ ਗੱਲ ਕਿ ਜੇ ਇਹ ਕੰਮ ਠੀਕ ਨਹੀਂ ਤਬਦੀਲੇ ਦੀ ਤਾਂ ਲੋੜ ਐ ਨਾ ਪ੍ਰਾਇਮਰੀ ਸਕੂਲ ਮਿਡਲ ਸਕੂਲ ਹਾਈ ਸਕੂਲ ਸੈਕੰਡਰੀ ਸਕੂਲ ਕਾਲਜ ਤੇ ਯੂਨੀਵਰਸਿਟੀ ਸਰਕਾਰ ਦੇ ਅੰਗ ਨੇ ਪ੍ਰਾਇਮਰੀ ਸਕੂਲ ਮੀਡਲ ਸਕੂਲ ਹਾਈ ਸਕੂਲ ਸੈਕੰਡਰੀ ਸਕੂਲ ਕਾਲਾਈ ਤੇਦਲ ਬਸ ਯੂਨੀਵਰਸਿਟੀ ਹੁਣ ਇਹ 6 ਚੀਜ਼ਾਂ ਜਿਹੜੀਆਂ ਨੇ ਮੈਨੂੰ ਇੱਕ ਗੱਲ ਕਲੀਅਰ ਕਟ ਪਤਾ ਹੈ ਕਿ ਆਹ ਜਿਹੜੇ ਲੀਡਰ ਸਰਕਾਰੀ ਘਰਾਂ ਚ ਨਹੀਂ ਤੇ ਅਗਰ ਖਾਲੀ ਨਹੀਂ ਕਰਦੇ ਇਹਨਾਂ ਨੂੰ ਪਸੰਦ ਹੈ ਇਹਨਾਂ ਨੂੰ ਪਤਾ ਕਿ ਛੱਤ ਨਹੀਂ ਡਿੱਗਣੀ ਇਹਨਾਂ ਨੂੰ ਪਤਾ ਕਿ ਟੁੱਟੀ ਸਰਕਾਰੀ ਚੋਂ ਪਾਣੀ ਆ ਜਾਣਾ ਤੇ ਇਹ ਮਾਰ ਮਾਰ ਬਸ ਬਸ ਕਰਦੇ ਮੈਨੂੰ ਆਹ ਕਰ ਦੇ ਦਿਓ ਮਨਵਾ ਕਰ ਦੇ ਦਿਓ ਮੈਨੂੰ ਆਹ ਕਰ ਦੇ ਦਿਓ ਇਹਨਾਂ ਨੂੰ ਪਤਾ ਹੈ ਕਿ ਸਰਕਾਰੀ ਗੱਡੀ ਚੱਲਣੀ ਆ ਇਸ ਸਰਕਾਰੀ ਗੱਡੀ 'ਚ ਆਪ ਵੀ ਬੈਂਦੇ ਆ ਤੇ ਆਪਦੇ ਟੱਬਰਾਂ ਨੂੰ ਘੁਮਾਉਂਦੇ ਆ ਇਦਾਂ ਹੀ ਅਫਸਰ ਨੇ ਇਹਨਾਂ ਬੰਦਿਆਂ ਨੂੰ ਪਤਾ ਕਿ ਜਿਹੜੇ ਸਰਕਾਰ ਨੇ ਗਨਮੈਨ ਦਿੱਤੇ ਆ ਇਹਨਾਂ ਨੇ ਸਾਡੀ ਸੁਰੱਖਿਆ ਕਰ ਲੈਣੀ ਇਹਨਾਂ ਕੋਲ ਬੰਦੂਕਾਂ ਅਸਲੀ ਨਹੀਂ ਤੇ ਵੱਧ ਤੋਂ ਵੱਧ ਗਨਮੈਨ ਲੈਂਦੇ ਜਿਪਸੀਆਂ ਲੈਂਦੇ ਅੱਗੇ ਪਿੱਛੇ ਪਰ ਜਦੋਂ ਤੱਕ ਅਫਸਰ ਤੇ ਵਿਧਾਇਕ ਤੇ ਮੰਤਰੀ ਇਹ ਨਹੀਂ ਕਹਿੰਦੇ ਕਿ ਕੋਈ ਗੱਲ ਨਹੀਂ ਮੇਰਾ ਪੁੱਤ ਧੀ ਆ ਸਰਕਾਰੀ ਸਕੂਲ 'ਚ ਵੀ ਵਧੀਆ ਪੜ ਜਾਊਗਾ ਮੈਂ ਸਰਕਾਰੀ ਹਸਪਤਾਲ ਦੇ ਵਿੱਚੋਂ ਵੀ ਇਲਾਜ ਕਰਾ ਲਵਾਂਗਾ ਆਪ ਤਾਂ ਅਮਰੀਕਾ ਕੈਨੇਡਾ ਜਾ ਕੇ ਦੰਤ ਠੀਕ ਕਰਾਉਣੇ ਆ ਤੇ ਲੋਕਾਂ ਨੂੰ ਕਹੀ ਜਾਣਾ ਕਿ ਭਾਈ ਸਰਕਾਰੀ ਹਸਪਤਾਲ ਬਹੁਤ ਵਧੀਆ ਨੇ ਜੇ ਇਹਦਾ ਮਤਲਬ ਹੈ ਕਿ ਜੇ ਸਰਦੇ ਪੁੱਜਦੇ ਲੋਕਾਂ ਦੇ ਨਿਆਣੇ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਨਹੀਂ ਪੜਦੇ ਤਾਂ ਤਬਦੀਲੀ ਦੀ ਲੋੜ ਹੈ ਉਹ ਤਬਦੀਲੀ ਕਿਹੜੀ ਕਰਨੀ ਹੈ ਭਗਵੰਤ ਮਾਨ ਹੋਰੀ ਮੁੱਖ ਮੰਤਰੀ ਨੇ ਸਰਕਾਰ ਹੈ ਉਹਨਾਂ ਨੇ ਦੱਸ ਦਿੱਤਾ ਕਿ ਮੈਂ ਇਸ ਤਰੀਕੇ ਤਬਦੀਲੀ ਕਰਨੀ ਹੈ ਜੇ ਕੋਈ ਬੰਦਾ ਅਸਹਿਮਤ ਹੈ ਪ੍ਰਤਾਪ ਸਿੰਘ ਬਾਜਵਾ ਸਾਹਿਬ ਸੁਖਵੀਰ ਸਿੰਘ ਬਾਦਲ ਸਾਹਿਬ ਅਸ਼ਵਨੀ ਸ਼ਰਮਾ ਸਾਹਿਬ ਸਿਮਰਜੀਤ ਸਿੰਘ ਬੈਂਸ ਸਾਹਿਬ ਜਾਂ ਕੋਈ ਵੀ ਪੰਜਾਬ ਦਾ ਸਿਆਸੀ ਲੀਡਰ ਜੇ ਉਹ ਕਹਿਣ ਕਿ ਭਗਵੰਤ ਮਾਨ ਉਹਨਾਂ ਦੀ ਇਹ ਗੱਲ ਗਲਤ ਹੈ ਬਿਲਕੁਲ ਗਲਤ ਹੋਣੀ ਹੈ ਪਰ ਤਬਦੀਲੀ ਕਰਨੀ ਪੈਣੀ ਆ ਸਿੱਖਿਆ ਦੇ ਢਾਂਚੇ 'ਚ ਫਿਰ ਤੁਸੀਂ ਦੱਸੋ ਕਿ ਭਾਈ ਜੇ ਤਬਦੀਲੀ ਇਹ ਨਹੀਂ ਤਾਂ ਫਿਰ ਤਬਦੀਲੀ ਕਿਹੜੀ ਕਰਨੀ ਹੈ ਕਿਉਂਕਿ ਅਸੀਂ ਪੰਜਾਬ ਦਾ ਸਿੱਖਿਆ ਢਾਂਚਾ ਐਜ਼ ਇਟ ਇਜ਼ ਜਿਹੜਾ ਇਸ ਵੇਲੇ ਹੈ ਉਸੇ ਅਵਸਥਾ ਦੇ ਵਿੱਚ ਰਹਿਣ ਨਹੀਂ ਦੇ ਸਕਦੇ ਤੁਸੀਂ ਦੇਖੋ ਸੰਧਾਲੀਆ ਸਾਹਿਬ ਪੰਜ ਨਹੀਂ 8-8 ਜਮਾਤਾਂ ਪ੍ਰਾਇਮਰੀ ਸਕੂਲਾਂ 'ਚ ਪੜਾਉਣ ਵਾਲੇ ਦੋ ਨੇ ਕਿਵੇਂ ਸੰਭਵ ਹੈ ਕਿ ਉਹ ਬੱਚਿਆਂ ਨੂੰ ਸਾਂਭ ਵੀ ਲਵੇ ਉਹਨਾਂ ਦੀ ਵੱਖੋ-ਵੱਖਰੀ ਵਿਸ਼ੇਸ਼ਤਾ ਦੇ ਮੁਤਾਬਕ ਵੀ ਪੜ੍ਹਾ ਲੈ ਤਕਨੀਕ ਅਸੀਂ ਪ੍ਰਾਣੀ ਵਰਤਦੇ ਆ ਜਿਹੜਾ ਲੇਖ 20 ਸਾਲ 25 ਸਾਲ ਪਹਿਲਾਂ ਅਸੀਂ ਤੇ ਤੁਸੀਂ ਲਿਖਦੇ ਸੀ ਉਹੀ ਲੇਖ ਅੱਜ ਦੇ ਬੱਚੇ ਲਿਖੀ ਜਾਂਦੇ ਆ ਜਿਹੜਾ ਬੱਚਾ ਟੈਕਨੀਕਲ ਐਜੂਕੇਸ਼ਨ ਪ੍ਰਾਪਤ ਕਰਕੇ ਨਿਕਲਦਾ ਕੀ ਉਹ ਫੈਕਟਰੀ ਦੇ ਵਿੱਚ ਕੰਪਨੀ ਦੇ ਵਿੱਚ ਕੰਮ ਕਰਨ ਦੇ ਯੋਗ ਹੁੰਦਾ ਹੈ ਜੇ ਉਹਨਾਂ ਮੁੱਖ ਮੰਤਰੀ ਹੋਰ ਨੇ ਕਿਹਾ ਕਿ ਭਾਈ ਉਹ ਕੰਮ ਕਰਨ ਯੋਗ ਆਪਾਂ ਬਣਾਉਣਾ ਹੈ ਟੈਕਨੀਕਲੀ ਸਾਊਂਡ ਕਰਨੇ ਆ ਹੱਥੀ ਕੰਮ ਕਰਨ ਯੋਗ ਬਣਾਉਣੇ ਆ ਅਸੀਂ ਸਿਲੇਬਸ ਦੇ ਵਿੱਚ ਤਬਦੀਲੀ ਕਰਨੀ ਹੈ ਨਵੀਆਂ ਤਕਨੀਕਾਂ ਜਿਹੜੀਆਂ ਨਾਰਵੇ ਫਿਨਲੈਂਡ ਸਵੀਡਨ ਲੈਂਡ ਦੇ ਵਿੱਚ ਚੱਲਦੀਆਂ ਆਪਾਂ ਉਹ ਇੱਥੇ ਲਾਗੂ ਕਰਨੀਆਂ ਜਦੋਂ ਉਹਨਾਂ ਨੇ ਇਹ ਕਿਹਾ ਸੀ ਕਿ ਭਾਈ ਡਾਕੀਏ ਦੇ ਲਈ ਤਾਂ ਇੰਟਰਵਿਊ ਹੁੰਦੀ ਆ ਤੇ ਉਹਨੂੰ ਕਹਿੰਦੇ ਚੰਨ ਦੀ ਦੂਰੀ ਕਿੰਨੀ ਆ ਉਹ ਕਹਿੰਦਾ ਉਸ ਰੂਟ ਤੇ ਤਾਂ ਮੈਂ ਨਹੀਂ ਚਿੱਠੀਆਂ ਵੰਡਦਾ ਭਾਈ ਹਾਂ ਨਾ ਉਹ ਸਾਰੀਆਂ ਚੀਜ਼ਾਂ ਕਿ ਕੀ ਸਿੱਖਿਆ ਸਾਡੇ ਜੀਵਨ ਦੇ ਵਿੱਚ ਚੰਗਾ ਰੋਲ ਅਦਾ ਕਰਦੀ ਏ ਜਾਂ ਫਿਰ ਉਹ ਨੰਬਰ ਗੇਮ ਕਮਾਲ ਦੀ ਗੱਲ ਮੈਂ ਕਹਿਣਾ ਕਿ ਲੱਖ ਮਾਰੇ ਕੰਮ ਕਰਦੇ ਹੋਣਗੇ ਭਗਵੰਤ ਮਾਨ ਸਾਹਿਬ ਕੋਈ ਗੱਲ ਨਹੀਂ ਫੈਸਲੇ ਗਲਤ ਹੋਣਗੇ ਦਿੱਲੀੋਂ ਚਲਦੇ ਹਰ ਇੱਕ ਆਪਾਂ ਵੀ ਦਾ ਬੱਚਾ ਪੁੱਤ ਕਿੰਨੇ ਨੰਬਰ ਆਏ ਆ ਹੂੰ 78 ਨਹੀਂ ਹੋਣੇ ਚਾਹੀਦੇ 99 ਕਾ ਤੋ ਨਾ ਆਏ ਜਦੋਂ ਉਹ ਨੰਬਰ ਗੇਮ ਜੀ ਪੈ ਗਿਆ ਕੰਮ ਉਹਨੂੰ ਹੱਥ ਹੀ ਆਉਂਦਾ ਹੈ ਕੁਛ ਨਹੀਂ ਆਉਂਦਾ ਉਹ ਸਿੱਖਿਆ ਉਹਨੂੰ ਪ੍ਰੈਕਟੀਕਲੀ ਕਿ ਉਹ ਉਹਨੇ ਰੱਟਾ ਪ੍ਰਣਾਲੀ ਦੇ ਨਾਲ ਨੰਬਰ ਲੈ ਕੁਛ ਪਤਾ ਹੀ ਨਹੀਂ ਜੇ ਕਿਤੇ ਪੰਜਾਬ ਦੀ ਐਜੂਕੇਸ਼ਨ ਨੂੰ ਆ ਨੰਬਰਾਂ ਦੇ ਹਿਸਾਬ ਕਿਤਾਬ ਦੇ ਵਿੱਚੋਂ ਭਗਵੰਤ ਮਾਨ ਸਾਹਿਬ ਬਾਹਰ ਕੱਢ ਕੇ ਪ੍ਰੈਕਟੀਕਲੀ ਜ਼ਮੀਨੀ ਹਕੀਕਤ ਨਾਲ ਜੋੜਨ ਚ ਕਾਮਯਾਬ ਹੋਇਆ ਹੈ ਧੰਨਵਾਦੀ ਕਰਾਂਗੇ ਭਰਾ ਨਹੀਂ ਨਹੀਂ ਇਹ ਬਹੁਤ ਜ਼ਰੂਰੀ ਆ ਦੇਖੋ ਸਭ ਤੋਂ ਵੱਡੀ ਗੱਲ ਮੇਰੇ ਖਿਆਲ ਨਾਲ ਅਜ ਦੀ ਨਹੀਂ ਬੜੇ ਚਿਰ ਦੀ ਆਪਾਂ ਸੁਣਦੇ ਆਉਂਦੇ ਸੀ ਵੀ ਹੁਣ ਤਾਂ ਜਵਾਗ ਨੂੰ ਫੇਲ ਨਹੀਂ ਕਰਦੇ ਨਾ 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 ਜਵਾਗ ਨੂੰ ਫੇਲ ਥੋੜਾ ਕਰਨਾ ਹੁਣ ਜੀ ਇਸ ਗੱਲ ਦਾ ਪਤਾ ਸਟੇਟ ਦੇ ਮੁੱਖ ਮੰਤਰੀ ਨੂੰ ਵੀ ਆਣ ਮੁੱਖ ਮੰਤਰੀ ਸਾਹਿਬ ਬਾਕੀ ਜਿਹੜੇ ਅਫਸਰ ਨੇ ਜਾਂ ਵੱਡੇ ਪ੍ਰਿੰਸੀਪਲ ਸਾਹਿਬ ਨੇ ਉਹਨਾਂ ਦੀ ਹਾਜ਼ਰੀ ਚੋਸ ਤੇ ਜੀ ਦਾ ਜ਼ਿਕਰ ਕਰਦੇ ਆ ਤੇ ਇਹਦਾ ਮਤਲਬ ਵੀ ਉਹ ਗੱਲ ਜਿਹੜੀ ਕਿ ਥੱਲੇ 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 ਚੱਲਦੀ ਸੀ ਇਹ ਤੇ ਹੋ ਨਹੀਂ ਸਕਦਾ ਵੀ ਪਹਿਲਾਂ ਕਿਸੇ ਨੇ ਉੱਪਰ ਜਾ ਕੇ ਕਹੀ ਨਾ ਹੋਏ ਵੀ ਯਾਰ ਵੀਰ ਮੇਰੋ ਇਹਦੇ ਬਾਰੇ ਵੀ ਸੋਚ ਮੈਂ ਪੜਿਆ ਭਾਵੇਂ ਨਹੀਂ ਪੜਿਆ ਮੈਂ ਦੂਜੀ ਚੈਂ ਮੈਂ ਪੜਿਆ ਭਾਵੇਂ ਨਹੀਂ ਪੜਿਆ ਮੈਂ ਤੀਜੀ ਚ ਮੈਂ ਤੇ ਤੁਸੀਂ 8ਵੀਂ ਤੱਕ ਜਾਂਦੇ ਜਾਂਦੇ ਇਹ ਦੇਖੋ ਵੀ ਇਹ ਉਹ ਟਾਈਮ ਆ ਜਿਹਦੇ ਚ ਉਹਦਾ ਮਾੜਾ ਮੋੜ ਬੇਸ ਬਣਨਾ ਜੀ ਤੇ 8ਵੀਂ ਤੱਕ ਤੇ ਆਪਾਂ ਨੇ ਵੀ ਤੂੰ ਕੋਈ ਨੇ ਤੁਰਿਆ ਭਈ ਟੋਚਨ ਪਾਇਆ ਤੇ ਅਚਾਨਕ 8ਵੀਂ ਤੋਂ ਬਾਅਦ ਆਪਾਂ ਕਹਿੰਦੇ ਵੀ ਨਹੀਂ ਵੀ ਹੁਣ ਤੇਰਾ ਟੋਚਨ ਲਾ ਦੇਣਾ ਹੁਣ ਤੂੰ ਆਪੇ ਚੱਲ ਇੰਜਣ ਤੇ ਰੱਖੇ ਨੇ ਉਹਦੇ ਤੇ ਦਸ ਰੇੜਾ ਇਕੱਲਾ ਕਿੱਥੋਂ ਚੱਲ ਪੂਗਾ ਹੁਣ ਆਹ ਜਿਹੜੀਆਂ ਗੱਲਾਂ ਆਪਾਂ ਕਰਦੇ ਰਹੇ ਆ ਉਹਨੂੰ ਚੇਂਜ ਕਰਨ ਦੀ ਵਾਕਈ ਲੋੜ ਦੂਜੀ ਚੀਜ਼ ਇੱਕ ਹੋਰ ਮੈਂ ਬੇਨਤੀ ਕਰਾਂ ਅੱਜ ਦੀ ਜਿਹੜੀ ਉਹ ਉਹ ਵਧੀਆ ਗੱਲ ਗਈ ਤੁਸੀਂ ਵੀ ਅੱਜ ਵੀ ਤੁਸੀਂ ਵੀ ਉਹ ਫਲਾਨੀ ਲੜਾਈ ਕਦੋਂ ਹੋਈ ਸੀ ਢੀੜ ਨੇ ਤਲਵਾਰ ਕਦੋਂ ਮਾਰੀ ਸੀ ਉਹ ਫਿਰ ਫਲਾਨੀ ਫਲਾਨੀ ਥਾਂ ਦੇ ਵਿੱਚੋਂ ਕੀ ਲੱਭਿਆ ਸੀ ਉਹ ਜਵਾਗ ਦਾ ਨਹੀਂ ਉਹਦੇ ਚ ਇੰਟਰਸਟ ਯਾਰ ਤੁਸੀਂ ਆਪਣੇ ਜਵਾਗ ਨੂੰ ਨਿਗੇਜੇ ਨੂੰ ਦੇਖ ਲਓ ਵੀ ਜਿਹੜਾ ਫੋਨ ਤੁਹਾਨੂੰ ਚਲਾਉਣਾ ਨਹੀਂ ਆਉਂਦਾ ਉਹ ਜਵਾਗ ਚ ਲਾਈ ਜਾਂਦਾ ਕਿਸੇ ਵੇਲੇ ਹੁੰਦਾ ਨਾ ਵੀ ਆਹ ਯਾਰ ਪੁੱਤ ਵੇਖੀ ਹਾਂ ਕੋਈ ਟੈਲੀਵਿਜ਼ਨ ਸਮਾਰਟ ਟੀਵੀ ਲੈ ਲਿਆ ਉਹ ਆਪ ਨੂੰ ਚਲਾਉਣਾ ਨਹੀਂ ਉਹਦਾ ਜਵਾਗ ਨਿਗਨੇ ਲਾ ਦਵੇ ਬਾਪੂ ਤੁਹਾਨੂੰ ਮੈਂ ਦੱਸਦਾ ਕਿਥੋਂ ਕਿਹੜੀ ਚੀਜ਼ ਕਰਨੀ ਇਹਦਾ ਮਤਲਬ ਜਵਾਗ ਤੇਜ ਨੇ ਆਪਾਂ ਜਿਹੜੇ ਰਾਹ ਤੇ ਜਾਂ ਜਿਹੜੇ ਸਕੂਟਰ ਤੇ ਬਿਠਾ ਕੇ ਉਹਨੂੰ ਕਹਿੰਨੇ ਵੀ ਹੁਣ ਤੂੰ ਚੰ드ਰਮਾ ਤੇ ਪਹੁੰਚ ਜਾਣਾ ਉਹ ਨਹੀਂ ਪਹੁੰਚਣਾ ਸੰਧਾਲੀਆ ਸਾਹਿਬ ਮੈਂ ਹਰ ਥਾਂ ਇਸ ਗੱਲ ਦਾ ਜ਼ਿਕਰ ਕਰਦਾ ਹੁੰਨਾ ਕਿ ਜਦੋਂ ਮੈਂ 10ਵੀਂ ਕੀਤੀ ਨਾ ਸਰਕਾਰੀ ਸਕੂਲ ਚੋਂ ਤਾਂ 11ਵੀਂ ਸਰਕਾਰੀ ਸਕੂਲ ਚ ਦਾਖਲਾ ਲੈਣਾ ਹੀ ਪਹਿਲੀ ਵਾਰੀ ਪ੍ਰੋਸਪੈਕਟਸ ਸ਼ਬਦ ਸੁਣਿਆ ਕਿ ਇੱਕ ਕਿਤਾਬ ਜੀ ਮਿਲਣੀ ਹੈ ਉਹਦੇ ਵਿੱਚ ਫਾਰਮ ਲੱਗਾ ਹੁੰਦਾ ਹੀ ਨਹੀਂ ਸੀ ਪਤਾ ਕਿ ਉਹ ਤਾਂ ਮਿਲਦੀ ਹੈ ਕਿ ਇਹਦੇ ਵਿੱਚੋਂ ਦੇਖ ਲਓ ਜੀ ਤੁਸੀਂ ਵਿਸ਼ਾ ਚੁਣਨਾ ਹੈ ਇਹ ਹੀ ਨਹੀਂ ਸੀ ਪਤਾ ਕਿ ਭਾਈ ਕਿਸੇ ਨੇ ਦੱਸਿਆ ਹੀ ਨਹੀਂ ਨਾ ਮਹੌਲ ਸੀ ਇੱਦਾਂ ਦਾ ਮੈਨੂੰ ਚੇਤਾ ਹੈ ਕਿ ਫਾਰਮ ਭਰਿਆ ਆਪਣਾ ਪਿਆ ਲੈਣੇ ਆਜ ਪੁੱਛ ਪਛ ਕੇ ਇਧਰ ਉਧਰੋਂ ਮੈਂ ਫੇਰ ਵੀ ਆ ਮੋੜ ਦੇ ਉੱਪਰ ਦੀ ਮੋੜ ਲੈ ਦੇਖਿਆ ਯਾਰ ਉਹਨੇ ਕਿ ਭਰਿਆ ਉਹਨੇ ਆ ਭਰਿਆ ਮੈਂ ਵੀ ਇਹ ਭਰ ਤਾ ਮੈਂ ਦੋ ਕਾਰੀ ਕੱਟ ਕੱਟ ਕੇ ਭਰਿਆ ਹੂੰ ਉਹਨੂੰ ਪੁੱਛਣਾ ਇਹ ਸੌਖਾ ਹੀ ਆ ਠੀਕ ਹੀ ਆ ਠੀਕ ਲੱਗਦਾ ਔਖਾ ਮੇਰੇ ਡੈਡੀ ਕਹਿੰਦੇ ਸੀ ਮੈਨੂੰ ਉਹਨੇ ਦੱਸਿਆ ਯਾਨੀ ਜਦੋਂ ਹੁਣ ਬੱਚੇ ਵਿਦੇਸ਼ ਚ ਵੀ ਆਉਂਦੇ ਆ ਸਿਆਣੇ ਬੱਚਿਆਂ ਦੀ ਕੋਈ ਕਮੀ ਨਹੀਂ ਪਰਿਵਾਰ ਵਾਲੇ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਦੇ ਉੱਥੇ ਵੀ ਇਦਾਂ ਹੁੰਦਾ ਇਹ ਉੱਚ ਫਿਰ ਵੀਜ਼ਾ ਲੱਗ ਜਾਂਦਾ ਆ ਉਹਦੇ ਵਿੱਚ ਫਿਰ ਨੌਕਰੀ ਮਿਲ ਜਾਂਦੀ ਆ ਉਹਦੇ ਵਿੱਚ ਮੈਨੂੰ ਫਲਾਣੇ ਨੇ ਕਿਹਾ ਸੀ ਤੁਸੀਂ ਇਹ ਦੇਖੋ ਕਿ ਆਪਾਂ ਕਹਿੰਦੇ ਆ ਕਿ ਦਸਵੀਂ ਤੋਂ ਬਾਅਦ ਬੱਚਾ ਇਨੇ ਜੋਗਾ ਹੋ ਜਾਂਦਾ ਕਿ ਆਪਣੀ ਰੁਚੀ ਦਾ ਵਿਸ਼ਾ ਚੁਣੇ ਹੂੰ ਰੁਚੀ ਪੈਦਾ ਹੀ ਨਹੀਂ ਕੀਤੀ ਆਪਾਂ ਉਹਦੀ ਰੁਚੀ ਤਾਂ ਖੰਗਾਲੀ ਹੀ ਨਹੀਂ ਉਹਦੀ ਰੁਚੀ ਦੀ ਪਛਾਣ ਹੀ ਨਹੀਂ ਕੀਤੀ ਉਹ ਆਇਡੈਂਟੀਫਾਈ ਹੀ ਨਹੀਂ ਕੀਤੀ ਨਾ ਉਹਨੂੰ ਦੱਸਿਆ ਨਾ ਫਿਰ ਉਹਨੂੰ ਤਰਾਸ਼ਿਆ ਮੁੜ ਕੇ ਤਬਦੀਲੀ ਤਾਂ ਕਰਨੀ ਪਊਗੀ ਜੇ ਅਸੀਂ ਤਬਦੀਲੀ ਨਹੀਂ ਕਰਦੇ ਹੁਣ ਤੁਸੀਂ ਦੇਖੋ ਸੰਧਾਲੀਆ ਸਾਹਿਬ ਇਹ ਮਸਲਾ ਕੱਲਾ ਨੌਕਰੀ ਨਾਲ ਨਹੀਂ ਜੁੜਿਆ ਇੱਕ ਬੰਦਾ ਬਸ ਦਾ ਕੰਡਕਟਰ ਹੈ ਉਹ ਬੰਦਾ ਕੋਸ਼ਿਸ਼ ਹੋਰ ਚਾਹੁੰਦਾ ਐ ਪਰ ਮਜਬੂਰੀ ਬਸ-ਬਸ ਦਾ ਕੰਡਕਟਰ ਬਣ ਗਿਆ ਖਾਣ ਨੂੰ ਪੈਂਦਾ ਬਾਹਰ ਵੀ ਤੇ ਕਰੇ ਵੀ ਇੱਕ ਬੰਦਾ ਕੈਸ਼ੀਅਰ ਬਣਿਆ ਬੈਂਕ 'ਚ ਉਹਦੀ ਰੁਚੀ ਸੀ ਮੈਂ ਅਧਿਆਪਕ ਬਣਨਾ ਮੈਂ ਪਾਇਲਟ ਬਣਨਾ ਮੈਂ ਡਾਕਟਰ ਬਣਨਾ ਜਾਂ ਕੁਝ ਵੀ ਪੜਨਾ ਉਹਨੂੰ ਮਾਹੌਲ ਹੀ ਨਾ ਮਿਲਿਆ ਨਾ ਉਹਦਾ ਦੀ ਥਾਂ ਮਿਲੀ ਨਾ ਉਹਨੂੰ ਕੋਤਰਾਸ਼ਣ ਵਾਲਾ ਮਿਲਿਆ ਉਹ ਹੁਣ ਉੱਥੇ ਵੜ ਕੇ ਬੈਂਕ ਵਾਲੀ ਕਾਪੀ ਐ ਮਾਰਦਾ ਜਾ ਕੇ ਕਸੂਰ ਨਹੀਂ ਹੈ ਜੋ ਉਹ ਚਾਹੁੰਦਾ ਉੱਥੇ ਉਹ ਫਿੱਟ ਨਹੀਂ ਕੀਤਾ ਗਿਆ ਜਿੱਥੇ ਉਹ ਫਿੱਟ ਨਹੀਂ ਉੱਥੇ ਉਹਨੂੰ ਬੈਠ ਕੇ ਢਿੱਡ ਭਰਨ ਲਈ ਆਵਦਾ ਤੇ ਜਵਾਕਾਂ ਦਾ ਕੰਮ ਕਰਨਾ ਪੈ ਰਿਹਾ ਖਾਣ ਨੂੰ ਪਊਗਾ ਹੂੰ ਕਿਉਂਕਿ ਇੱਕ ਬਾਈ ਚਾਂਸ ਹੁੰਦਾ ਤੇ ਇੱਕ ਬਾਈ ਚੁਆਇਸ ਹੁੰਦਾ ਇਹ ਜਿਹੜੀ ਮੌਜੂਦਾ ਸਿੱਖਿਆ ਪ੍ਰਣਾਲੀ ਆ ਨਾ ਉਹਦੇ ਵਿੱਚ ਅਸੀਂ ਹੁਣ ਬਾਈ ਚਾਂਸ ਹੀ ਅੱਗੇ ਨੂੰ ਜਾਈ ਜਾਂਦੇ ਆ ਕਿ ਭਾਈ ਆ ਠੀਕ ਹੈ ਇੱਥੇ ਸਕੋਪ ਹੈਗਾ ਇੱਥੇ ਆ ਹੈਗਾ ਬਾਈ ਚੁਆਇਸ ਤਾਂ ਹੈ ਹੀ ਨਹੀਂ ਤੇ ਜਿੰਨੇ ਦਰ ਬਾਈ ਚੁਆਇਸ ਨਹੀਂ ਉਹਨਾਂ ਦੇ ਸੰਤੋਸ਼ ਨਹੀਂ ਜਿੰਨੇ ਦਰ ਸੰਤੋਸ਼ ਨਹੀਂ ਉਹਨਾਂ ਦੇ ਨਾਕਾਰ ਖੁਸ਼ੀ ਦੇ ਨਾ ਬਾਹਰ ਖੁਸ਼ੀ ਅੱਛਾ ਇੱਕ ਚੀਜ਼ ਆਪਾਂ ਉਦਾਹਰਣ ਦਿੰਨੇ ਸ਼ਾਇਦ ਹੁਣ ਤੱਕ ਵੀ ਕਲੀਅਰ ਹੋ ਗਈ ਹੋਵੇ ਗੱਲ ਕਾਫੀ ਸਾਲ ਹੋ ਗਏ ਨਾ ਵੀ ਜਵਾਕ ਉੱਥੋਂ ਪੜਨ ਆਉਂਦੇ ਬਾਹਰਲੇ ਮਹਿੰਦਸ਼ਾ ਨੂੰ ਚਾਹੇ ਕੋ ਕੈਨੇਡਾ ਆ ਗਿਆ ਚਾਹੇ ਅਮਰੀਕਾ ਜਾ ਵੜਿਆ ਆਸਟ੍ਰੇਲੀਆ ਨਿਊਜ਼ੀਲੈਂਡ ਹੋਰ ਨਾ ਥਾਵਾਂ ਦੇ ਚਲੇ ਗਏ ਹੁਣ ਜੇ ਅੱਜ ਤੋਂ 5-7 ਸਾਲ ਪਹਿਲਾਂ ਜਿਹੜਾ ਨਿਆਣਾ ਆਇਆ ਸੀ ਉਹਦੀ ਤੁਸੀਂ ਪਿਛਲੇ 15-20 ਸਾਲਾਂ ਦੇ 20 ਕ ਸਾਲਾਂ ਦਾ ਹੋ ਕੇ ਆਇਆ ਤੇ 20 ਸਾਲ ਉਹ ਲਾ ਲਓ ਤੇ ਉਸ ਤੋਂ ਬਾਅਦ ਤੁਸੀਂ ਆਣ ਕੇ ਦੇਖਿਆ ਵੀ 20 ਸਾਲ ਪਹਿਲਾਂ ਜੋ ਉਹਨੇ ਸਿੱਖਿਆ ਪੜਿਆ ਉਹਦੀ ਅਰਾਮੇ ਕਾਂ ਉੱਡਦਾ ਆਇਆ ਸੀ ਉਹਨੂੰ ਤੇ ਲੱਗੀ ਸੀ ਫਿਰ ਉਹਨੇ ਅਚਾਨਕ ਆਖਿਆ ਵੀ ਹੁਣ ਮੈਂ ਜੱਗ ਚ ਰੋੜੇ ਪਾਵਾਂ ਕੰਕਰ ਕੰਕਰ ਪਾ ਕੇ ਫਿਰ ਪ ਉਦੀ ਵਰਾਂ ਵਾਲੀ ਲੂੰਬੜੀ ਉਹ ਹੋਊਗੀ ਜਿੰਨੇ ਆਖਿਆ ਵੀ ਨਾ ਅੰਗੂਰ ਖੱਟੇ ਆ। ਉਹੀ ਵਿਚਾਰੇ ਕਾਂ ਲੂੰਬੜੀਆਂ ਨੂੰ ਛੱਡ ਕੇ ਜਦੋਂ ਬਾਹਰ ਆਇਆ ਫਿਰ ਉਹਨੇ ਵੇਖਿਆ ਵੀ ਦੁਨੀਆ ਕਿਤੇ ਹੋਰ ਵਸਦੀ ਯਾਰ ਮੈਂ ਕਿਤੇ ਹੋਰ ਤੁਰਿਆ ਫਿਰਦਾ। ਹੁਣ ਇੱਧਰ ਆਪਾਂ ਕਿੰਨੇ ਨਿਆਣਿਆਂ ਨੂੰ ਦੇਖਦੇ ਆਂ ਜਿਨ੍ਹਾਂ ਨੇ ਇੱਧਰ ਆ ਕੇ ਦੇਖਿਆ ਵੀ ਭਾਜੀ ਮੈਂ ਆ ਆ ਨੀ ਮੈਂ ਆ ਕੋਰਸ ਕੀਤਾ ਫਿਰ ਮੈਨੂੰ ਇੱਥੇ ਕਾ ਲਾਇਸੈਂਸ ਲੈਣ ਲਈ ਐਸ ਪੜਾਈ ਦੀ ਲੋੜ ਸੀ ਫਿਰ ਮੈਂ ਉਹ ਕਰ ਲਿਆ ਫਿਰ ਮੈਂ ਉਸ ਪਾਸੇ ਪੈ ਗਿਆ। ਕਹਿਣ ਤੋਂ ਭਾਵੇਂ ਇਹ ਹੋ ਗਿਆ ਵੀ ਯਾਰ ਉਹਨਾਂ ਨੂੰ ਜੇ ਤੁਸੀਂ ਉੱਥੇ ਹੀ ਕਿਤੇ ਉਹ ਰਾਹ ਦਿਖਾਤਾ ਹੁੰਦਾ ਤੇ ਸ਼ਾਇਦ ਉਹਨਾਂ ਨੂੰ ਇਸ ਪਾਸੇ ਜਾਣਾ ਨਾ ਪੈਂਦਾ। ਉਥੇ ਤਾਂ ਪਾ ਜੇ ਵੀ ਉਹੀ ਕਾਂ ਤੇ ਉਹੀ ਲੂੰਬੜੀ ਲਈ ਫਿਰਦੇ ਆ ਜੀ ਨਹੀਂ ਇਦਾਂ ਹੀ ਆ ਸੰਧਾਲੀਆ ਸਭ ਇੱਕ ਇੱਥੇ ਨਾ ਜੇ ਅਸੀਂ ਨਹੀਂ ਕਹਿੰਨੇ ਕਿ ਇਹ ਤਰੀਕਾ ਠੀਕ ਹੈ ਨਾ ਹੋ ਸਕਦਾ ਤਰੀਕਾ ਠੀਕ ਨਾ ਹੋਵੇ ਪਰ ਠੀਕ ਤਰੀਕਾ ਦੱਸੋ ਹਾਂ ਅਸੀਂ ਮਰੀਜ਼ ਪਿਆ ਆ ਉਹਨੂੰ ਕਿਸੇ ਡਾਕਟਰ ਕੋਲ ਜਾਣਾ ਜੇ ਤੁਸੀਂ ਕਹਿੰਨੇ ਕਿ ਆ ਡਾਕਟਰ ਨਹੀਂ ਠੀਕ ਹੈ ਸੰਧਾਲੀਆ ਡਾਕਟਰ ਸੰਧਾਲੀਆ ਨਹੀਂ ਠੀਕ ਹੈ ਜਹਾਂ ਤੱਕ ਦੱਸੋ ਕਿ ਭਈ ਹੋ ਰਹਿਗਾ ਹੂੰ ਉਹਦੇ ਕੋਲ ਜਾਣ ਨਹੀਂ ਦਿੰਦੇ ਤਾਂ ਘਰੇ ਹੀ ਫੁੜਕ ਜਾ ਏ ਇਦਾਂ ਨਹੀਂ ਨਾ ਗੱਲ ਚੱਲਣੀ ਤੁਸੀਂ ਆਲਟਰਨੇਟਿਵ ਦਿਓ ਇੱਕ ਸੰਧਾਲੀਆ ਸਭ ਹੋਰ ਚੀਜ਼ ਜਿਹੜੀ ਕਿ ਧਿਆਨ ਦੇ ਵਿੱਚ ਰੱਖਣੀ ਬਹੁਤ ਜ਼ਰੂਰੀ ਹੈ ਬੱਸਾਰੇ ਲੋਕਾਂ ਦਾ ਤਰਾਜ਼ ਹੈ ਕਿ ਭਾਈ ਬਦੇਸ਼ਾਂ ਨੂੰ ਹੀ ਕਿਉਂ ਟੀਚਰ ਭੇਜਣੇ ਉਹ ਪਲੇਟਾਂ ਵਾਲੀ ਵੀਡੀਓ ਜ ਤਰੀ ਫਿਰਦੀ ਉਹ ਤੇ ਆ ਇਹਨਾਂ ਨੂੰ ਭੇਜਣਾ ਹੀ ਹੈ ਇਹਨਾਂ ਨੂੰ ਮੈਨੂੰ ਇੱਥੇ ਲੱਗਦਾ ਸੁਨدارਿਆ ਸਾਹਿਬ ਐਸੇ ਗੱਲ ਕਰਦਾ ਉਹ ਛੋਟੀ ਚੀਜ਼ ਹੈ ਅੱਜ ਜਿਹੜੇ ਬੰਦੇ ਉਹ ਪਲੇਟਾਂ ਵਾਲੀ ਵੀਡੀਓ ਦੇਖ ਕੇ ਟਿਕ 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 ਮੈਸੇਜ ਕਰਦੇ ਕਮੈਂਟ ਕਰਦੇ ਜਾਂ ਉਹਨੂੰ ਸ਼ੇਅਰ ਕਰਦੇ ਆ ਪੰਜਾਬ ਦੇ ਦਰਜਣਾ ਨਹੀਂ ਸੈਂਕੜੇ ਸਕੂਲ ਇਦਾਂ ਦੇ ਆ ਜਿੱਥੇ ਅਧਿਆਪਕ ਸਮੇਂ ਤੋਂ ਪਹਿਲਾਂ ਜਾਂਦੇ ਆ ਘੰਟਾ ਘੰਟਾ ਲੇਟ ਉੱਥੇ ਬੱਚਿਆਂ ਨੂੰ ਪੜਾ ਕੇ ਆਉਂਦੇ ਆ ਹੁਣ ਮੇਰਾ ਇੱਕ ਸਾਥੀ ਅਸੀਂ ਇਕੱਠੇ ਪੜ੍ਹੇ ਉਹਨੂੰ ਸਰਕਾਰੀ ਨੌਕਰੀ ਮਿਲੀ ਸਕੂਲ 'ਚ ਬੇਅਕਮਰ ਨਾਮ ਐ ਉਹਨਾਂ ਨੂੰ ਜਦੋਂ ਜਮਾਲਪੁਰ ਤੋਂ ਅਗਲੇ ਪਾਸੇ ਨੂੰ ਜਾ ਕੇ ਨੌਕਰੀ ਮਿਲਦੀ ਐ ਨੌਕਰੀ ਮਿਲਦੀ 10-12 ਸਾਲ ਮੈਂ ਦੇਖਣਾ ਜੀ ਸਾਲ ਬਾਅਦ ਇੱਕ ਧਾਰਮਿਕ ਸਮਾਗਮ ਕਰਾਉਣਾ ਉੱਥੇ ਬੱਚਿਆਂ ਨੂੰ ਕਹਿਣਾ ਜੀ ਪ੍ਰਾਇਮਰੀ ਸਕੂਲ ਐ ਪ੍ਰਾਇਮਰੀ 60-70 ਬੱਚੇ ਹੁੰਦੇ ਸਾਰੇ ਹੁਣ ਜਦੋਂ 60-70 ਬੱਚੇ ਹੁੰਦੇ ਆ ਤੇ ਉਹਨਾਂ ਦੇ ਵਿੱਚੋਂ ਹੀ ਤੁਸੀਂ ਕਿਸੇ ਨੂੰ ਸ਼ਬਦ ਗਾਇਨ ਕਰਾਉਣਾ ਐ ਕਿਸੇ ਨੂੰ ਦੇਸ਼ ਭਗਤੀ ਮਹੀਨਾ-ਮਹੀਨਾ ਉਹਨਾਂ ਨੂੰ ਪਹਿਲਾਂ ਤਿਆਰੀ ਕਰਾਈ ਜਾਣੀ ਬਾਕੀ ਸਟਾਫ ਨੂੰ ਨਾਲ ਲੈ ਕੇ ਪਿੰਡ ਵਾਲਿਆਂ ਨੂੰ ਲੱਗਣ ਲੱਗ ਪਏ ਕਿ ਭਾਈ ਬੰਦਾ ਠੀਕ ਲੱਗਦਾ ਹੀ ਡੇਡ ਡੇਡ ਲੱਖ ਰੁਪਏ ਦਾ ਖਰਚਾ ਹੋਣਾ ਸਮਾਗਮ ਵਧੀਆ ਕਰਨਾ ਸਾਰੇ ਪਿੰਡ ਵਾਲਿਆਂ ਨੇ ਵਿੱਚ ਇਨਵੋਲਵ ਹੋਣਾ ਜੀ ਆਹ ਕਰੀਏ ਬੂਟੇ ਲਾਤੇ ਫਿਰ ਨਾਮਵੰਦ ਸਮਾਰੂ ਇੱਕ ਵੱਖਰਾ ਕਰਨਾ ਸਾਲ ਦੇ ਵਿੱਚ ਉਹ ਲਗਾਤਾਰ 10 12 ਸਾਲ ਕਰੀ ਜਾਂਦਾ ਹੈ ਉਹ ਕਰੀ ਜਾਂਦਾ ਕਿਉਂਕਿ ਉਹਦੀ ਰੁਚੀ ਹੈ ਭਾਈ ਤੇ ਜੇ ਆਪਾਂ ਕਹੀਏ ਕਿ ਭਾਈ ਇਦਾਂ ਦੇ ਜਿਹੜੇ ਆਪਣੇ ਅਧਿਆਪਕ ਨੇ ਉਹਨਾਂ ਨੂੰ ਆਪਾਂ ਕਿਸੇ ਪਾਸੇ ਤੋਰਨਾ ਨਹੀਂ ਇਹਨਾਂ ਨੂੰ ਟ੍ਰੇਨਿੰਗ ਹੋਵੇ ਆਹ ਉਹ ਮੋਟਰਸਾਈਕਲ ਦੇ ਉੱਤੇ ਲੱਦੇ ਆ ਨਿਆਣੇ ਕਿਥੇ ਜੀ ਪੇਪਰ ਦੌਣ ਚੱਲੇ ਆ ਉਹ ਕੰਪੀਟੀਸ਼ਨ ਦਾ ਪੇਪਰ ਹੈ ਕੀ ਜੀ ਅੱਜ ਲੇਖ ਮੁਕਾਬਲੇ ਆ ਉਸ ਜਗ੍ਹਾ ਦੇ ਉੱਤੇ ਗੈਰ ਸਰਕਾਰੀ ਨੇ ਪਰ ਆ ਦੋ ਬੱਚੇ ਤਿੰਨ ਠੀਕ ਸਗੇ ਮੈਂ ਇਹਨਾਂ ਨੂੰ ਤਿਆਰੀ ਵੀ ਕਰਾਈ ਆ ਮੈਂ ਉੱਥੇ ਲੈ ਕੇ ਚੱਲਿਆ ਅਧਿਆਪਕ ਨੂੰ ਕੀ ਮਿਲਣਾ ਤੇਲ ਕੋਲੋਂ ਫੂਕਦੇ ਆ ਸਕੂਟਰ ਆਪਣਾ ਵਰਤਦੇ ਆ ਗੱਡੀਆਂ ਆਪਣੀਆਂ ਤਲਵਾਉਂਦੇ ਆ ਹੁਣ ਪ੍ਰੋਗਰਾਮ ਇੱਕ ਹੁੰਦਾ ਇੱਕ ਵਾਰੀ ਪਹਿਲਾਂ ਮੋਮੈਂਟੋ ਬਣਨੇ ਦੇਖਿਆ ਹੁਣੇ ਮੁੜ ਕੇ ਲੈਣ ਜਾਣਾ ਹੀ ਮੁੜ ਕੇ ਵਧ ਗਿਆ ਜਿਹੜੇ ਵਾਪਸ ਕਰਨ ਜਾਣਾ ਹੀ ਤਾਂ ਪਿੰਡ ਦੇ ਵਿੱਚ ਦੋ ਤਿੰਨ ਟੜੀਆਂ ਨਹੀਂ ਹੁੰਦੀਆਂ ਤੇ ਸਾਰਿਆਂ ਨੂੰ ਬੈਲੈਂਸ ਕਰਕੇ ਵੀ ਰੱਖਣਾ ਹੀ ਹੂੰ ਉਹਨੂੰ ਕੁੱਤੇ ਨੇ ਵੱਢੇ ਉਹਦੀ ਕੋਈ ਲੱਤ ਦੁਖਦੀ ਹੈ ਉਹਦੇ ਫੂੜਾ ਹੋਇਆ ਵੀ ਜਣਾ ਉਹ ਕਮ ਜ਼ਰੂਰ ਕਿ ਸਰਕਾਰ ਨਹੀਂ ਕਹਿੰਦੀ ਉਹ ਨੂੰ ਰਸਮੀ ਕਾਰਵਾਈ ਕਰਕੇ ਦੋ ਚਾਰ ਫੋਟੋ ਖਿੱਚ ਕੇ ਪੂਰੀ ਕਰ ਸਕਦਾ ਪਰ بڑے ਅਧਿਆਪਕ ਨੇ ਜਿਹੜੇ ਚਾਹੁੰਦੇ ਆ ਕਿ ਭਾਈ ਅਸੀਂ ਆਪਣੇ ਕਿਤੇ ਦੇ ਪ੍ਰਤੀ ਸਮਰਪਣ ਭਾਵਨਾ ਕੰਮ ਕਰਨਾ ਦਵਾਉ ਟ੍ਰੇਨਿੰਗ ਜਿੱਥੋਂ ਦਵਾ ਹੁੰਦੀ ਆ ਸਰਕਾ ਵਿਦੇਸ਼ੀ ਦौरा ਸਰਕਾਰੀ ਪੈਸੇ ਤੇ ਆ ਪ੍ਰੋਫੈਸ਼ਨਲ ਕੋਰਸ ਕਰਾਉਣਾ ਮੰਤਰੀਆਂ ਦੇ ਦੌਰੇ ਅਸੀਂ ਬਹੁਤ ਦੇਖਿਆ ਵੱਡੇ ਅਫਸਰਾਂ ਦੇ ਦੌਰੇ ਬਹੁਤ ਦੇਖਿਆ ਤੱਕ ਨਹੀਂ ਬਦਲਦਾ ਸ਼ਾਇਦ ਇਹ ਬਦਲ ਜੇ ਇਹ ਦੇਖੋ ਕਾਰਨ ਇਹ ਗੱਲ ਤੇ ਪੱਕੀ ਆ ਵੀ ਇਹ ਚਰਚਾ ਇਹ ਪ੍ਰਭਾਵ ਕਿਉਂ ਬਣਿਆ ਜੀ ਇਸ ਕਰਕੇ ਬਣਿਆ ਵੀ ਪਹਿਲਾਂ ਬਹੁਤ ਕੁਝ ਹੋਇਆ ਹੈ ਨਾ ਇੱਕ ਮੇਰਾ ਖਿਆਲ ਉਹ ਕੋਮੇਡੀ ਦੇ ਕੋ ਲਾਈਨ ਸੀ ਕਹਿੰਦਾ ਜੀ ਚੋਰੀ ਮੈਂ ਨਹੀਂ ਕੀਤੀ ਮੇਰਾ ਨਾਮ ਲੱਗਦਾ ਹੈ ਨਾ ਉਹ ਕਹਿੰਦਾ ਪਹਿਲਾਂ ਬਹੁ ਕੀਤੀਆਂ ਤਾਂ ਲੱਗਦਾ ਹੁਣ ਗੱਲ ਇਹ ਹੈ ਵੀ ਇਹ ਕਿਤੇ ਉਹ ਪਹਿਲਾਂ ਦਾ ਪ੍ਰਭਾਵ ਉਹ ਆਪਾਂ ਸੁਣ ਲਗਾਉਂਦਾ ਉਹ ਜੀ ਫਲਾਨੇ ਦੇਸ਼ ਚ ਗਏ ਨਹੀਂ ਜੀ ਉੱਥੋਂ ਉਹਨਾਂ ਨੇ ਫਲਾਨਾ ਮਾਡਲ ਲਿਆਂਦਾ ਸਿੰਚਾਈ ਨਾਲ ਰਿਲੇਟਡ ਐਂਡ ਮੈਨੂੰ ਲੱਗਦਾ ਵੀ ਜੇ 15 20 ਸਾਲ ਤੋਂ ਹੋ ਗਏ ਕਿਤੇ ਉਹ ਗੱਲਾਂ ਸੁਣਦੇ ਨੂੰ ਸਿੰਚਾਈ ਦਾ ਮਾਡਲ ਹੁਣ ਨਾ ਪਤਾ ਨਹੀਂ ਕਿਹੜੀ ਚੀਜ਼ ਤੋਂ ਪਾਣੀ ਕੱਢ ਕੇ ਤੇ ਕਿਧਰੋਂ ਸਾਫ਼ ਕਰਕੇ ਕਿਧਰ ਪਾ ਲਿਆ ਕਰਨਾ ਤੇ ਅੱਜ ਅਸੀਂ ਰੋਂਦੇ ਫਿਰਦੇ ਵੀ ਸਾਡ ਅਜੀ ਤੇ ਕੱਲ ਤੱਕ 25 ਸਾਲਾਂ ਦੀ ਗੱਲ ਕਰਦੇ ਸੀ ਫੇ 17 ਦੀ ਕਰਦੇ ਸੀ ਹੁਣ ਇੱਕ ਰਿਪੋਰਟ ਤੁਰੀ ਫਿਰਦੀ ਉਹ ਕਹਿੰਦੇ 2030 'ਚ ਹੀ ਮੁੱਕ ਜਾਣਾ ਪੰਜਾਬ ਚੋਂ ਪਾਣੀ ਕਰ ਲੂ ਕੀ ਕਰਨਾ ਸਵਾਲ ਇਹ ਹੋ ਗਿਆ ਵੀ ਜੇ ਤੇ ਆਪਾਂ ਉਹ ਪਹਿਲੇ ਹਿਸਾਬ ਨਾਲ ਚੱਲਦੇ ਰਹਿਆ ਵੀ ਘੁਮਣ ਫਿਰਨ ਕੀਤਾ ਮौजਾਂ ਕੀਤੀਆਂ ਬਿੱਲ ਪਿਆਦ ਗੱਲ ਖਤਮ ਹੋ ਸਕਦਾ ਵੀ ਹੁਣ ਵਾਲੇ ਦੇ ਹਿਸਾਬ ਨਾਲ ਵੀ ਬੰਦੇ ਦੇ ਹਰੇਕ ਦੇ ਦਿਮਾਗ 'ਚ ਉਹ ਗੁਰਗੂ ਇਹਨਾਂ ਉੱਡੜ ਜਾਣਾ ਉੱਧਰ ਹਰੇਕ ਦੇ ਬੰਦਾ ਲਾਹਦਾ ਵਾਦਾ ਮੇਰੇ ਚਾਰ ਵੀਜ਼ੇ ਲੱਗ ਜਾਣਾ ਉੱਥੇ ਹੈ ਨਾ ਸਪਾਰਸ਼ ਕਰਾ ਕੇ ਮੈਂ ਵੀ ਉੱਧਰ ਪਾਵਾਂ ਹੋਊਗਾ ਆਪਾਂਿਆਂ ਦਾ ਵੀ ਸਾਰੇ ਨੇ ਦੁੱਧ ਥੋਤੀ ਹੋ ਜਾਣਾ ਪਰ ਗੱਲ ਇਹ ਆ ਵੀ ਜੇ ਸ਼ੁਰੂਆਤ ਹੀ ਨਹੀਂ ਕਰਨੀ ਫਿਰ ਤੇ ਆਪਾਂ ਉੱਥੇ ਖੜੇ ਆ। ਜੀ। ਹਾਂ ਜੇ ਤੁਰ ਕੇ ਵੇਖਾਂ ਤੇ ਕੀ ਪਤਾ ਕੋਈ ਨਾ ਕੋਈ ਬੁਆ ਖੋਲੀ ਜਾਵੇ ਯਾਰ। ਨਹੀਂ ਦੇਖੋ ਯਤਨ ਕਰਨਾ ਪਊਗਾ ਸੰਦਾਲੀਆ ਸਾਹਿਬ ਬਥੇਰੇ ਪੈਸੇ ਖਰਾਬ ਹੋਏ ਆ। ਇੱਕ ਵਾਰੀ ਇਹ ਵੀ ਇਨਵੈਸਟ ਕਰ ਲੈਣ ਕਿਉਂਕਿ ਇੱਕ ਅਧਿਆਪਕ ਟ੍ਰੇਨਡ ਹੋ ਕੇ ਆਊਗਾ 60 70 ਬੱਚਿਆਂ ਦਾ ਭਲਾ ਘਟਕੜ ਵੱਟ ਤੇ ਪਿਆ। ਜੇ ਉਹ ਇਸੇ ਮਨਸ਼ਾ ਦੇ ਨਾਲ ਜਾਵੇ ਤਾਂ ਸਰਕਾਰ ਚੈੱਕ ਰੱਖੇ, ਧਿਆਨ ਰੱਖੇ ਜਿਹੜਾ ਵਿਲਿੰਗ ਹੈ, ਜਿਹੜਾ ਮੰਨਦਾ ਹੈ, ਸਹਿਮਤ ਹੈ, ਰੁਚੀ ਦਿਖਾਉਂਦਾ ਹੈ ਉਹਨੂੰ ਭੇਜੋ। ਨਹੀਂ ਉਹ ਚਰਚਾ ਤਾਂ ਚੱਲ ਪਵੇ ਕਿਉਂਕਿ ਦੇਖੋ ਦੋ ਕੋਰਾਂ ਇਦਾਂ ਦੇ ਵਫਦ ਜੇ ਜਾਂਦੇ ਹੁੰਦੇ ਆ ਫਿਰ اچانک ਤੋਂ ਬੱਸ ਛੱਡਿਆਂ ਦੇ ਲਾਗੇ ਆਪਣੇ ਜਿਹੜੇ ਟਰੈਵਲ ਏਜੰਟ ਭਾਈ ਜਰੀ ਵਾਲੇ ਉਹ ਲਾਦਿੰਦੇ ਬੋਰਡ ਅਧਿਆਪਕਾਂ ਦੇ ਵਫ਼ਦ ਦੇ ਨਾਲ ਜਾਣ ਦਾ ਸੁਨਹਿਰੀ ਮੌਕਾ ਇੱਕ ਵਾਰ ਮਿਲ ਉਹ ਹਰੇਕ ਵੀ ਵਾਰ ਤੁਹਾਨੂੰ ਅਸਿਸਟੈਂਟ ਬਣਾ ਕੇ ਇਦਾਂ ਦਾ ਕੋਈ ਕੰਮ ਨਹੀਂ ਹੁੰਦਾ ਹਮਲੇ ਇਹੋ ਜਿਹਾ ਕੰਮ ਨਾ ਤੁਰਪੇ ਪਤਾ ਬਾਅਦ ਚ ਲੱਗਦਾ ਗੋਲ ਜਿਆ ਕਰਕੇ ਵੀ ਉਹ 6 ਕਿਹ ਮਹੀਨੇ ਦੇ ਵਿੱਚ ਕਹਿੰਦੇ ਯਾਰ ਉਹ ਫਲਾਣਾ ਦਾ ਮੁੰਡਾ ਅੱਗੇ ਇੱਥੇ ਹੁੰਦਾ ਕਹਿੰਦੇ ਉਹ ਮਾਸਟਰ ਬਣਾ ਕੇ ਕੱਢ ਤਾਂ ਆਪਾਂ ਹੈਨਾ ਉਹ ਕੰਮ ਨਾ ਚੱਲ ਪਵੇ ਕੋਈ ਰਾਹ ਤੇ ਆਪਣੇ ਵਾਲੇ ਲੱਭ ਹੀ ਰਹਿੰਦੇ ਕੋਈ ਮਾੜਾ ਮੋੜ ਹੋਵੇ ਨਹੀਂ ਬਚ ਕੇ ਚੱਲਣ ਕਿਉਂਕਿ ਦਿੱਲੀੋਂ ਕਦੇ ਇਦਾਂ ਦਾ ਸੁਨੇ ਵਿਰੋਧੀ ਧਿਰਾਂ ਚੈੱਕ ਰੱਖਣ ਇੱਕ ਵੀ ਰੁਪਈਆ ਪੰਜਾਬ ਦੇ ਲੋਕਾਂ ਦਾ ਮਿਸਯੂਜ਼ ਨਹੀਂ ਹੋਣਾ ਚਾਹੀਦਾ ਬਿਕਰਮ ਸਿੰਘ ਮਜੀਠੀਆ ਸਾਹਿਬ ਦਾ ਜ਼ਿਕਰ ਕਰਦੇ ਆ ਜੇਲ੍ਹ ਚ ਨੇ ਆਕਾਲੀ ਦਲ ਦੇ ਲੀਡਰ ਨੇ ਸੁਖਬੀਰ ਸਿੰਘ ਬਾਦਲ ਸਾਹਿਬ ਪਿਛਲੇ ਦਿਨੀ ਪ੍ਰਧਾਨ ਸਾਹਿਬ ਆਕਾਲੀ ਦਲ ਦੇ ਉਹ ਮਿਲ ਕੇ ਆਏ ਆ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੇ ਪਟੀਸ਼ਨ ਪਾਈ ਸੀ ਕਿ ਪਾਈਏ ਕੇਸ ਜਿਹੜਾ ਹੈ ਇਹ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਹੈ ਗੱਲ ਇਦਾਂ ਦੀ ਕੋਈ ਨਹੀਂ ਸਿਰਫ ਮਜੀਠੀਆ ਸਾਹਿਬ ਨੂੰ ਫਸਾਉਣ ਦਾ ਯਤਨ ਹੈ ਤੇ ਸੁਪਰੀਮ ਕੋਰਟ ਤੋਂ ਆਸਾਂ ਹੁੰਦੀਆਂ ਸਭ ਤੋਂ ਵੱਡੀ ਅਦਾਲਤ ਹੈ ਕਿਉਂਕਿ ਜ਼ਮਾਨਤ ਅੱਗੇ ਮਨਜ਼ੂਰ ਨਹੀਂ ਸੀ ਹੋਈ ਹੁਣ ਕੀ ਇਸ ਖਰਚ ਕਰਨ ਦੀ ਜਦੋਂ ਪਟੀਸ਼ਨ ਉੱਥੇ ਲੱਗੀ ਤੇ ਉਹਨਾਂ ਨੇ ਕਹਿਤਾ ਜੀ ਅਸੀਂ ਨਹੀਂ ਸੁਣਨੀ ਤੁਸੀਂ ਹਾਈ ਕੋਰਟ ਦੇ ਵੇਅ ਡਿਵੀਜ਼ਨਲ ਬੈਂਚ ਦੇ ਕੋਲੇ ਚਲ ਜਾਓ ਜਿੱਥੇ ਘੱਟ ਘੱਟ ਦੋ ਜੱਜ ਤੁਹਾਡੀ ਗੱਲ ਉੱਥੇ ਸੁਣਨਗੇ ਤੁਸੀਂ ਉੱਥੇ ਜਾ ਸਕਦੇ ਹੋ ਆਪਸ਼ਨ ਦਿੱਤੀ ਇਹ ਨਹੀਂ ਉਹਨਾਂ ਨੂੰ ਕਿਹਾ ਕਿ ਭਾਈ ਤੁਸੀਂ ਜ਼ਰੂਰ ਜਾਓ ਹੁਣ ਜਦੋਂ ਵਿਰੋਧੀ ਧਿਰ ਨਾਲ ਜਿਹੜੇ ਆ ਉਹ ਕਹਿੰਦੇ ਜੀ ਦੇਖਿਆ ਸੁਪਰੀਮ ਕੋਰਟ ਨੇ ਗੱਲ ਹੀ ਨਹੀਂ ਸੁਣੀ ਝਟਕਾ ਲੱਗਿਆ ਵਿਕਰਮ ਸਿੰਘ ਮਜੀਠੀਆ ਹੋਰਾਂ ਨੂੰ ਉਹਨਾਂ ਦੇ ਵਕੀਲ ਸਾਹਿਬ ਤੇ ਅਕਾਲੀ ਦਲ ਦੀ ਲੀਡਰਸ਼ਿਪ ਕਹਿੰਦੀ ਹੈ ਦੇਖਿਆ ਜੀ ਉਹਨਾਂ ਨੇ ਕਿਹਾ ਕਿ ਡਿਵੀਜ਼ਨਲ ਬੈਂਚ ਕੋ ਤੁਸੀਂ ਜਾਓ ਤੁਹਾਨੂੰ ਹੱਕ ਹੈ ਉਹਨਾਂ ਦੇ ਕੋਲੇ ਜਾਣ ਦਾ ਤੇ ਹੁਣ ਅਸੀਂ ਉਧਰਲੇ ਪਾਸੇ ਜਾ ਕੇ ਤਾਂ ਉੱਥੇ ਆਪਣੀ ਗੱਲ ਚੰਗੇ ਤਰੀਕੇ ਰੱਖਾਂਗੇ ਹਾਂ ਨਹੀਂ ਦੇਖੋ ਵਕੀਲ ਸਾਹਿਬ ਦੇ ਅਕੋਰਡਿੰਗਲੀ ਜੋ ਚੀਜ਼ ਦੱਸਦੇ ਆ ਵੀ ਸਾਡੇ ਕੋਲੇ ਉਹ ਮੌਕਾ ਆ ਗਿਆ ਜਿਹੜਾ ਅਸੀਂ ਲੱਭਦੇ ਸੀ ਕਿਉਂਕਿ ਉਹ ਐਸਆਈਟੀ ਦਾ ਜ਼ਿਕਰ ਵੀ ਕਰਦੇ ਆ ਵੀ ਉਹ ਜਿਹੜੀ ਪਹਿਲੀ ਐਸਆਈਟੀ ਉਹ ਵੀ ਉੱਥੇ ਆ ਜੀ ਜਿਹੜੀਆਂ ਅਦਾਲਤ ਨੇ ਐਸਆਈਟੀਜ਼ ਬਣਾਈਆਂ ਸੀ ਉਹਨਾਂ ਦੀਆਂ ਰਿਪੋਰਟਾਂ ਵੀ ਉੱਥੇ ਪਈਆਂ ਨੇ ਸੀਲਬੰਦ ਪਈਆਂ ਨੇ ਐਂਡ ਉੱਥੇ ਜਾ ਕੇ ਜਦੋਂ ਸਾਡੀ ਸੁਣਵਾਈ ਹੋਊਗੀ ਤੇ ਫਿਰ ਹੋ ਸਕਦਾ ਵੀ ਉਹ ਇੱਕ ਬਰਾਉਡਰ ਵਿਜ਼ਨ ਦੇ ਵਿੱਚ ਜਦੋਂ ਸਾਰਾ ਕੁਝ ਅਦਾਲਤ ਦੇਖੂਗੀ ਵੀ ਆਹ ਚੀਜ਼ ਏਦਾਂ ਸੀ ਆਹ ਏਦਾਂ ਸੀ ਆਹ ਏਦਾਂ ਸੀ ਤੇ ਜਿਹੜੀ ਗੱਲ ਅਕਾਲੀ ਦਲ ਕਹਿੰਦਾ ਵੀ ਇਹਨੂੰ ਪੋਲੀਟਿਕਲੀ ਮੋਟੀਵੇਟ ਕੀਤਾ ਗਿਆ ਸਾਰੇ ਕੇਸ ਨੂੰ ਕਿ ਪੋਲੀਟਿਕਲੀ ਫਸਾਇਆ ਗਿਆ ਸਾਡੇ ਲੀਡਰ ਨੂੰ ਉਹ ਉਹ ਕਹਿੰਦੇ ਵੀ ਸਾਨੂੰ ਉੱਥੇ ਮੌਕਾ ਮਿਲ ਜੂਗਾ ਵੀ ਅਸੀਂ ਇਹਨੂੰ ਸਾਬਤ ਕਰ ਸਕਦੇ ਹੁਣ ਸਾਬਤ ਹੋਊ ਨਹੀਂ ਹੋਊ ਇਹਦਾ ਟਾਈਮ ਦੱਸੂਗਾ ਮੇਰੇ ਖਿਆਲ 18 ਮਈ ਤਰੀਕ ਪੈਗੀ ਹਾਂਜੀ ਅਗਲੀ ਤਰੀਕ 6 ਈਆ ਤੇ ਬਾਕੀ ਸੰਧਾਲਿਆ ਸਭ ਨਾਲ ਲੱਗਦਾ ਹੀ ਕਿਉਂਕਿ ਸੁਪਰੀਮ ਕੋਰਟ ਦਿੱਲੀ 'ਚ ਆ ਇਹ ਸੁਪਰੀਮ ਕੋਰਟ 'ਚ ਕੀ ਸੀ ਤੇ ਤੇਜਿੰਦਰਪਾਲ ਸਿੰਘ ਬੱਗਾ ਹੋਰੀ ਵੀ ਦਿੱਲੀ ਨਾ ਜਿਹਨਾਂ ਨੂੰ ਪੰਜਾਬ ਪੁਲਿਸ ਲੈਣ ਗਈ ਸੀ ਹਰਿਆਣਾ ਪੁਲਿਸ ਨੇ ਰੋਕਿਆ ਤੇ ਦਿੱਲੀ ਪੁਲਿਸ ਵਾਪਸ ਲੈ ਗਈ ਪੰਜਾਬ ਪੁਲਿਸ ਦੀਆਂ ਪਾਰਟੀਆਂ ਇੱਕ ਹਰਿਆਣੇ ਫਸ ਗਈ ਸੀ ਇੱਕ ਦਿੱਲੀ ਫਸ ਗਈ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਕੇਸ ਚੱਲਦਾ ਸੀ ਤੇ ਉੱਥੇ ਸਰਕਾਰ ਦਾ ਪੰਜਾਬ ਵਾਲੀ ਦਾ ਜ਼ੋਰ ਲੱਗਾ ਸੀ ਕਿ ਭਾਈ ਇਹ ਬੰਦਾ ਆਵੇ ਇੱਥੇ ਲਿਆਉਣਾ ਇੱਕ ਰੀ ਉਹਨਾਂ ਦਾ ਜ਼ੋਰ ਲੱਗਾ ਸੀ ਬੰਦਾ ਉਹਣਾ ਨਹੀਂ ਚਾਹੀਦਾ ਹੁਣ ਹਾਈ ਕੋਰਟ ਨੇ ਜਿਹੜਾ ਮੌਜੂਦਾ ਸਮੇਂ ਦੇ ਵਿੱਚ ਹੁਕਮ ਦਿੱਤਾ ਕਿ 5 ਜੁਲਾਈ ਤੱਕ ਤਜਿੰਦਰਪਾਲ ਸਿੰਘ ਬੱਗਾ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਗ੍ਰਿਫਤਾਰੀ ਤੇ ਰੋਕ ਹੈ ਹਾਂ ਪੰਜਾਬ ਪੁਲਿਸ ਚਾਹੇ ਤਾਂ ਤੇਜਿੰਦਰਪਾਲ ਸਿੰਘ ਬੱਗਾ ਦੇ ਘਰੇ ਜਾ ਕੇ ਉਹ ਤੋਂ ਪੁੱਛ ਕੇ ਛੇਸ ਕੇਸ ਦੇ ਵਿੱਚ ਕਰ ਸਕਦੀ ਹੈ ਕਿ ਭਾਈ ਕੋਈ ਸਵਾਲ ਹੈ ਆ ਜਵਾਬ ਦੇਣਾ ਪਊਗਾ ਤੇ ਤੇਜਿੰਦਰਪਾਲ ਸਿੰਘ ਬੱਗਾ ਜਾਂਚ ਤੋਂ ਨਹੀਂ ਜਾ ਸਕਦੇ ਭੱਜ ਸਕਦੇ ਪਰ ਗ੍ਰਿਫਤਾਰੀ ਜਿੰਨਾ ਵੀ ਮਹੀਨਾ ਰਹਿੰਦਾ ਸਾਰਾ ਜੂਨ ਮਹੀਨਾ ਤੇ ਜੁਲਾਈ ਦੇ ਪਹਿਲੇ 4 ਦਿਨ ਨਹੀਂ ਹੋ ਸਕਦੀ ਹਾਂ ਇਹ ਇਸ ਚੀਜ਼ ਨੂੰ ਦੇਖੋ ਆਪਣੇ ਵੱਲੋਂ ਦੇ ਬੱਗਾ ਸਾਹਿਬ ਜਾਂ ਉਹਨਾਂ ਦੇ ਵਕੀਲ ਸਾਹਿਬ ਤੇ ਹੀ ਕਹਿੰਦੇ ਵੀ ਸਾਡੀ ਵੱਡੀ ਜਿੱਤ ਆ ਨਾਲ ਹੀ ਉਹਨਾਂ ਨੇ ਲਾਈਵ ਹੋ ਕੇ ਫਿਰ ਕੇਜਰੀਵਾਲ ਸਾਹਿਬ ਨੂੰ ਚੁਣੌਤੀ ਦੇ ਦਿੱਤੀ ਉਹ ਕਹਿੰਦੇ ਵੀ ਤੁਸੀਂ ਸਾਡਾ ਮੂੰਹ ਬੰਦ ਕਰਨ ਦੀ ਕੋਸ਼ਿਸ਼ ਕਰਦੇ ਹੋ ਪਰ ਜਿਹੜੀ ਉਹਨਾਂ ਨੇ ਮੁੱਦੇ ਚੁੱਕੇ ਉਹ ਕਹਿੰਦੇ ਵੀ ਤੁਸੀਂ ਬੇਅਦਬੀ ਦਾ ਇਨਸਾਫ ਦੇਣ ਦੀ ਗੱਲ ਕਰਦੇ ਸੀ ਤੁਸੀਂ ਨਸ਼ਿਆਂ ਦੀ ਗੱਲ ਕਰਦੇ ਸੀ ਤੁਸੀਂ ਪੰਜਾਬ ਦੇ ਵਿੱਚ ਕਹਿੰਦੇ ਸਾਡੀ ਸਰਕਾਰ ਬਣ ਗਈ ਅਸੀਂ 24 ਘੰਟਿਆਂ ਚਾਹ ਕਰ ਦਵਾਂਗੇ 10 ਘੰਟਿਆਂ ਚਾਹ ਕਰ ਦਵਾਂਗੇ ਉਹ ਕੰਮ ਤੁਸੀਂ ਕੀਤਾ ਨਹੀਂਗਾ ਤੇ ਅਸੀਂ ਉਹਦਾ ਵਿਰੋਧ ਕਰਦੇ ਹਾਂ ਮਤਲਬ ਇਹ ਕਿ ਬਗਾ ਸਾਹਿਬ ਲੀਡਰ ਦੇ ਲੀਦੇ ਨੇ ਕੇਰੀਵਾਲ ਸਾਹਿਬ ਦਿੱਲੀ ਦੇ ਮੁੱਖ ਮੰਤਰੀ ਨੇ ਲੜਾਈ ਆਪਸ ਦੇ ਵਿੱਚ ਪੰਜਾਬ ਦੇ ਮੁੱਦਿਆਂ ਦੇ ਲੜੀ ਜਾਂਦੇ ਇਹ ਵੀ ਤੇ ਕਿਤੇ ਨਾ ਕਿਤੇ ਪੰਜਾਬ ਵਾਲਾਂ ਨੂੰ ਸੋਚਣਾ ਚਾਹੀਦਾ ਵੀ ਵੀਰ ਮੇਰੇ ਉਹ ਇੱਕ ਕਹਾਣੀ ਬਦੋ ਬਦੀ ਤੇ ਨਹੀਂ ਬਣਾਈ ਜਾ ਰਿਓ ਕਹਿੰਦੇ ਵੀ ਯਾਰ ਲੜਨਾ ਤੇ ਆਪਾਂ ਹੈਗਾ ਗਵਾਂਢੀਆਂ ਨਾਲ ਚਲੀਏ ਆਹ ਵੇ ਇੱਥੇ ਐਵੇਂ ਕਿ ਆਪਣੇ ਸ਼ੀਸ਼ੇ ਭੰਨਾਂਗੇ ਆਹੋ ਉਧਰ ਚੱਲਦੇ ਆ ਜੇ ਕੋਈ ਏ ਟੁੱਟ ਚੱਲੂਗੀ ਤੇ ਅਗਲਾਂ ਦੀ ਬਾਰੀ ਖੜਕਾਵਾਂਗੇ ਆਪਾਂ ਨੂੰ ਕੋ ਲੋੜ ਪਈ ਤੇ ਲੜਨ ਦੀ ਆ ਨਹੀਂ ਹਾਲਾਤ ਤਾਂ ਸੰਧਾਲੀਆ ਸਭ ਇਦਾਂ ਦੇ ਆ ਪਰ ਹੁਣ ਕਰੀਏ ਕੀ ਹੁਣ ਜਿੱਦਾਂ ਦਾ ਕੁਝ ਹੈਗਾ ਉਹਦੇ ਵਿੱਚ ਰਹਿਣਾ ਤਾਂ ਪੈਣਾ ਹੀ ਆ ਬਾਕੀ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਕੱਤਰਤਾ ਰੱਖੀ ਆ ਤੇਜਾ ਤੇ ਉੱਥੇ ਸ਼੍ਰੋਮਣੀ ਕਮੇਟੀ ਨੇ ਖੁੱਲਾ ਸੱਦਾ ਦਿੱਤਾ ਪਰਸਨਲੀ ਇੰਡੀਵਿਜੂਅਲੀ ਕਿਸੇ ਨੂੰ ਸੱਦਾ ਨਹੀਂ ਕਿ ਜਿੰਨੀਆਂ ਵੀ ਜਥੇਬੰਦੀਆਂ ਨੇ ਸਿੱਖ ਭਾਈਚਾਰੇ ਦੀਆਂ ਕਿ ਉਹ ਸਾਰੇ ਆਪਣੇ ਨੁਮਾਇੰਦੇ ਭੇਜਣ ਆਪਾਂ ਜੇਲ੍ਹਾਂ ਦੇ ਵਿੱਚ ਬੰਦ ਜਿਹੜੇ ਸਿੱਖ ਕੈਦੀ ਨੇ ਸਜ਼ਾਾਂਵਾਂ ਪੂਰੀਆਂ ਕਰ ਚੁੱਕੇ ਆ ਜਿਨ੍ਹਾਂ ਨੂੰ ਰਿਹਾ ਕਰ ਦੇਣਾ ਚਾਹੀਦਾ ਉਹਨਾਂ ਦੀ ਰਿਹਾਈ ਦੇ ਲਈ ਕੋਈ ਸਾਂਝੇ ਤੌਰ ਦੇ ਉੱਤੇ ਯੋਜਨਾ ਬਣਾਈ ਹੈ ਦੇਖੋ ਸੰਧਾਲੀਆ ਸਭ ਇੱਕ ਗੱਲ ਤਾਂ ਹੈਗੀ ਆ ਅੱਗੇ ਇੱਕ ਜਥੇਬੰਦੀ ਨੇ ਬਿਆਨ ਦਿੱਤਾ ਦੂਜੀ ਨੇ ਦਿੱਤਾ ਚੌਥੀ ਨੇ ਦਿੱਤਾ ਐਸ்சிਪੀਸੀ ਨੇ ਕਹਿਤਾ ਮੰਗ ਪੱਤਰ ਦਿੱਤਾ ਕਿਸੇ ਬਫਦ ਦੇ ਨਾਲ ਮਿਲਣ ਚਲੇ ਗਏ ਸਮੂਹਿਕ ਤੌਰ ਦੇ ਉੱਤੇ ਕੰਮ ਨਹੀਂ ਸੀ ਹੋਇਆ ਕਿ ਭਾਈ ਰਿਹਾਈ ਕੀਤੀ ਜਾਵੇ ਚੰਗੀ ਗੱਲ ਹੈ ਕਿ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੀਆਂ ਜਥੇਬੰਦੀਆਂ ਨੂੰ ਸੱਦਦੀ ਹੈ ਮੀਟਿੰਗ ਲੰਬੀ ਚੱਲ ਜਾਏ ਕੋਈ ਗੱਲ ਨਹੀਂ ਸਾਰਿਆਂ ਦੀ رائے ਲੈਣੀ ਚਾਹੀਦੀ ਹੈ ਸਾਰਿਆਂ ਤੋਂ ਸੁਣਨਾ ਚਾਹੀਦਾ ਤੇ ਚੰਗਾ ਹੋਵੇ ਉਮੀਦ ਕਰਦੇ ਹਾਂ ਕਿ ਦੋ ਚਾਰ ਬੰਦੇ ਕਿਉਂਕਿ ਖੁਦ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਹੜੇ ਐਸਜੀਪੀਸੀ ਦੇ ਪ੍ਰਧਾਨ ਨੇ ਉਹ ਵਕੀਲ ਨੇ ਉਹਨਾਂ ਨੂੰ ਚੰਗੇ ਤਰੀਕੇ ਸੋਝੀ ਸਮਝ ਆਏ ਇਸ ਗੱਲ ਦੀ ਕਿ ਭਾਈ ਕਾਨੂੰਨੀ ਤੌਰ ਦੇ ਉੱਤੇ پیچਿਦਗੀ ਕਿੱਥੇ ਹੈ ਕਿੱਥੇ ਕਿ ਸਾਨੂੰ ਇਹ ਰਾਹਤ ਮਿਲ ਸਕਦੀ ਹੈ ਕਿੱਥੇ ਕਿ ਨਹੀਂ ਪੁਰਬੀ ਪੰਜ ਸੱਤ ਬੰਦੇ ਹੋ ਸਕਦਾ ਕਿ ਅੱਜ ਕਾਨੂੰਨੀ ਮਾਹਿਰ ਉੱਥੇ ਆਉਣ ਜਥੇਬੰਦੀਆਂ ਨਾਲ ਏਕਤਾ ਕਰਨ ਸਾਂਝੇ ਤੌਰ ਦੇ ਉੱਤੇ ਜਿਹੜਾ ਵੀ ਕੰਮ ਕਾਨੂੰਨੀ ਤਰੀਕੇ ਹੋ ਸਕਦਾ ਉਹ ਕਰਨਾ ਚਾਹੀਦਾ ਮਨੁੱਖੀ ਅਧਿਕਾਰ ਦੇ ਉੱਤੇ ਜਿਹੜੇ ਬੰਦੇ ਦਾ ਹੱਕ ਹੈ ਪਰੂਲ ਦੇ ਉੱਤੇ ਆਉਣ ਦਾ ਪਰੂਲ ਦੇ ਉੱਤੇ ਆਵੇ ਜਿਹਦੀ ਪੱਕੀ ਰਿਹਾਈ ਦੀ ਲੋੜ ਹੈ ਪੱਕੀ ਰਿਹਾਈ ਮਿਲੇ ਆ ਮਤਲਬ ਸ਼ਾਮ ਤੱਕ ਆਪਾਂਾਸ ਕਰਦੇ ਆਂ ਵੀ ਇਸ ਕੱਤਰਤਾ ਚੋਂ ਕੁਝ ਨਾ ਕੁਝ ਨਿਕਲੂਗਾ ਪਰ ਜਿਹੜੀ ਕੱਲ ਮੁਲਾਕਾਤ ਹੋਈ ਹੈ ਕਿਸਾਨ ਜਥੇਬੰਦੀਆਂ ਦੀ ਬਿਜਲੀ ਮੰਤਰੀ ਸਾਹਿਬ ਵੀ ਬੈਠੇ ਸੀ ਬਾਕੀ ਵੀ ਉਹ ਕਹਿੰਦੇ ਅਫਸਰ ਬੈਠੇ ਜੀ ਤੇ ਉਹਨਾਂ ਦੀ ਜਿਹੜੀ ਡਿਮਾਂਡ ਸੀ ਕਿਉਂਕਿ ਇੱਕ ਤਾਂ ਬਿਜਲੀ ਦੀ ਡਿਮਾਂਡ ਦੀ ਗੱਲ ਕਰਦੇ ਸੀ ਦੂਸਰਾ ਕਹਿੰਦੇ ਸੀ ਮੋਟਰਾਂ ਦੇ ਲੋਡ ਵਧਾਉਣ ਦੇ ਲਈ ਜਿੰਨਾ ਤੁਸੀਂ ਪੈਸਾ ਰੱਖਿਆ ਜੀ ਉਹ ਆਪਾਂ ਦੇ ਨਹੀਂ ਸਕਦੇ ਜੋ ਪਹਿਲਾਂ ਰੱਖਿਆ ਜਾਂ ਤੁਸੀਂ ਉਹਦੇ ਹਿਸਾਬ ਨਾਲ ਲੈ ਲਓ ਉਹ ਅਜੇ ਸਹਿਮਤੀ ਕਹਿੰਦੇ ਬਹੁਤੀ ਬਣੀ ਨਹੀਂ ਤੇ ਰਹੀ ਗੱਲ ਝੋਨੇ ਦੀ ਉਹ ਕਹਿੰਦੇ ਦੇਖੋ 126 ਕਿਸਮਤਾ ਆਖੀ ਜਾਂਨੇ ਉਹਦਾ ਤਾਂ ਯੂਨੀਵਰਸਿਟੀ ਕਹਿੰਦੀ ਸਾਡੇ ਕੋਲੇ ਬੀਏ ਨਹੀਂ ਹਮਮ ਨਾਲੇ ਕਹਿੰਦੇ ਵੀ ਜੇ ਤੁਸੀਂ ਜਿਸ ਹਿਸਾਬ ਨਾਲ ਖਿੱਚ ਕੇ ਦੂਰ ਤੱਕ ਲੈ ਕੇ ਜਾਂਦੇ ਹੋ ਬਜਾਈ ਉਹਦੇ ਨਾਲ ਗਾਂ ਝੋਨਾ ਜਦੋਂ ਪੱਕਣਾ ਉੱਤੇ ਟਾਈਮ ਲੱਗਣਾ ਤੇ ਸਾਡਾ ਬਾਅਦ ਚ ਵੇਖਣਾ ਨਹੀਂ ਹਾਂ ਐਤਕੀ ਦੀ ਵਾਰੀ ਜਾਂ ਤਾਂ ਤੁਸਾਂ ਨੂੰ ਰਾਹ ਦੇ ਦਿਓ ਅਗਲੀ ਵਾਰ ਤੋਂ ਤੁਸੀਂ ਇਹ ਗੀਤੇ ਪ੍ਰਬੰਧ ਕਰਕੇ ਸਾਨੂੰ ਸਾਰਾ ਕੁਝ ਦੱਸ ਦਿਓ ਚਾਹੇ ਉਹ ਬਿਜਲੀ ਦਾ ਹੋਵੇ ਚਾਹੇ ਬੀਜ ਦਾ ਹੋਵੇ ਫਿਰ ਅਸੀਂ ਤੁਹਾਡੇ ਨਾਲ ਸਹਿਮਤ ਹਾਂ ਪਰ ਜੇ ਤੁਸੀਂ ਇਹਨਾਂ ਗੱਲਾਂ ਦੇ ਉੱਪਰ ਸਾਡੇ ਨਾਲ ਸਹਿਮਤੀ ਨਹੀਂ ਬਣਾਉਂਦੇ ਤੇ 17 ਨੂੰ ਕਹਿੰਦੇ ਮੋਰਚਾ ਫੇਲਾਵਾਂਗੇ ਪੱਕਾ ਚੰਡੀਗੜ੍ਹ ਨੂੰ ਦੇਖੋ ਸੰਧਾਲੀਆ ਸਾਹਿਬ ਜੂਨ ਦੇ ਵਿੱਚ ਜੇ ਸਮਾਪਿਆ ਸਿੱਧੀ ਬਿਜਾਈ ਤਾਂ 20 ਤੋਂ ਸ਼ੁਰੂ ਹੋ ਜਾਣੀ ਆ ਹੂੰ ਕੁਝ ਰਕਵਾਇਦ ਕੀ ਉਹਦੇ ਹਿੱਸੇ ਆਊਗਾ ਸਿੱਧੀ ਬਿਜਾਈ ਦੇ ਕਿਉਂਕਿ ਬਹੁਤ ਸਾਰੇ ਲੋਕ ਹੁਣ ਸਹਿਮਤ ਹੋ ਰਹੇ ਆ ਬਹੁਤ ਸਾਰੇ ਨਹੀਂ ਵੀ ਹੋ ਰਹੇ ਕਿਸਾਨ ਜੱਥੇਬੰਦੀਆਂ ਆਪਣੀ ਥਾਂ ਠੀਕ ਨਹੀਂ ਉਹ ਇਸ ਕਰਕੇ ਠੀਕ ਨੇ ਕਿਉਂਕਿ ਉਹਨਾਂ ਨੂੰ ਕਿਸਾਨ ਦੀ ਹਾਲਤ ਪਤਾ ਮਜ਼ਦੂਰ ਦੀ ਹਾਲਤ ਪਤਾ ਉਹਨਾਂ ਨੂੰ ਪਤਾ ਹੈ ਕਿ ਭਾਈ ਜਿੰਨਾ ਚੋਂ ਨਾ ਲੇਟ ਲੱਗੂਗਾ ਉਹਨਾਂ ਲੇਟ ਪੱਕੂਗਾ ਅਗਲੀ ਫਸਲ ਉਹਨੀ ਲੇਟ ਹੋਊਗੀ ਤੇ ਉਹਨਾਂ ਦਿਨਾਂ ਦੇ ਵਿੱਚ ਨਮੀ ਬਹੁਤ ਹੋ ਜਾਂਦੀ ਹੈ ਮੰਡੀਆਂ ਦੇ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਝਾੜ ਘਟਦਾ ਤੇ ਬਚਣੇ ਦਾ ਝੋਨੇ ਚ ਉਹਨੇ ਕੀ ਹੁੰਦੇ ਹੈ ਤੇ ਜੇ ਝਾੜ ਘਟ ਗਿਆ ਪੱਲੇ ਕੀ ਰਹੂਗਾ ਉਹ ਆਪਣੀ ਜਗ੍ਹਾ ਦੇ ਉੱਤੇ ਠੀਕ ਨੇ ਕਿ ਜਾਂ ਤਾਂ ਚਾਰ ਪੈਸੇ ਦੇ ਦਿਓ ਅਗਲੀ ਵਾਰੀ ਪ੍ਰਬੰਧ ਕਰ ਲਿਓ ਅਸੀਂ ਤੁਹਾਡੇ ਨਾਲ ਸਹਿਮ ਹਾਂ ਜਾਂ ਸਾਨੂੰ ਬਦਲੀਆਂ ਫਸਲਾਂ ਦੇ ਮੁੱਲ ਦੇ ਦਿਓ ਸਰਕਾਰ ਦਾ ਆਪਣਾ ਤਰਕ ਹੈ ਕਿ ਅਸੀਂ ਉਹਨੂੰ ਬਿਜਲੀ ਕਿੱਦਾਂ ਬਣਾ ਦਈਏ ਨਾ ਕਿ ਅਸੀਂ ਹੁਣੇ ਹੀ ਅਜੇ ਸੱਤਾ ਸੰਭੀ ਹੈ ਆ ਚੀਜ਼ਾਂ ਨੇ 126 ਨੰਬਰ ਝੋਨੇ ਦੇ ਬੀਜ ਦਾ ਮਸਲਾ ਉਹ ਕੇਂਦਰ ਕੋ ਚੱਕਣ ਉਹ ਕਿਤੋਂ ਪ੍ਰਬੰਧ ਕਰਨੇ ਸਰਕਾਰ ਦੀ ਡਿਊਟੀ ਹੈ ਕਿਉਂਕਿ ਖੁਦ ਮੁੱਖ ਮੰਤਰੀ ਨੇ ਕਿਹਾ ਸੀ ਕਿ 126 ਨੰਬਰ ਚੋਂ ਨਾ ਵੀਜਿਓ ਭਾਈ ਜੇ ਤੁਸੀਂ ਬਾਅਦ ਵਿੱਚ ਵੀਜਣਾ ਹੋਰ ਕੋਈ ਨਾ ਵੀਜਿਓ ਬੀਜ ਦਾ ਪ੍ਰਬੰਧ ਤਾਂ ਸਰਕਾਰ ਨੂੰ ਕਰਾਉਣਾ ਪਊਗਾ ਮੈਨੂੰ ਐ ਲੱਗਦਾ ਸੰਧਾਲੀਆ ਸਾਹਿਬ ਕਿ 10 ਤੇ 18 ਉਹਦੇ ਵਿਚਾਲੇ ਜਿਆ ਕੋਈ ਸਹਿਮਤੀ ਬਣ ਜਾਏ ਕਿਉਂਕਿ ਧਰਨੇ ਪ੍ਰਦਰਸ਼ਨਾਂ ਦੇ ਨਾਲ ਨਾ ਤਾਂ ਕਿਸਾਨ ਦੇ ਪੱਲੇ ਕੁਝ ਪੈਣਾ ਨਾ ਸਰਕਾਰ ਦੇ ਪੱਲੇ ਕੁਝ ਪ ਕੱਦੂ ਵੀ ਫੇਰੀ ਹੋਣਾ ਝੋਨਾ ਵੀ ਫੇਰੀ ਲੱਗਣਾ ਜੇ ਬਿਜਲੀ ਆਉ ਤੇ ਬਿਜਲੀ ਛੜਨੀ ਸਰਕਾਰ ਨੇ ਹੈ ਸਰਕਾਰ ਨੇ ਤਾਂ ਛੜਨੀ ਆ ਜੇ ਹਉ ਇਸ ਕਰਕੇ ਥੋੜਾ ਜਿਹਾ ਸਹਿਮਤੀ ਵਾਲਾ ਵਾਤਾਵਰਣ ਬਣੇ ਚਲੋ ਮੂੰਗੀ ਦੀ ਐਮਐਸਪੀ ਅਨਾਉਂਸ ਕੀਤੀ ਹੈ 1500 ਰੁਪਏ ਪ੍ਰਤੀ ਏਕੜ ਅਨਾਉਂਸ ਕੀਤਾ ਹੈ ਥੋੜਾ ਸਰਕਾਰ ਅੱਗੇ ਵਧੀਆ ਥੋੜੀਆਂ ਜੂਨੀਅਨ ਇਸ ਪਾਸੇ ਨੂੰ ਆਉਣ ਵਿਚਾਰੇ ਵਾਲਾ ਰਸਤਾ ਕੱਢੀਏ ਪੰਜਾਬ ਤਾਂ ਬਚਦਾ ਹੈ ਇਹ ਨਹੀਂ ਇਹ ਗੱਲ ਕਲੀਅਰ ਹੈ ਮਨਸਤਾਰਾਂ ਨੂੰ ਜਦੋਂ ਉਹਨਾਂ ਨੇ ਕਿਹਾ ਵੀ ਅਸੀਂ ਮੋਰਚਾ ਲਾਉਣਾ ਜੇ ਮੋਰਚੇ ਵਾਲੇ ਕੰਮ ਹੋਣੇ ਕੰਮ ਤੁਰ ਪਿਆ ਉਸ ਪਾਸੇ ਤੇ ਫਿਰ ਤੇ ਸਰਕਾਰ ਵੀ ਆਖੂ ਵੀ ਯਾਰ ਜੇ ਅਸੀਂ ਵੀ ਕਰਦੇ ਆਂ ਜੇ ਤੁਸੀਂ ਵੀ ਸਾਡੇ ਨਾਲ ਇਹੀ ਕੁਝ ਕਰਨਾ ਤਾਂ ਫਿਰ ਤਾਂ ਫਾਇਦਾ ਵੀ ਕੋਈ ਨਹੀਂ ਚਲਿਓ ਚਲਿਓ ਜੀ ਬਹੁਤ ਸ਼ੁਕਰੀਆ ਲਓ ਜੀ ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਆਂ ਤੁਸੀਂ ਆਪਣੀ ਫੀਡਬੈਕ ਭੇਜ ਦਿਓ ਉਹਦੇ ਲਈ ਬੜੀ ਧੰਨਵਾਦੀ ਆਂ ਦੇਖਦੇ ਰਹਿਣਾ ਪ੍ਰਾਈਮਰ ਸ਼ੈ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ